ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਸਾਰੇ ਦੋਸਤਾਂ ਨੂੰ ਦਰਖਾਸਤ ਹੈ ਕਿ ਜਿਹੜੇ ਦੋਸਤ ਵੇਖ ਰਹੇ ਨੇ ਉਹ ਕਾਈਂਡਲੀ ਇਸ ਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਲੋਕ ਵੀ ਆ ਜਾਣ ਬਿਕੋਜ਼ ਅੱਜ ਅਸੀਂ ਟਾਈਮ ਚੇਂਜ ਕੀਤਾ ਹੈ 9 ਵਜੇ ਤੋਂ 8 ਵਜੇ ਤੇ ਆਏ ਹਾਂ ਸੋ ਬਹੁਤ ਸਾਰੇ ਦੋਸਤ ਜਿਨ੍ਹਾਂ ਨੂੰ 8 ਵਜੇ ਦਾ ਅੱਜ ਦਾ ਟਾਈਮ ਦਾ ਥੋੜ੍ਹਾ ਜਿਹਾ ਨਹੀਂ ਪਤਾ ਤੇ ਕਾਈਂਡਲੀ ਤੁਸੀਂ ਸ਼ੇਅਰ ਕਰ ਦਿਓ ਔਰ ਉਹਨਾਂ ਨੂੰ ਵੀ ਬੁਲਾ ਲਓ ਤਾਂ ਕਿ ਆ ਜਾਣੋ ਔਰ ਅਸੀਂ ਆਪਣੇ ਲੈਕਚਰ ਦਾ ਜਿਹੜਾ ਉਹ ਉਹਨੂੰ ਸ਼ੁਰੂ ਕਰ ਸਕੀਏ ਉਹਦਾ ਆਗਾਜ਼ ਕਰ ਸਕੀਏ ਜਿੰਨਾ ਚਿਰ ਬਾਕੀ ਦੋਸਤ ਆਉਂਦੇ ਨੇ ਜੇ ਉਹਨਾਂ ਦੇ ਆਉਣ ਤੱਕ ਅਸੀਂ ਹਿਸਟਰੀ ਲੈਕਚਰ ਸੀਰੀਜ਼ ਦੇ ਹਵਾਲੇ ਨਾਲ ਗੱਲ ਕਰਦੇ ਜਾਈਏ ਜਿਹਦੇ ਅਸੀਂ ਡਿਫਰੈਂਟ ਸੈਗਮੈਂਟ ਸ਼ੁਰੂ ਕੀਤਾ ਅਸੀਂ ਕੱਲ ਅਸੀਂ ਅਨਾਉਂਸ ਕੀਤਾ ਸੀ ਬੁੱਕ ਆਫ ਦਾ ਵੀਕ ਬੁੱਕ ਆਫ ਦਾ ਵੀਕ ਦੇ ਵਿੱਚ ਬਲਬੀਰ ਮਾਧੂਪੁਰੀ ਜੀ ਦੀ ਕਿਤਾਬ ਛਾਂਗਿਆ ਰੁੱਖ ਉਹਦੇ ਹਵਾਲੇ ਨਾਲ ਅਸੀਂ ਸ਼ੇਅਰ ਕਰ ਦਿੱਤਾ ਉਹਨਾਂ ਦਾ ਪੋਸਟਰ ਉਹਨਾਂ ਦੇ ਰਿਵਿਊ ਕਰਨ ਵਾਲੇ ਔਰ ਮੈਂ ਦੱਸਦਾ ਵੀ ਜਾਵਾਂ ਕਿ ਇੱਧਰ ਪਾਕਿਸਤਾਨੀ ਪੰਜਾਬ ਤੋਂ ਸੁਚੀਤ ਪਬਲਿਸ਼ਰਸ ਨੇ ਉਹ ਛਾਪੀ ਸੀ ਔਰ ਉਹ ਜ਼ਾਹਿਰ ਹੈ ਮਖਸੂਸ ਸਾਕਿਬ ਸਾਹਿਬ ਨੇ ਔਰ ਉਹ ਵੀ ਸਾਡੇ ਨਾਲ ਇਸ ਰਿਵਿਊ ਦੇ ਵਿੱਚ ਸ਼ਾਮਿਲ ਹੋਣਗੇ ਉਹਨਾਂ ਦਾ ਪੋਸਟਰ ਵੀ ਆ ਜਾਏਗਾ ਕੁਛ ਦਿਨਾਂ ਤੀਕਰ ਔਰ ਜਿਹੜੀ ਇਹ ਬੁੱਕ ਦੇ ਹਵਾਲੇ ਨਾਲ ਇਹ ਸੀ ਕਿ ਅਸੀਂ ਕੱਲ੍ਹ ਵੀ ਇਹ ਗੱਲ ਕੀਤੀ ਸੀ ਕਿ ਕੁਛ ਦੋਸਤ ਜਿਹੜੇ ਉਹਨੂੰ ਪੜ੍ਹਦੇ ਨੇ ਪਏ ਉਹ ਆਪਣੀ ਵੀਡੀਓ ਬਣਾ ਕੇ ਭੇਜਣ ਜਾਂ ਆਪਣੀ ਤਰਫੋਂ ਕੁਛ ਐਸੀ ਜਿਹੜੀ ਉਹਦੇ ਚੋਂ ਇਕਤਬਾਸ ਜਾਂ ਕੁਛ ਚੀਜ਼ਾਂ ਕੱਢ ਕੇ ਭੇਜ ਸਕਦੇ ਨੇ ਕਿ ਜਿਹੜੀ ਉਸ ਕਿਤਾਬ ਦੀਆਂ ਹੋਣ ਅਸੀਂ ਲੋਕਾਂ ਨਾਲ ਸ਼ੇਅਰ ਕਰ ਸਕੀਏ ਸੋ ਐਟ ਦਾ ਐਂਡ ਅਸੀਂ ਇਸ ਹਵਾਲੇ ਨਾਲ ਗੱਲ ਕਰਾਂਗੇ ਸੋ ਅੱਜ ਇੱਕ ਬਹੁਤ ਸਪੈਸ਼ਲ ਸਾਡੇ ਗੈਸਟ ਔਰ ਸਾਡੇ ਵਾਸਤੇ ਬੜੀ ਆਨਰ ਦੀ ਗੱਲ ਹੈ ਔਰ ਸਾਡੀ ਪੂਰੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਅਸੀਂ ਜਿਹਨਾਂ ਦਾ ਪੂਰਾ ਇੰਤਜ਼ਾਰ ਕਰਦੇ ਰਹੇ ਔਰ ਉਹਨਾਂ ਦੇ ਨਾਲ ਰਾਬਤੇ 'ਚ ਰਹੇ ਔਰ ਉਹਨਾਂ ਨੇ ਬੜੀ ਮਿਹਰਬਾਨੀ ਕੀਤੀ ਕਿ ਅੱਜ ਉਹ ਸਾਡੇ ਨਾਲ ਆਏ ਔਰ ਪਿਛਲੇ ਕੋਈ 15-20 ਦਿਨ ਤੋਂ ਉਹਨਾਂ ਦਾ ਬਹੁਤ ਬਿਜ਼ੀ ਸਕੈਜੂਅਲ ਸੀ ਔਰ ਉਹਦੇ ਵਿੱਚ ਉਹਨਾਂ ਨੇ ਟਾਈਮ ਕੱਢਿਆ ਸੋ ਅੱਜ ਦੇ ਸਾਡੇ ਜਿਹੜੇ ਗੈਸਟ ਨੇ ਮੈਰਿਦੁੱਲਾ ਮੁਖਰਜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪ੍ਰੋਫੈਸਰ ਨੇ ਉੱਥੇ ਸਾਰੇ ਦੋਸਤ ਉਹਨਾਂ ਨੂੰ ਜਾਣਦੇ ਨੇ ਬਹੁਤ ਸਾਰੇ ਦੋਸਤ ਐਕਸਾਈਟਡ ਸਨ ਉਹਨਾਂ ਦੇ ਹਵਾਲੇ ਨਾਲ ਮੈਨੂੰ ਕਾਫੀ ਮੈਸੇਜਸ ਆਉਂਦੇ ਰਹੇ ਲਾਹੌਰ ਵਾਲਿਆਂ ਦੇ ਬੜੇ ਦੋਸਤਾਂ ਦੇ ਮੈਸੇਜ ਆਏ ਔਰ ਪੰਜਾਬ ਦੇ ਹਵਾਲੇ ਨਾਲ ਖਾਸ ਕਰ ਕਲੋਨੀਅਲ ਪੰਜਾਬ ਦੇ ਮੁਖਤਲਿਫ ਜਿਹੜੇ ਦੋਸਤ ਕੰਮ ਕਰ ਰਹੇ ਸਨ ਉਹਨਾਂ ਦੇ ਮੈਸੇਜਸ ਵੀ ਆਏ ਔਰ ਉਹ ਸਭ ਲੋਕ ਵੇਖਣ ਵੇਖ ਵੀ ਰਹੇ ਹੋਣਗੇ ਸਾਨੂੰ ਅੱਜ ਸੋ ਉਹਨਾਂ ਦੇ ਤਾਰਫ ਦਾ ਜਾਂ ਉਹਨਾਂ ਦੇ ਇੰਟਰੋਡਕਸ਼ਨ ਦੀ ਤੇ ਕੋਈ ਉਹਨਾਂ ਨੂੰ ਤੇ ਸਾਰੇ ਅਸੀਂ ਜਿਲ੍ਹੇ ਉਹ ਜਾਣਦੇ ਹਾਂ ਲੇਕਿਨ ਇੱਕ ਰਸਮੀ ਜਿਹੀ ਜਿਹੜਾ ਇੱਕ ਅਸੀਂ ਕਹਿ ਲਓ ਉਹਨਾਂ ਦਾ ਇੱਕ ਰੱਖੀ ਹੈ ਉਹਦੇ ਵੱਲ 2-3 ਲਾਈਨਾਂ ਦੇ ਵਿੱਚ ਮੈਂ ਮੁਕਾਵਾਂਗਾ ਔਰ ਫਿਰ ਅਸੀਂ ਕਿਉਂਕਿ ਸਾਰੇ ਵੇਖਣ ਵਾਸਤੇ ਉਹਨਾਂ ਦੇ ਨਾਲ ਗੱਲ ਕਰਨ ਵਾਸਤੇ ਜਿਲ੍ਹੇ ਬੇਕਰਾਰ ਨੇ ਔਰ ਉਹਨਾਂ ਦਾ ਟਾਈਮ ਮੈਂ ਜ਼ਿਆਦਾ ਨਹੀਂ ਲਾਂਗਾ ਸੋ ਡਾਕਟਰ ਮੈਰਿਦੁੱਲਾ ਮੁਖਰਜੀ ਜਿਲ੍ਹੇ ਨੇ ਔਰ ਹਿਸਟਰੀ ਹਿਸਟੋਰੀਕਲ ਸਟੱਡੀਜ਼ JNU ਦੇ ਵਿੱਚ ਪਿਛਲੇ 4 ਡੈਕੇਡਸ ਤੋਂ ਉਹ ਪੜ੍ਹਾ ਰਹੇ ਸਨ ਤੇ ਇਸ ਤੋਂ ਵੱਖ ਉਹ ਡਾਇਰੈਕਟਰ ਰਹੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਦੇ ਔਰ ਲਾਇਬ੍ਰੇਰੀ ਦੇ ਡੀਨ ਸੋਸ਼ਲ ਸਾਇੰਸਿਜ਼ ਰਹੇ JNU ਦੇ ਵਿੱਚ ਇਸ ਤੋਂ ਵੱਖ ਉਹ ਦੁਨੀਆ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਐਜ਼ ਅ ਵਿਜ਼ਿਟਿੰਗ ਪ੍ਰੋਫੈਸਰ ਪੜ੍ਹਾਉਂਦੇ ਰਹੇ ਅਗਰ ਉਹਨਾਂ ਦੀ ਅਸੀਂ ਗੱਲ ਕਰੀਏ ਤੇ ਉਹਨੂੰ ਅਸੀਂ ਇਸ ਤਰ੍ਹਾਂ ਸ਼ੁਰੂ ਕਰ ਲਈਏ ਕਿ UK ਤੋਂ ਜਾਪਾਨ USA ਬ੍ਰਾਜ਼ੀਲ ਔਰ ਮੁਖਤਲਿਫ ਹੋਰ ਜਿਹੜੀਆਂ ਯੂਨੀਵਰਸਿਟੀਆਂ ਨੇ ਡਿਫਰੈਂਟ ਆਇਰਲੈਂਡ ਦੇ ਵਿੱਚ ਵੀ ਉਹ ਪੜ੍ਹਾਉਂਦੇ ਰਹੇ ਔਰ ਇਹਦੇ ਤੋਂ ਵੱਖ ਅਗਰ ਅਸੀਂ ਉਹਨਾਂ ਦੀਆਂ ਕਿਤਾਬਾਂ ਦੀ ਗੱਲ ਕਰੀਏ ਜੋ ਕਿ ਅਸੀਂ ਬਹੁਤ ਜਿਹੜਾ ਸਭ ਤੋਂ ਅਹਿਮ ਉਹਨਾਂ ਦੀ ਜਿਹੜੀ ਚੀਜ਼ ਸੀ ਉਹਦੇ ਹਵਾਲੇ ਨਾਲ ਮੈਂ ਗੱਲ ਕਰਦਾ ਜਾਵਾਂ ਉਹਨਾਂ ਦੀ ਜਿਹੜੀਆਂ ਉਹਨਾਂ ਨੇ ਕਿਤਾਬਾਂ ਹੁਣ ਤੱਕ ਜਿਹੜੀਆਂ ਪਬਲਿਸ਼ ਹੋਈਆਂ ਉਹਦੇ ਵਿੱਚੋਂ ਕੁਛ ਮੈਂ ਦੱਸਾਂਗਾ ਜਿਹਦੇ 'ਚ ਇੱਕ ਅਹਿਮ ਜਿਹੜੀ ਕਿਤਾਬ ਹੈ ਪ੍ਰੀਜ਼ੈਂਟ ਇਨ ਦਾ ਇੰਡੀਅਨਸ ਨੋਨ ਵਾਇਲੈਂਟ ਰੈਵੋਲਿਊਸ਼ਨ ਔਰ ਉਹਦੇ ਤੋਂ ਬਾਅਦ ਫਿਰ ਦੂਸਰੀ ਜਿਹੜੀ ਹੈ ਕੋਲੋਨੀਲਾਈਜ਼ਿੰਗ ਐਗਰੀਕਲਚਰ ਪੰਜਾਬ ਦੇ ਹਵਾਲੇ ਨਾਲ ਸੀਜ਼ ਪਬਲਿਸ਼ਰਸ ਤੋਂ ਛਪੀ ਔਰ ਉਹਨਾਂ ਦੀ ਫਿਰ RSS ਸਕੂਲ ਟੈਕਸਟ ਬੁੱਕ ਜਿਹੜੀ ਉਹ ਛਪ ਚੁੱਕੀ ਹੈ ਕਿਤਾਬ ਇਸ ਤੋਂ ਇਲਾਵਾ ਉਹਨਾਂ ਦੀ ਬਹੁਤ ਸਾਰੇ ਰਿਸਰਚ ਆਰਟੀਕਲਸ ਔਰ ਕੋ ਐਡੀਟਿਡ ਬੁੱਕਸ ਔਰ ਉਹਨਾਂ ਦੇ ਮੁਖਤਲਿਫ ਰਿਸਰਚ ਆਰਟੀਕਲਸ ਜਿਹੜੇ ਅਸੀਂ ਪੜ੍ਹਦੇ ਰਹਿੰਦੇ ਹਾਂ ਸੋ ਮੈਂ ਹੁਣ ਜ਼ਿਆਦਾ ਦੇਰ ਜਿਹੜਾ ਉਹ ਨਹੀਂ ਲਾਵਾਂਗਾ ਕਿਉਂਕਿ ਅਸੀਂ ਸਾਰਾ ਉਹਨਾਂ ਦਾ ਤਾਰਫ ਲਿਖ ਕੇ ਲਾਇਆ ਹੋਇਆ ਔਰ ਉਹਨਾਂ ਦੇ ਹਵਾਲੇ ਨਾਲ ਕਾਫੀ ਸਾਰੀਆਂ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਨਾਲ ਪੋਸਟ ਕੀਤੀਆਂ ਹੋਈਆਂ ਸਨ ਸੋ ਮੈਂ ਹੁਣ ਉਹਨਾਂ ਨੂੰ ਦਾਅਵਾ ਦਿਆਂਗਾ ਕਿ ਉਹ ਆ ਜਾਣ ਅਸੀਂ ਗੱਲਬਾਤ ਕਰੀਏ ਜੀ ਮਿਰਜ਼ੁਲਾ ਜੀ ਜੀ ਆਇਆਂ ਨੂੰ ਲੈਲਪੁਰ ਹਿਸਟਰੀ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਥੈਂਕ ਯੂ ਬਹੁਤ ਮਿਹਰਬਾਨੀ ਔਰ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਇੰਨੀ ਮਸਰੂਫੀਅਤ ਦੇ ਵਿੱਚੋਂ ਇੰਨੇ ਜਿਹੜਾ ਤੁਹਾਡਾ ਟਾਈਮ ਸੀ ਉਹਦੇ ਵਿੱਚੋਂ ਤੁਸੀਂ ਸਾਡੇ ਇਸ ਕਲੱਬ ਦੀ ਟਾਕ ਵਾਸਤੇ ਟਾਈਮ ਕੱਢਿਆ ਔਰ ਲੈਲਪੁਰ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਔਰ ਤੁਹਾਡੇ ਲਾਹੌਰ ਵੱਲੋਂ ਵੀ ਤੁਹਾਨੂੰ ਜੀ ਆਇਆਂ ਨੂੰ ਸਾਂਝਾ ਮੈਂ ਹੀ ਉਹਨਾਂ ਵੱਲੋਂ ਤੁਹਾਨੂੰ ਕਹਿ ਦਿੰਦਾ
ਅਸੀਂ ਇਹ ਗੱਲਬਾਤ ਅੱਜ ਦੇ ਤੁਸੀਂ ਟਾਕ ਤੋਂ ਬਾਅਦ ਤੁਸੀਂ ਗੱਲਬਾਤ ਕਰੋਗੇ ਔਰ ਆਖਰ ਤੇ ਅਸੀਂ ਕੁਝ ਸਵਾਲਾਂ ਦੇ ਨਾਲ ਔਰ ਕੁਝ ਕਮੈਂਟਸ ਦੇ ਨਾਲ ਫਿਰ ਮੈਂ ਹਾਜ਼ਰ ਹੋਵਾਂਗਾ। ਹੁਣ ਸਕਰੀਨ ਤੁਹਾਡੇ ਕੋਲੇ, ਤੁਸੀਂ ਔਰ ਤੁਹਾਡੀ ਆਡੀਅੰਸ, ਤੁਸੀਂ ਗੱਲਬਾਤ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਇੰਨੇ ਸਾਰੇ ਲੋਕਾਂ ਦੇ ਨਾਲ ਗੱਲ ਕਰਨ ਦਾ, ਖਾਸ ਕਰ ਪੰਜਾਬ ਦੇ ਲੋਕਾਂ ਦੇ ਨਾਲ, ਖਾਸ ਕਰ ਪੰਜਾਬ ਜਿਹੜਾ ਹੁਣ ਪਾਕਿਸਤਾਨ ਵਿੱਚ ਹੈ, ਔਰ ਲਾਹੌਰ, ਲਾਇਲਪੁਰ, ਔਰ ਪੰਜਾਬ ਸੀਰੀਜ਼, ਲੈਕਚਰ ਸੀਰੀਜ਼ ਤੁਸੀਂ ਜਿਹੜੀ ਬਣਾਈ ਹੈ, ਇਹਦੇ ਲਈ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦੀ ਹਾਂ। ਬਹੁਤ ਹੀ ਚੰਗਾ ਇਨੀਸ਼ੀਏਟਿਵ ਹੈ ਤੁਹਾਡਾ, ਆਈ ਹੋਪ ਇਹ ਅੱਗੇ ਬਹੁਤ ਦੂਰ ਤੱਕ ਚੱਲੇ ਔਰ ਬਹੁਤ ਸਾਰੇ ਲੋਕ ਇਹਦੇ ਤੋਂ ਫਾਇਦਾ ਉਠਾਉਣ। ਅਤੇ ਅੱਜ ਜਿਹੜਾ ਤਾਂ ਪਹਿਲੇ ਮੈਂ ਤੁਹਾਡੇ ਜਿੰਨੇ ਵੀ ਸਾਰੇ ਦੋਸਤ ਜਿਹੜੇ ਆਏ ਨੇ ਉਹਨਾਂ ਨੂੰ ਮੈਂ ਗ੍ਰੀਟ ਕਰਨਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਸਾਰੇ ਲੋਕ, ਵੈਲਕਮ ਟੂ ਦਿਸ ਲੈਕਚਰ। ਮੈਂ ਕੋਸ਼ਿਸ਼ ਪੂਰੀ ਕਰਾਂਗੀ ਪੰਜਾਬੀ 'ਚ ਜਿੰਨਾ ਹੋ ਸਕੇ ਬੋਲਣ ਦੀ, ਪਰ ਕਿਉਂਕਿ ਪੜ੍ਹਾਉਣ ਦੀ ਔਰ ਲੈਕਚਰ ਦੇਣ ਦੀ ਕਦੀ ਇੱਥੇ ਆਦਤ ਨਹੀਂ ਰਹੀ ਪੰਜਾਬੀ ਦੇ ਵਿੱਚ, ਇੱਥੇ ਜ਼ਿਆਦਾਤਰ ਅੰਗਰੇਜ਼ੀ ਚੱਲਦੀ ਹੈ ਔਰ ਬਾਕੀ ਜਿਹੜਾ ਫਿਰ ਉਹ ਹਿੰਦੀ, ਹਿੰਦੁਸਤਾਨੀ ਜਿਹੜੀ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹਦੇ 'ਚ ਅਸੀਂ ਬੋਲਦੇ ਹਾਂ ਜ਼ਿਆਦਾਤਰ ਫੋਰਮਲ ਉਹਦੇ 'ਚ। ਅਤੇ ਇਸ ਲਈ ਹੋ ਸਕਦਾ ਹੈ ਕੁਛ ਐਸੇ ਵਿੱਚ ਵਿੱਚ ਮੈਨੂੰ ਕੋਈ ਮੁਸ਼ਕਿਲ ਹੋਏ ਕੁਛ ਆਰਟੀਕੁਲੇਟ ਕਰਨ ਦੀ, ਤਾਂ ਮੈਂ ਅੰਗਰੇਜ਼ੀ ਔਰ ਹੋ ਸਕਦਾ ਹਿੰਦੁਸਤਾਨੀ ਦੀ ਵੀ ਮਦਦ ਲਵਾਂ, ਅਤੇ ਤੁਸੀਂ ਮੈਨੂੰ ਉਹਦੇ ਲਈ ਤੁਸੀਂ ਮੈਨੂੰ ਮਾਫ਼ ਕਰਨਾ ਇਨ ਐਡਵਾਂਸ। ਅਤੇ ਅੱਜ ਜਿਹੜਾ ਸਾਡਾ ਟੋਪਿਕ ਹੈਗਾ ਉਹ ਹੈ ਕਿ ਸੈਕੂਲਰ ਟ੍ਰੈਡੀਸ਼ਨ ਇਨ ਪ੍ਰੀ ਇੰਡੀਪੈਂਡੈਂਸ ਪੰਜਾਬ। ਅਤੇ ਇਹ ਜਿਹੜਾ ਟੋਪਿਕ ਹੈ, ਮੈਂ ਇਸ ਲਈ ਮੈਂ ਇਹ ਚੁਣਿਆ ਕਿਉਂਕਿ ਇੱਕ ਜਿਹੜਾ ਨਾ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਇੰਪ੍ਰੈਸ਼ਨ ਹੈ, ਇੱਕ ਤਰ੍ਹਾਂ ਦੀ ਸੋਚ ਹੈ ਕਿ ਪੰਜਾਬ ਦੇ ਵਿੱਚ, ਕਲੋਨੀਅਲ ਪੰਜਾਬ ਦੇ ਵਿੱਚ, ਅੰਗਰੇਜ਼ਾਂ ਦਾ ਟਾਈਮ ਜਿਹੜਾ ਪੰਜਾਬ ਸੀ ਉਹਦੇ ਵਿੱਚ ਜਿਹੜੀ ਸੈਕੂਲਰ ਟ੍ਰੈਡੀਸ਼ਨ ਹੈ ਉਹ ਬੜੀ ਕਮਜ਼ੋਰ ਸੀ, ਔਰ ਸੈਕੂਲਰ ਨੈਸ਼ਨਲਿਸਟ ਟ੍ਰੈਡੀਸ਼ਨ ਜਿਹੜੀ ਹੈਗੀ ਹੈ ਉਹ ਬੜੀ ਕਮਜ਼ੋਰ ਸੀ। ਇਸ ਤਰ੍ਹਾਂ ਦਾ ਇੱਕ ਇੰਪ੍ਰੈਸ਼ਨ ਹੈ ਕਿ ਸੈਕੂਲਰ ਜਿਹੜੇ ਫੋਰਸਿਸ ਸੀ, ਪੋਲੀਟੀਕਲ ਫੋਰਸਿਸ, ਔਰ ਸੈਕੂਲਰ ਆਈਡੀਓਲੋਜੀ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਵੀਕ ਸੀ। ਇਹ ਇੰਪ੍ਰੈਸ਼ਨ ਜਿਹੜਾ ਹੈ ਇਸ ਕਰਕੇ ਵੀ ਬਣਿਆ ਕਿਉਂਕਿ ਜਦੋਂ ਪਹਿਲੇ ਜਿਹੜੇ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਏ 1937 ਦੇ ਵਿੱਚ, ਉਹਦੇ ਵਿੱਚ ਕਾਂਗਰਸ ਜਿਹੜੀ ਨੈਸ਼ਨਲਿਸਟ ਸੈਕੂਲਰ ਪਾਰਟੀ ਸੀ ਉਹ ਕਈ ਪ੍ਰੋਵਿੰਸਿਸ ਵਿੱਚ ਤਾਂ ਜਿੱਤੀ, ਉੱਥੇ ਉਹਨੇ ਗਵਰਨਮੈਂਟ ਵੀ ਬਣਾਈ, ਪਰ ਪੰਜਾਬ ਦੇ ਵਿੱਚ ਉਹ ਨਹੀਂ ਜਿੱਤੀ। ਔਰ ਉਹਦੇ ਬਾਅਦ ਫਿਰ ਜਿਹੜੀ ਪਾਰਟੀਸ਼ਨ ਹੋਈ ਔਰ ਫਿਰ ਪੰਜਾਬ ਦਾ ਜਿਹੜਾ ਬਟਵਾਰਾ ਹੋ ਗਿਆ, ਅਤੇ ਉਹਦੇ ਬਾਅਦ ਇਹ ਜੇ ਇੰਪ੍ਰੈਸ਼ਨ ਇਸ ਤਰ੍ਹਾਂ ਦਾ ਹੋਰ ਵੀ ਫੈਲਿਆ ਕਿਉਂਕਿ ਬਹੁਤ ਵੱਡਾ, ਤੁਹਾਨੂੰ ਪਤਾ ਹੀ ਹੈ, ਬੜੇ ਬਵਾਲ ਮੱਚਿਆ, ਬਹੁਤ ਸਾਰੇ ਰਾਇਟਸ ਹੋਏ, ਬਹੁਤ ਲੋਕਾਂ ਦੀ ਜਾਨ ਗਈ, ਬਹੁਤ ਲੋਕਾਂ ਨੂੰ ਆਪਣੇ ਘਰ ਬਾਰ ਸਾਰੇ ਛੋੜਨੇ ਪੜੇ, ਅਤੇ ਉਹਦੇ ਨਾਲ ਇੱਕ ਇੰਪ੍ਰੈਸ਼ਨ ਹੋ ਗਿਆ ਕਿ ਜਿਸ ਤਰ੍ਹਾਂ ਪੰਜਾਬ ਜਿਹੜਾ ਸੀ ਉਹ ਇੱਕ ਕਮਿਊਨਲ ਫੋਰਸਿਸ ਦਾ, ਫਿਰਕਾ ਪ੍ਰਸਤੀ ਜਿਹੜੇ ਫੋਰਸਿਸ ਹੈ ਉਹਦਾ ਇੱਕ ਗੜ ਸੀ। ਅਤੇ ਮੈਂ ਕਿਉਂਕਿ ਮੈਂ ਪੰਜਾਬ ਨੂੰ ਸਟੱਡੀ ਕੀਤਾ ਹੈ ਲੇਟ 19th ਸੈਂਚਰੀ ਤੋਂ ਲੈ ਕੇ 1947 ਤੱਕ ਕਾਫੀ ਇੰਟੈਂਸਿਵਲੀ, ਉਹਦੀ ਇਕਨੋਮਿਕ ਔਰ ਉਹਦੀ ਪੋਲੀਟੀਕਲ ਹਿਸਟਰੀ, ਅਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਇੰਪ੍ਰੈਸ਼ਨ ਹੈ ਇਹ ਗਲਤ ਹੈ। ਔਰ ਇਨਫੈਕਟ ਅਸੀਂ ਇਹ ਭੁੱਲ ਜਾਂਦੇ ਹਾਂ ਕਿ 1946 ਤੱਕ ਨਾ ਮੁਸਲਿਮ ਲੀਗ, ਨਾ ਅਕਾਲੀ ਪਾਰਟੀ, ਨਾ ਹਿੰਦੂ ਮਹਾਸਭਾ, ਜਿਹੜੀਆਂ ਕਿ ਤਿੰਨ ਪਾਰਟੀਜ਼ ਤੁਸੀਂ ਸੋਚ ਸਕਦੇ ਹੋ ਜਾਂ ਕਹਿ ਸਕਦੇ ਹੋ ਕਿ ਮੁਸਲਿਮ ਔਰ ਸਿੱਖ ਔਰ ਹਿੰਦੂ ਜਿਹੜੇ ਕਮਿਊਨਲ ਫੋਰਸਿਸ ਸੀ ਉਹਨਾਂ ਨੂੰ ਰਿਪ੍ਰਜੈਂਟ ਕਰਦੀ ਸੀ, ਉਹਨਾਂ 'ਚੋਂ ਕੋਈ ਵੀ ਕਦੀ ਮਿਨਿਸਟਰੀ ਨਹੀਂ ਬਣਾ ਸਕੇ ਪੰਜਾਬ ਦੇ ਵਿੱਚ। ਇਨਫੈਕਟ 1937 'ਚ ਜਿਹੜੇ ਪਹਿਲੀ ਵਾਰੀ ਜਦੋਂ ਮਿਨਿਸਟਰੀਆਂ ਬਣੀਆਂ, ਪੋਪੂਲਰ ਮਿਨਿਸਟਰੀਆਂ, ਤਾਂ ਯੂਨੀਅਨਿਸਟ ਪਾਰਟੀ ਦੀ ਬਣੀ, ਔਰ 46 ਤੱਕ ਯੂਨੀਅਨਿਸਟ ਪਾਰਟੀ ਦੀ ਮਿਨਿਸਟਰੀ ਜਿਹੜੀ ਹੈ ਉਹ ਚੱਲਦੀ ਰਹੀ। ਅਤੇ ਯੂਨੀਅਨਿਸਟ ਪਾਰਟੀ 'ਚ ਹੋਰ ਜੋ ਵੀ ਅਸੀਂ ਉਹਦਾ ਸਾਡੀ ਅੰਡਰਸਟੈਂਡਿੰਗ ਹੋਏ, ਉਹਦਾ ਕ੍ਰਿਟੀਸਿਜ਼ਮ ਹੋਏ ਨਾ ਹੋਏ ਕਿ ਪ੍ਰੋ ਲੈਂਡਲੋਰਡ ਸੀ ਜਾਂ ਜਿਸ ਤਰ੍ਹਾਂ ਵੀ ਸੀ, ਜਾਂ ਪ੍ਰੋ ਲੋਇਲਿਸਟ ਪਾਰਟੀ ਸੀ, ਪਰ ਕਮ ਸੇ ਕਮ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਯੂਨੀਅਨਿਸਟ ਪਾਰਟੀ ਜਿਹੜੀ ਸੀ ਉਹ ਕਮਿਊਨਲ ਪਾਰਟੀ ਸੀ।
ਇਹ ਕਹਿਣਾ ਕਿ ਕਮਿਊਨਲ ਫੋਰਸਿਸ ਜਿਹੜੇ ਸੀ ਉਹ ਪ੍ਰੀ ਇੰਡੀਪੈਂਡੈਂਸ ਪੰਜਾਬ ਦੇ ਵਿੱਚ ਬਹੁਤ ਸਟਰੋਂਗ ਸੀ, ਮੈਨੂੰ ਇਹ ਗੱਲ ਜਿਹੜੀ ਹੈ ਕਿਤੇ ਮਤਲਬ ਠੀਕ ਨਹੀਂ ਬੈਠਦੀ। ਅੱਛਾ, ਦੂਸਰੀ ਚੀਜ਼ ਇਹ ਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਸੈਕੂਲਰ ਜਿਹੜਾ ਇਨਫਲੂਐਂਸ ਹੈ ਔਰ ਸੈਕੂਲਰ ਰਾਸ਼ਟਰਵਾਦੀ ਜਾਂ ਕੌਮੀ ਜੋ ਇਨਫਲੂਐਂਸ ਹੈ ਉਹਨੂੰ ਉਹਦਾ ਉਹਦਾ ਕਿੰਨਾ ਇੰਪੈਕਟ ਹੈ, ਉਹਦੀ ਕਿੰਨੀ ਰੀਚ ਹੈ, ਉਹ ਕਿੰਨੀ ਦੂਰ ਤੱਕ ਫੈਲਿਆ ਸੀ, ਉਹ ਅਸੀਂ ਸਿਰਫ ਵੋਟ ਗਿਣ ਕੇ ਔਰ ਇਲੈਕਸ਼ਨ 'ਚ ਕੀ ਰਿਜ਼ਲਟ ਆਏ ਨੇ ਇਹ ਦੇਖ ਕੇ ਅਸੀਂ ਉਹਦਾ ਅੰਦਾਜ਼ਾ ਨਹੀਂ ਲਗਾ ਸਕਦੇ, ਕਿਉਂਕਿ ਅਸਲੀ ਜਿਹੜੀ ਤਾਕਤ ਹੈ ਉਹ ਉਸ ਵਕਤ ਦਾ ਜਿਹੜਾ ਪੋਲੀਟਿਕਸ ਸੀ ਉਹ ਮਾਸ ਪੋਲੀਟਿਕਸ ਸੀ ਔਰ ਉਹ ਸਟਰਗਲ ਦਾ ਪੋਲੀਟਿਕਸ ਸੀ, ਲੜਾਈ ਦਾ, ਸੰਘਰਸ਼ ਦਾ, ਮੂਵਮੈਂਟਸ ਦਾ ਪੋਲੀਟਿਕਸ ਸੀ, ਲਹਿਰਾਂ ਸੀ। ਅਤੇ ਉਹ ਜਿਹੜੀਆਂ ਲਹਿਰਾਂ ਸੀ, ਜਿਹੜੀਆਂ ਮੂਵਮੈਂਟ ਸੀ, ਉਹ ਸਾਨੂੰ ਦੇਖਣੀਆਂ ਪੈਣਗੀਆਂ ਕਿ ਉਹਨਾਂ ਦਾ ਕਿੱਥੇ ਤੱਕ ਰੀਚ ਸੀ, ਉਹਨਾਂ ਦੀ ਕੀ ਆਈਡੀਓਲੋਜੀ ਸੀ, ਉਹਨਾਂ ਦਾ ਕੀ ਇੰਪੈਕਟ ਸੀ, ਤਦ ਅਸੀਂ ਜਿਹੜਾ ਹੈ ਸੈਕੂਲਰ ਫੋਰਸਿਸ ਕਮਜ਼ੋਰ ਸੀ ਜਾਂ ਤਾਕਤਵਰ ਸੀ ਕਿਸ ਤਰ੍ਹਾਂ ਸੀ ਅਸੀਂ ਉਹਦਾ ਅੰਦਾਜ਼ਾ ਠੀਕ ਤਰ੍ਹਾਂ ਲਗਾ ਸਕਦੇ ਹਾਂ। ਇੱਕ ਚੀਜ਼ ਹੋਰ ਹੈ, ਮੈਨੂੰ ਲੱਗਦਾ ਹੈ ਕਿ ਪੋਲੀਟੀਕਲ ਪਾਰਟੀਜ਼ ਔਰ ਉਹਨਾਂ ਦੀਆਂ ਜਿਹੜੇ ਸਿਆਸੀ ਪਾਰਟੀ ਹੈ ਔਰ ਸਿਆਸੀ ਜਿਹੜੀਆਂ ਆਈਡੀਓਲੋਜੀਜ਼ ਹੈ ਉਹਨਾਂ ਤੋਂ ਇਲਾਵਾ ਹੋਰ ਵੀ ਸੋਰਸ ਸੀ, ਹੋਰ ਵੀ ਜਗ੍ਹਾ ਸੀ ਜਿੱਥੋਂ ਟ੍ਰੈਡੀਸ਼ਨ ਸੀ ਜਿੱਥੋਂ ਸੈਕੂਲਰਿਜ਼ਮ ਪੰਜਾਬ ਦੇ ਵਿੱਚ ਆਉਂਦਾ ਹੈ ਔਰ ਇੱਥੇ ਸਾਨੂੰ ਜਿਹੜੀਆਂ ਸੋਸ਼ਲ ਔਰ ਕਲਚਰਲ ਔਰ ਰਿਲੀਜੀਅਸ ਜਿਹੜੀ ਟ੍ਰੈਡੀਸ਼ਨ ਹੈ ਉੱਥੇ ਸਾਨੂੰ ਦੇਖਣਾ ਪਏਗਾ, ਉੱਥੇ ਜਾਣਾ ਪਏਗਾ, ਉਹ ਜਿਹੜਾ ਇਤਿਹਾਸ ਹੈ, ਉਹ ਜਿਹੜੀ ਤਾਰੀਖ ਹੈ ਉੱਥੇ ਸਾਨੂੰ ਦੇਖਣਾ ਪਏਗਾ ਕਿ ਸਮਾਜਿਕ ਔਰ ਸੰਸਕ੍ਰਿਤਿਕ ਔਰ ਧਾਰਮਿਕ ਜਿਹੜੇ ਹੈਗੇ ਨੇ ਉਸ ਏਰੀਆ ਦੇ ਵਿੱਚ ਕੀ ਕੀ ਰਿਐਲਿਟੀ ਸੀ। ਇੱਥੇ ਮੈਨੂੰ ਲੱਗਦਾ ਹੈ ਕਿ ਹਿੰਦੂ ਹੋਣ ਚਾਹੇ ਮੁਸਲਮਾਨ ਹੋਣ ਚਾਹੇ ਸਿੱਖ ਹੋਣ, ਉਹ ਕਈ ਸਦੀਆਂ ਤੋਂ ਪੰਜਾਬ ਦੇ ਪਿੰਡਾਂ ਵਿੱਚ ਅਤੇ ਪੰਜਾਬ ਦੇ ਸ਼ਹਿਰਾਂ ਵਿੱਚ ਇਕੱਠੇ ਰਹਿੰਦੇ ਰਹੇ ਸੀ। ਇਹਦਾ ਨਤੀਜਾ ਇਹ ਸੀ ਕਿ ਇੱਕ ਤਰ੍ਹਾਂ ਦਾ ਇੱਕ ਸਾਂਝਾ ਜਿਹੜਾ ਕਲਚਰ ਹੈ, ਸਾਂਝੀ ਰਹਿਣ ਦਾ ਜਿਹੜਾ ਤਰੀਕਾ ਹੈ, ਸਾਂਝਾ ਸਾਂਝੀ ਸੰਸਕ੍ਰਿਤੀ ਜਿਹੜੀ ਜਿਸ ਤਰ੍ਹਾਂ ਅਸੀਂ ਹਿੰਦੁਸਤਾਨੀ 'ਚ ਜਾਂ ਹਿੰਦੀ 'ਚ ਕਹਿੰਦੇ ਹਾਂ, ਉਹ ਓਵਰ ਟਾਈਮ ਸਿੰਕ੍ਰੈਟਿਕ ਕਲਚਰ ਇੱਕ ਇਵੋਲਵ ਹੋ ਗਿਆ ਸੀ ਔਰ ਇਹ ਜਿਹੜਾ ਕਲਚਰ ਸੀ ਇਹਦੇ ਵਿੱਚ ਹਰੇਕ ਅਲੱਗ ਅਲੱਗ ਜਿਹੜੇ ਟ੍ਰੈਡੀਸ਼ਨ ਸੀ ਰਿਲੀਜੀਅਸ ਉਹਦੇ ਐਲੀਮੈਂਟਸ ਇਹਦੇ ਵਿੱਚ ਮਿਕਸਡ ਸੀ। ਅਤੇ ਇਹਦੇ ਐਗਜ਼ਾਮਪਲ ਮੈਂ ਇੱਥੋਂ ਵੀ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿ ਜਿਸ ਤਰ੍ਹਾਂ ਸੂਫੀ ਸੀ ਉਹ ਕਿੰਨੇ ਪੋਪੂਲਰ ਸੀ ਪੰਜਾਬ ਦੇ ਵਿੱਚ, ਸੂਫੀ ਦੇ ਨਾਮ ਸਾਡੇ ਸਾਹਮਣੇ ਆਉਂਦੇ ਨੇ, ਸ਼ਾਹ ਹੁਸੈਨ, ਬਾਬਾ ਫਰੀਦ, ਬੁੱਲੇ ਸ਼ਾਹ, ਉਹ ਔਰ ਉਹਨਾਂ ਦੀ ਪੋਇਟਰੀ ਜਿਹੜੀ ਸੀ ਉਹ ਸਾਰੇ ਜਣੇ ਉਹਨੂੰ ਰਿਸਾਈਟ ਕਰਦੇ ਸੀ ਔਰ ਉਹਨੂੰ ਗਾਉਂਦੇ ਸੀ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਇਹ ਤਾਂ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ, ਮੈਨੂੰ ਪੂਰਾ ਯਕੀਨ ਹੈ ਕਿ ਸਭ ਲੋਕ ਇਹ ਜਾਣਦੇ ਨੇ ਕਿ ਦੋਨੋਂ ਸਾਈਡ ਦੇ ਜਿਹੜੇ ਪੰਜਾਬ ਹੈ ਉਹਦੇ ਵਿੱਚ ਅਜੇ ਤੱਕ ਜਿਹੜਾ ਹੈ ਇਹਨਾਂ ਦੇ ਜਿਹੜੀ ਪੋਇਟਰੀ ਹੈ, ਇਹਨਾਂ ਦਾ ਜਿਹੜਾ ਇਨਫਲੂਐਂਸ ਹੈ ਉਹ ਅਜੇ ਤੱਕ ਜਿਹੜਾ ਕਿੰਨਾ ਸਟਰੋਂਗ ਹੈ। ਫਿਰ ਇੱਕ ਪੂਰੀ ਟ੍ਰੈਡੀਸ਼ਨ ਸੀ ਪੰਜਾਬ ਦੇ ਵਿੱਚ ਪੀਰਾਂ ਦੀ, ਦਰਗਾਹ ਦੀ, ਮਜ਼ਾਰ ਦੀ, ਜਿੱਥੇ ਕਿ ਸਾਰੇ ਜਿਹੜੇ ਸੀ ਜਿਹੜੇ ਵਿਸ਼ਵਾਸ ਕਰਦੇ ਸੀ ਔਰ ਜਿਹੜੇ ਉਹਨਾਂ ਕੋਲੋਂ ਮੰਗਣ ਜਾਂਦੇ ਸੀ, ਆਪਣੀ ਮੰਨਤ ਮੰਗਣ ਜਾਂਦੇ ਸੀ, ਉਹ ਚਾਹੇ ਉਹ ਹਿੰਦੂ ਹੋਏ ਚਾਹੇ ਸਿੱਖ ਹੋ ਮੁਸਲਮਾਨ ਹੋ, ਉਹ ਇਹਨਾਂ ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਜਿਹੜੇ ਜਗ੍ਹਾ ਸੀ ਉੱਥੇ ਜਾਣ ਦੀ ਟ੍ਰੈਡੀਸ਼ਨ ਸੀ। ਅਜੇ ਤੱਕ ਵੀ ਹੈ ਸਾਡੇ ਹਿੰਦੁਸਤਾਨੀ ਪੰਜਾਬ ਦੇ ਵਿੱਚ ਵੀ ਪੁਰਾਣੇ ਜਿਹੜੇ ਮਜ਼ਾਰ ਨੇ, ਪੁਰਾਣੇ ਜਿਹੜੇ ਦਰਗਾਹ ਨੇ ਅਜੇ ਤੱਕ ਜਿਹੜੇ ਨੇ ਉਹ ਜ਼ਿੰਦਾ ਨੇ ਔਰ ਲੋਕ ਉੱਥੇ ਜਾਂਦੇ ਨੇ। ਕਿਸੇ ਨੇ ਔਰਤ ਨੂੰ ਬੱਚਾ ਨਹੀਂ ਹੁੰਦਾ ਤਾਂ ਉਹ ਮੰਦਿਰ ਨਹੀਂ ਜਾਂਦੀ, ਉਹ ਮਜ਼ਾਰ 'ਤੇ ਜਾਂਦੀ ਹੈ। ਫੋਕ ਟ੍ਰੈਡੀਸ਼ਨਸ ਵੀ ਜਿਹੜੀਆਂ ਹੈ, ਜਿਹੜੀਆਂ ਆਮ ਲੋਕਾਂ ਦੀਆਂ ਜਿਹੜੀਆਂ ਟ੍ਰੈਡੀਸ਼ਨਸ ਹੈ, ਜਿਸ ਤਰ੍ਹਾਂ ਕਿ ਸੋਨੀ ਮਹਿਵਾਲ ਜਾਂ ਹੀਰ ਰਾਂਝਾ ਜਾਂ ਸੱਸੀ ਪੁੰਨੂ, ਇਹ ਜਿਹੜੀਆਂ ਟ੍ਰੈਡੀਸ਼ਨਸ ਹੈ, ਜਿਹੜੀਆਂ ਸਟੋਰੀਜ਼ ਹੈ, ਇਹ ਵੀ ਬਿਲਕੁਲ ਸਾਂਝੀਆਂ ਸੀ। ਮੈਨੂੰ ਨਹੀਂ ਲੱਗਦਾ ਕਿਸੇ ਨੇ ਅੱਜ ਤੱਕ ਇਹ ਕਿਹਾ ਹੈ ਕਿ ਇਹ ਜਿਹੜੀਆਂ ਮੁਸਲਮਾਨਾਂ ਦੇ ਵਿੱਚ ਜ਼ਿਆਦਾ ਪੋਪੂਲਰ ਸੀ ਜਾਂ ਹਿੰਦੂਆਂ ਵਿੱਚ ਸੀ ਜਾਂ ਸਿੱਖਾਂ ਵਿੱਚ ਜ਼ਿਆਦਾ ਸੀ। ਹਰੇਕ ਜਿਹੜੀ ਕੌਮ ਸੀ ਉਹ ਇਹਨਾਂ ਨੂੰ ਆਪਣੀ ਸਾਂਝੀ ਟ੍ਰੈਡੀਸ਼ਨਸ ਮੰਨ ਕੇ ਅੱਗੇ ਚੱਲਦੀ ਸੀ। ਇਹ ਜਿਹੜੇ ਸਾਰੇ ਲਵਰਸ ਦਾ ਜਿਹੜਾ ਪੂਰਾ ਟ੍ਰੈਡੀਸ਼ਨ ਹੈ, ਇੱਕ ਇਸ਼ਕ ਨੂੰ ਮੰਨਣਾ
और ਇਹ ਸਾਰੇ ਜਿਹੜੇ ਐਗਜ਼ਾਮਪਲਸ ਹੈ ਸਾਰੀ ਜਿਹੜੀਆਂ ਸਟੋਰੀਜ਼ ਹੈ ਇਹਦੇ ਵਿੱਚ ਜਿਸ ਤਰ੍ਹਾਂ ਉਹਨੂੰ ਆਈਡੀਅਲਾਈਜ਼ ਕੀਤਾ ਜਾਂਦਾ ਹੈ ਇਹ ਕੋਈ ਵੀ ਕਮਿਊਨਿਟੀ ਸਪੈਸੀਫਿਕ ਜਾਂ ਰਿਲੀਜਨ ਸਪੈਸੀਫਿਕ ਨਹੀਂ ਹੈ ਔਰ ਕਈ ਵਾਰੀ ਇਹਨਾਂ ਦੇ ਵਿੱਚ ਜਿਹੜੇ ਉਹ ਐਕਟਰ ਸੀ ਜਾਂ ਜਿਹੜੇ ਉਹਦੇ ਮੇਨ ਕੈਰੇਕਟਰ ਸੀ ਉਹ ਵੀ ਦੋ ਲਵਰਸ ਜਿਹੜੇ ਅਲੱਗ ਅਲੱਗ ਰਿਲੀਜਨ ਦੇ ਹੁੰਦੇ ਸੀ ਰੀਸੈਂਟਲੀ ਇੱਕ ਬੜੇ ਅੱਛੇ ਰਾਈਟਰ ਤੁਹਾਡੇ ਇੱਧਰੋਂ ਪਾਕਿਸਤਾਨ ਤੋਂ निकले ने हरून खालिद एक बड़े यंग पाकिस्तानी एंथ्रोपोलॉजिस्ट ने जिन्होंने बड़ी अच्छिया किताबा लिखिया है उन्होंने दिया दो किताबा बड़िया फेमस हुई ने एक ते अ वाइट ट्रेल और एक है और हुने आई है सर्चिंग फॉर शिवा जिदे विच उन्होंने ए फोक रिलीजियस ट्रेडिशंस जिहड़ी है उन्हों स्टडी करन दी कोशिश की है और ये जिहड़ियां सांझियां चीज़ा है उन्होंने सामने लियान दी कोशिश की है बड़ी अच्छी है एफर्ट है और बड़ा अच्छा इहदा रिस्पोंस हो रहा है और मैं खास नोट करना चाहनी हाँ इन्हां दे काम नूं अज दा जिहड़ा लैक्चर है इहदे विच जिहड़ा साडा फोकस होएगा ये सियासी जिहड़ी परंपरा है सियासी जिहड़ी ट्रेडिशंस है उहदे विच ज़्यादा होएगा क्योंकि वह मेरा फील्ड ऑफ स्टडी है मैं जिहड़ा कल्चरल और सोशल है वह मैं जानती हाँ उहदे विच मैं बहुत इंटरेस्ट है पर वो मेरा रिसर्च का सब्जेक्ट नहीं रहा है इसलिए लैक्चर दे विच मैं उदा मेंशन जरूर करांगी मैं जरूर कहना चाहवांगी कि उत्थे सानू देखना उत्थे लभना सानू बहुत जरूरी है पर मेरा अपना जेड़ा फील्ड ऑफ एक्सपर्टीज है वो ज़्यादा पोलिटिकल ट्रेडिशंस के उपर है तो मैं ओदी ज़्यादा अज थोड़े नाल गल करन दी कोशिश करांगी ते इत्थे मैं एक चीज़ यह कहना चाहनी हाँ कि अंग्रेज़ां दे आन तो पहला ਅਸੀਂ ਅਗਰ ਐਗਜ਼ਾਮਪਲ ਲਈਏ ਤਾਂ ਉੱਥੇ ਅਸੀਂ ਦੇਖਾਂਗੇ ਕਿ ਜਿਹੜੀ ਸਿਆਸੀ ਟ੍ਰੈਡੀਸ਼ਨ ਵੀ ਸੀ ਨਾ ਉਹ ਵੀ ਬਿਲਕੁਲ ਸੈਕੂਲਰ ਸੀ ਫੋਰ ਐਗਜ਼ਾਮਪਲ ਜਿਹੜਾ ਪੰਜਾਬ ਦਾ ਲਾਸਟ ਰੂਲਰ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਹਾਲਾਂਕਿ ਉਹ ਆਪਣੇ ਪਰਸਨਲ ਲਾਈਫ ਦੇ ਵਿੱਚ ਬਹੁਤ ਡਿਵਾਊਟ ਸਿੱਖ ਸੀ परंतु उन्होंने मुसलमाना ते हिंदुआ नू बगैर किसी डिस्टिंक्शन दे बगैर किसी भेदभाव दे अपने आर्मी विच अपने एडमिनिस्ट्रेशन विच पूरी तरह उन्होंने जगह दित्ती सी चाहे वो वड्डे वड्डे जनरल होन ते चाहे अफसर होन या लोअर लेवल्स ते सोल्जर होन या बाकी काम करन वाले होन कदी उन्होंने डिस्टिंक्शन नहीं किया उन्होंने सारे जेड़े धर्म सी सारियां नू इज्जत दित्ती और सारियां दे जेड़े फेस्टिवल सी वो सारे सेलिब्रेट करदे सी अपने कोर्ट दे विच मजॉरिटी जेड़ी उन्हां दी प्रजा सी उन्हां दे सब्जेक्ट सी वो मुस्लिम सी लाहौर दरबार जेड़ा सी जेड़े उहदे च मजॉरिटी सिख नहीं सी मजॉरिटी तो मुसलमान सी बड़ी इंटरेस्टिंग चीज़ है कि उन्हां दे जेड़े कोर्ट सी ਉਹਦੀ ਜਿਹੜੀ ਲੈਂਗੁਏਜ ਸੀ ਉਹਦੀ ਜਿਹੜੀ ਭਾਸ਼ਾ ਸੀ ਜ਼ੁਬਾਨ ਸੀ ਉਹ ਪਰਸ਼ੀਅਨ ਹੀ ਰਹੀ ਪੰਜਾਬੀ ਕਦੀ ਨਹੀਂ ਬਣੀ ਨਾ ਹੀ ਗੁਰਮੁਖੀ ਸਕ੍ਰਿਪਟ ਬਣਿਆ ਓਫਿਸ਼ਲ ਸਕ੍ਰਿਪਟ ਸਾਰੇ ਓਫਿਸ਼ਲ ਰਿਕਾਰਡ ਜਿਹੜੇ ਸੀ ਉਹ ਪਰਸ਼ੀਅਨ ਵਿੱਚ ਹੀ ਲਿਖੇ ਗਏ ਅਜੇ ਤੱਕ ਜਿਹੜੇ ਇਤਿਹਾਸਕਾਰ ਉਸ ਪੀਰੀਅਡ ਦੇ ਉੱਤੇ ਰਿਸਰਚ ਕਰਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਪਰਸ਼ੀਅਨ ਸਿੱਖਣੀ ਪੈਂਦੀ ਹੈ ਨਹੀਂ ਤਾਂ ਰਣਜੀਤ ਸਿੰਘ ਦੇ ਦੇ ਟਾਈਮ ਦੀ ਹਿਸਟਰੀ ਤੁਸੀਂ ਨਹੀਂ ਲਿਖ ਸਕਦੇ ਪਰਸ਼ੀਅਨ ਜਾਣੇ ਬਗੈਰ ਸਾਡੇ ਜਿਹੜੇ ਬਹੁਤ ਵੱਡੇ ਸਕਾਲਰ ਇੱਥੇ ਰਹੇ ਨੇ ਪ੍ਰੋਫੈਸਰ ਗਰੇਵਾਲ ਉਹ ਬਹੁਤ ਵਧੀਆ ਪਰਸ਼ੀਅਨ ਜਾਣਦੇ ਨੇ ਪਰਸ਼ੀਅਨ ਪੋਇਟਰੀ ਉਹ ਰਿਸਾਈਟ ਕਰਦੇ ਨੇ ਇੰਨੇ ਅੱਛੇ ਸਕਾਲਰ ਨੇ ਉਹ ਪਰਸ਼ੀਅਨ ਦੇ ਤਦੀ ਉਹ ਇੰਨੇ ਅੱਛੇ ਸਕਾਲਰ ਰਣਜੀਤ ਸਿੰਘ ਔਰ ਸਿੱਖ ਪੀਰੀਅਡ ਦੇ ਵੀ ਬਣ ਪਾਏ ਗੁਰਮੁਖੀ ਜਿਹੜੀ ਸੀ ਗੁਰਮੁਖੀ ਇੱਕ ਸਕ੍ਰਿਪਟ ਹੈ ਜਿਹਦੇ ਵਿੱਚ ਸਿੱਖ ਰਿਲੀਜੀਅਸ ਜਿਹੜੀਆਂ ਟੈਕਸਟਸ ਹੈ ਉਹ ਲਿਖੀਆਂ ਜਾਂਦੀਆਂ ਸੀ ਜਾਂ ਪੰਜਾਬੀ ਜਿਹੜੀ ਹੈ ਉਹ ਲੈਂਗੁਏਜ ਸੀ ਜਿਹੜੇ ਸਾਰੇ ਪੰਜਾਬੀ ਬੋਲਦੇ ਸੀ ਇਹ ਅਸੀਂ ਇਹਨਾਂ ਦੋਨਾਂ ਨੂੰ ਕਨਫਿਊਜ਼ ਨਹੀਂ ਕਰ ਸਕਦੇ ਜਿਸ ਤਰ੍ਹਾਂ ਹੁਣ ਪੰਜਾਬੀ ਜਿਹੜੀ ਹੈ ਗੁਰਮੁਖੀ 'ਚ ਵੀ ਲਿਖੀ ਜਾਂਦੀ ਹੈ ਸ਼ਾਹਮੁਖੀ 'ਚ ਵੀ ਲਿਖੀ ਜਾਂਦੀ ਹੈ ਔਰ ਹੁਣ ਅਸੀਂ ਉਹਨੂੰ ਦੇਵਨਾਗਰੀ ਸਕ੍ਰਿਪਟ ਵਿੱਚ ਵੀ ਲਿਖਦੇ ਹਾਂ ਉਹਨਾਂ ਪੰਜਾਬੀਆਂ ਲਈ ਜਿਹਨਾਂ ਨੂੰ ਗੁਰਮੁਖੀ ਇੱਥੇ ਨਹੀਂ ਆਉਂਦੀ ਪਰ ਉਹਨਾਂ ਨੂੰ ਦੇਵਨਾਗਰੀ ਸਕ੍ਰਿਪਟ ਆਉਂਦੀ ਹੈ ਕਿ ਉਹਨਾਂ ਨੂੰ ਹਿੰਦੀ ਆਉਂਦੀ ਹੈ ਇਨਫੈਕਟ ਮੈਂ ਕਹਾਂਗੀ ਕਿ ਸਾਡੇ ਕੋਲ ਕੋਈ ਐਸੇ ਐਵੀਡੈਂਸ ਨਹੀਂ ਮਿਲਦਾ ਰਣਜੀਤ ਸਿੰਘ ਦੇ ਪੀਰੀਅਡ ਦਾ ਜਿਹੜਾ ਸਾਨੂੰ ਉਹ ਦਿਖਾਏ ਕਿ ਉਹਨਾਂ ਨੇ
ਸਿੱਖਾਂ ਨੂੰ ਕੋਈ ਖਾਸ ਫੇਵਰ ਕੀਤਾ ਹੋਵੇ, ਜਿਸ ਤਰ੍ਹਾਂ ਕਿ ਵੀ ਸਿੱਖਾਂ ਨੂੰ ਕੋਈ ਉਹਨਾਂ ਕੋਲੋਂ ਟੈਕਸ ਕਮ ਲਿੱਤਾ ਹੋਵੇ ਜਾਂ ਉਹਨਾਂ ਨੂੰ ਕੋਈ ਹੋਰ ਚੀਜ਼ ਜਿਹੜੀ ਹੈ ਕਿ ਖਾਸ ਉਹਨਾਂ ਨੂੰ ਕੋਈ ਫੇਵਰ ਕਿਸੇ ਵੀ ਤਰ੍ਹਾਂ ਦਾ ਕੋਈ ਖਾਸ ਚੀਜ਼ ਉਹਨਾਂ ਦੇ ਲਈ ਕੀਤੀ ਹੋਵੇ। ਪੰਜਾਬ ਜਿਹੜਾ ਸੀ ਰਣਜੀਤ ਸਿੰਘ ਦੇ ਅੰਦਰ ਦੇ ਨੀਚੇ ਇੱਕ ਸਿੱਖ ਸਟੇਟ ਜਾਂ ਸਿੱਖ ਰਾਜ ਦੀ ਤਰ੍ਹਾਂ ਨਹੀਂ ਰੂਲ ਕੀਤਾ ਗਿਆ। ਇਨਫੈਕਟ ਹਾਲਾਂਕਿ ਅੱਜ ਕੱਲ੍ਹ ਕੋਮਨ ਹੋ ਗਿਆ ਹੈ ਕਿ ਉਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਸਿੱਖ ਕਿੰਗਡਮ ਸੀ ਜਾਂ ਸਿੱਖ ਸਟੇਟ ਸੀ, ਪਰ ਅਸਲ 'ਚ ਅਗਰ ਅਸੀਂ ਦੇਖੀਏ ਤਾਂ ਇਹ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਰੂਲ ਸੀ ਅਸੀਂ ਉਹਨੂੰ ਸਿੱਖ ਰੂਲ ਕਹਿੰਦੇ ਹਾਂ, ਪਰ ਐਕਚੁਅਲੀ ਜਿਹੜਾ ਹੈ ਉਹਨਾਂ ਦਾ ਰੂਲ ਜਿਹੜਾ ਸੀ ਉਹ ਬਿਲਕੁਲ ਸੈਕੂਲਰ ਰੂਲ ਸੀ, ਜਿਹੜਾ ਕਿ ਟ੍ਰੈਡੀਸ਼ਨ ਸੀ। ਮੁਗਲਾਂ ਦਾ ਰੂਲ ਵੀ ਜਿਹੜਾ ਸੀ ਅਸੀਂ ਉਹਨੂੰ ਸੈਕੂਲਰ ਰੂਲ ਮੰਨਦੇ ਹਾਂ, ਅਸੀਂ ਉਹਨਾਂ ਨੂੰ ਮੁਸਲਿਮ ਰੂਲ ਨਹੀਂ ਮੰਨਦੇ ਹਾਂ। ਇਸੀ ਤਰ੍ਹਾਂ ਰਣਜੀਤ ਸਿੰਘ ਦਾ ਜਿਹੜਾ ਰੂਲ ਸੀ ਉਹ ਸਿੱਖ ਰੂਲ ਨਹੀਂ ਸੀ, ਉਹ ਸਾਰੇ ਸਬਜੈਕਟਸ ਦੇ ਨਾਲ ਇੱਕੋ ਜਿਹਾ ਵਿਵਹਾਰ ਕਰਦੇ ਸੀ। ਉਹਨਾਂ ਦਾ ਆਪਣਾ ਰਿਲੀਜਨ ਜਿਹੜਾ ਸੀ ਉਹ ਸਿੱਖ ਸੀ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸਿੱਖ ਧਰਮ ਨੂੰ ਕਿਸ ਤਰ੍ਹਾਂ ਜ਼ਿਆਦਾ ਉਹ ਇੰਪੋਰਟੈਂਸ ਦਿੰਦੇ ਸੀ ਔਰ ਦੂਸਰੇ ਧਰਮ ਦੇ ਲੋਕਾਂ ਦੇ ਖਿਲਾਫ ਡਿਸਕ੍ਰਿਮੀਨੇਟ ਕਰਦੇ ਸੀ। ਹੁਣ ਅਸੀਂ ਆਉਂਦੇ ਹਾਂ ਕਲੋਨੀਅਲ ਪੰਜਾਬ ਜਾਂ ਬ੍ਰਿਟਿਸ਼ ਜਿਹੜਾ ਰੂਲ ਹੈ ਉਸ ਦੇ ਵਿੱਚ ਆਉਂਦੇ ਹਾਂ, ਅਤੇ ਇੱਥੇ ਸਾਨੂੰ ਹੁਣ ਦੇਖਣਾ ਪਵੇਗਾ ਕਿ ਜਿਹੜੀ ਸਿਆਸੀ ਟ੍ਰੈਡੀਸ਼ਨਸ ਜਿਹੜੀ ਬਣੀਆਂ ਅੰਗਰੇਜ਼ਾਂ ਦੇ ਖਿਲਾਫ, ਜਿਹੜੇ ਅੰਦੋਲਨ ਸ਼ੁਰੂ ਹੋਏ, ਜਿਹੜੀਆਂ ਲਹਿਰਾਂ ਸ਼ੁਰੂ ਹੋਈਆਂ, ਜਿਹੜੀਆਂ ਮੂਵਮੈਂਟ ਸ਼ੁਰੂ ਹੋਈਆਂ, ਸਟਰਗਲ ਸ਼ੁਰੂ ਹੋਈਆਂ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਾਨੂੰ ਆਈਡੀਓਲੋਜੀ ਜਿਹੜੀ ਹੈ ਸਾਨੂੰ ਮਿਲਦੀ ਹੈ। ਉਹ ਜਿਹੜੀਆਂ ਮੂਵਮੈਂਟ ਸੀ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਜਿਹੜੀਆਂ ਇਹ ਮਾਸ ਮੂਵਮੈਂਟ ਸੀ ਉਹ ਮੂਵਮੈਂਟਸ ਜਿਹੜੀਆਂ ਲੋਕਾਂ ਦੇ ਵਿੱਚ ਬਹੁਤ ਦੂਰ ਤੱਕ ਗਈਆਂ, ਉਹ ਮੂਵਮੈਂਟਸ ਜਿਹੜੀਆਂ ਸੀ ਉਹਨਾਂ ਦੀ ਆਈਡੀਓਲੋਜੀ ਨੇ ਕਿਸ ਤਰ੍ਹਾਂ ਜੋ ਹੈ ਇਹ ਸੈਕੂਲਰਿਜ਼ਮ ਦਾ ਜਿਹੜੇ ਪੂਰੇ ਆਈਡੀਆਜ਼ ਨੇ ਇਹ ਲੋਕਾਂ ਦੇ ਅੰਦਰ ਫੈਲਾਏ। ਅਤੇ ਇੱਥੇ ਜਿਹੜਾ ਮੈਂ ਜੇ ਕਹਾਣੀ ਜਿਹੜੀ ਮੈਂ ਸ਼ੁਰੂ ਕਰਨਾ ਚਾਹੁੰਦੀ ਹਾਂ ਉਹ 20th ਸੈਂਚਰੀ ਦੇ ਪਹਿਲੇ ਦਸ਼ਕ ਦੀ ਹੈ, ਜਿਹੜੀ ਮੂਵਮੈਂਟ ਸੀ ਜਿੱਥੇ ਪੰਜਾਬ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਹਾਂ ਪਗੜੀ ਸੰਭਾਲੋ ਜੱਟਾ ਮੂਵਮੈਂਟ, ਉਹਦਾ ਨਾਂ ਹੀ ਅਸੀਂ ਰੱਖਿਆ ਹੋਇਆ ਪਗੜੀ ਸੰਭਾਲੋ ਜੱਟਾ। ਹਾਲਾਂਕਿ ਉਹ ਜੋ ਮੂਵਮੈਂਟ ਸੀ ਉਹ ਆਲ ਇੰਡੀਆ ਮੂਵਮੈਂਟ ਇੱਕ ਸੀ, ਸਵਦੇਸ਼ੀ ਮੂਵਮੈਂਟ ਉਹਦਾ ਉਹ ਹਿੱਸਾ ਸੀ। ਇਹ ਮੂਵਮੈਂਟ ਸਵਦੇਸ਼ੀ ਮੂਵਮੈਂਟ ਜਿਹੜੀ ਹੈ ਇੰਡੀਆ ਦੇ ਵਿੱਚ 1905 'ਚ ਜਿਹੜਾ ਪਾਰਟੀਸ਼ਨ ਹੋਇਆ ਬੰਗਾਲ ਦਾ ਅੰਗਰੇਜ਼ਾਂ ਨੇ ਕੀਤਾ ਡਿਵਾਈਡ ਕਰਨ ਨੂੰ ਹਿੰਦੂ ਅਤੇ ਮੁਸਲਮਾਨਾਂ ਨੂੰ, ਉਹਦੇ ਖਿਲਾਫ ਇਹ ਮੂਵਮੈਂਟ ਸ਼ੁਰੂ ਹੋਈ। ਅਤੇ ਜ਼ਿਆਦਾ ਇਹਦਾ ਜਿਹੜਾ ਪਾਵਰ ਸੀ ਜਿਹੜੀ ਇਹਦੀ ਸਟਰੈਂਥ ਸੀ ਇਹ ਬੰਗਾਲ ਅਤੇ ਮਹਾਰਾਸ਼ਟਰਾ ਵਿੱਚ ਹੋਈ, ਖਾਸ ਕਰ ਮਹਾਰਾਸ਼ਟਰ 'ਚ ਬੋਂਬੇ ਸਿਟੀ 'ਚ ਬੜੀ ਪਾਵਰਫੁੱਲ ਸੀ, ਬੰਗਾਲ 'ਚ ਤਾਂ ਪੂਰੇ ਬੰਗਾਲ ਵਿੱਚ ਸੀ। ਅਤੇ ਫਿਰ ਜਿਹੜਾ ਤੀਸਰਾ ਪ੍ਰੋਵਿੰਸ ਜਿਹਦਾ ਇਹਦੇ 'ਚ ਪਕੜ ਵਿੱਚ ਆਇਆ ਉਹ ਸੀ ਪੰਜਾਬ। ਇਹ ਬੜੀ ਇੰਟਰਸਟਿੰਗ ਹੈ ਚੀਜ਼ ਕਿ ਕਿਸ ਤਰ੍ਹਾਂ ਪੰਜਾਬ ਜਿਹੜਾ ਵੈਸੇ ਇੰਨਾ ਪੋਲੀਟੀਕਲੀ ਐਕਟਿਵ ਨਹੀਂ ਮੰਨਿਆ ਜਾਂਦਾ ਸੀ, ਉਹ ਸਭ ਤੋਂ ਪਹਿਲੀ ਜਿਹੜੀ ਮਾਸ ਮੂਵਮੈਂਟ ਹੈ ਸਾਡੀ ਨੈਸ਼ਨਲ ਮੂਵਮੈਂਟ ਦੀ, ਸਵਦੇਸ਼ੀ ਮੂਵਮੈਂਟ, ਉਹਦੇ ਵਿੱਚ ਪੰਜਾਬ ਨੇ ਬੜੇ ਜ਼ੋਰਾਂ ਦੇ ਨਾਲ ਹਿੱਸਾ ਲਿਆ। ਅਤੇ ਇਹ ਮੂਵਮੈਂਟ ਦੇ ਬਾਰੇ 'ਚ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ, ਉਹਦੇ ਬਾਅਦ ਮੈਂ ਫਿਰ ਅੱਗੇ ਗਦਰ ਮੂਵਮੈਂਟ, ਅਕਾਲੀ ਮੂਵਮੈਂਟ, ਸਿਵਲ ਡਿਸਓਬੀਡੀਅੰਸ ਮੂਵਮੈਂਟ, ਐਂਟੀ ਵਾਰ, ਇੰਡੀਵਿਜੁਅਲ ਸਿਵਲ ਡਿਸਓਬੀਡੀਅੰਸ, ਕੁਇਟ ਇੰਡੀਆ, ਸਾਰਿਆਂ ਦੇ ਥੋੜ੍ਹਾ ਥੋੜ੍ਹਾ ਰੈਫਰੈਂਸ ਦੇਣੇ ਦੀ ਤੁਹਾਨੂੰ ਜਿੰਨਾ ਟਾਈਮ ਹੋਏਗਾ ਮੈਂ ਉਹ ਦੱਸਾਂਗੀ। ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਇਸ ਲੈਕਚਰ ਦੇ ਵਿੱਚ ਕਿ ਇਹਦੇ ਵਿੱਚ ਇਹ ਸਾਰਾ ਜਿਹੜਾ ਦੌਰ ਹੈ ਇਹਦੇ ਵਿੱਚ ਜਿਹੜੇ ਵਾਮਪੰਥੀ ਜਿਹੜੇ ਗਰੁੱਪ ਸੀ ਔਰ ਪਾਰਟੀਆਂ ਸੀ ਜਿਹਨਾਂ ਦੇ ਜਿਸ ਤਰ੍ਹਾਂ ਕੀਰਤੀ ਪਾਰਟੀ, ਕਮਿਊਨਿਸਟ, ਫਿਰ ਭਗਤ ਸਿੰਘ ਔਰ ਨੌਜਵਾਨ ਭਾਰਤ ਸਭਾ, ਕਾਂਗਰਸ ਸੋਸ਼ਲਿਸਟ, ਇਹ ਸਾਰਿਆਂ ਦੀ ਜਿਹੜੇ ਸੀ ਇਹਨਾਂ ਦੀ ਵੀ ਆਈਡੀਓਲੋਜੀ ਜਿਹੜੀ ਸੀ ਉਹ ਬੜੀ ਸੈਕੂਲਰ ਔਰ ਐਂਟੀ ਇੰਪੀਰੀਅਲਿਸਟ ਸੀ, ਉਹਨਾਂ ਦਾ ਵੀ ਕਿਸ ਤਰ੍ਹਾਂ ਦਾ ਅਸਰ ਸੀ। ਅਤੇ ਇਹ ਸਾਰਾ ਕੁਛ ਤੁਹਾਡੇ ਸਾਹਮਣੇ ਰੱਖ ਕੇ ਮੈਂ ਇਹ ਆਰਗੂਮੈਂਟ ਤੁਹਾਨੂੰ ਪ੍ਰਜੈਂਟ ਕਰਨਾ ਚਾਹੁੰਦੀ ਹਾਂ ਕਿ ਅਗਰ ਇਹ ਪੂਰੀ ਪਿਕਚਰ ਅਸੀਂ ਦੇਖੀਏ ਤਾਂ ਇਹ ਜਿਹੜਾ ਪੋਪੂਲਰ ਇੰਪ੍ਰੈਸ਼ਨ ਹੈ ਕਿ ਪੰਜਾਬ ਜਿਹੜਾ ਸੀ ਉੱਥੇ ਸੈਕੂਲਰ ਟ੍ਰੈਡੀਸ਼ਨ ਸਟਰੋਂਗ ਨਹੀਂ ਸੀ ਔਰ ਉੱਥੇ ਕਮਿਊਨਲ ਫੋਰਸਿਸ ਸਟਰੋਂਗ ਸੀ, ਇਹ ਇੰਪ੍ਰੈਸ਼ਨ ਮੈਨੂੰ ਗਲਤ ਦਿਖਾਈ ਦਿੰਦਾ ਹੈ। ਹਾਂ, ਇਹ ਗੱਲ ਠੀਕ ਹੈ ਕਿ ਪੰਜਾਬ ਦੇ ਅੰਦਰ ਵੀ ਰੀਜਨਲ ਵੇਰੀਏਸ਼ਨ ਇਹਦੇ ਵਿੱਚ ਕਾਫੀ ਸੀ ਔਰ ਇਹ ਸਾਨੂੰ ਨਜ਼ਰ ਅੰਦਾਜ਼ ਨਹੀਂ ਅਸੀਂ ਉਹਦੇ ਉਹਨੂੰ ਕਰ ਸਕਦੇ। ਸਭ ਤੋਂ ਜ਼ਿਆਦਾ ਸਟਰੋਂਗ ਜਿਹੜੀ ਇਹ ਮੂਵਮੈਂਟ ਜਿਹੜੀਆਂ ਜਿਹਨਾਂ ਦੀ ਮੈਂ ਗੱਲ ਕਰਾਂਗੀ ਉਹ ਜਿਹਨੂੰ ਸੈਂਟਰਲ ਡਿਸਟ੍ਰਿਕਟਸ ਅਸੀਂ ਕਹਿੰਦੇ ਸੀ ਉਹਦੇ ਵਿੱਚ ਸੀ।
ਉਹਦੇ 'ਚ ਇੰਡੀਅਨ ਪੰਜਾਬ ਦੇ ਬੜੇ ਸਾਰੇ ਡਿਸਟ੍ਰਿਕਟ ਆਉਂਦੇ ਨੇ, ਪਰ ਲਾਹੌਰ, ਸ਼ੇਖੂਪੁਰਾ, ਸਿਆਲਕੋਟ, ਲਾਇਲਪੁਰ, ਕਨਾਲ ਕੋਲੋਨੀਜ਼, ਇਹ ਸਾਰੇ ਵੀ ਉਹਦੇ ਵਿੱਚ ਆਉਂਦੇ ਨੇ। ਔਰ ਫਿਰ ਆਫਕੋਰਸ ਜਿਹੜਾ ਸਾਊਥ ਈਸਟਰਨ ਪਾਰਟ ਹੈ ਜਿਹਨੂੰ ਹੁਣ ਅਸੀਂ ਹਰਿਆਣਾ ਕਹਿੰਦੇ ਹਾਂ, ਉੱਥੇ ਵੀ ਮੂਵਮੈਂਟ ਕੁਛ ਨਾ ਕੁਛ ਸਟਰੋਂਗ ਸੀ। ਔਰ ਵੈਸਟਰਨ ਪੰਜਾਬ ਦਾ ਕਾਫੀ ਸਾਰਾ ਹਿੱਸਾ ਸੀ, ਖਾਸ ਕਰ ਜਿਹੜੇ ਉਹ ਇਲਾਕਾ ਜਿਹੜਾ ਕਿ ਜਿੱਥੇ ਬਹੁਤ ਵੱਡੇ ਵੱਡੇ ਲੈਂਡਲੋਰਡ ਸੀ ਔਰ ਬਹੁਤ ਹੀ ਗਰੀਬ ਜਿਹੜੇ ਹੈ ਮੁਜ਼ਾਰੇ ਸੀ, ਉਹ ਏਰੀਆ ਕਾਫੀ ਬੈਕਵਰਡ ਰਿਹਾ। ਔਰ ਜਿਹੜਾ ਸਿਆਸੀ ਨਵੇਂ ਜਿਹੜੇ ਸਿਆਸੀ ਪਾਰਟੀਆਂ ਸੀ ਜਾਂ ਆਈਡੀਓਲੋਜੀ ਸੀ, ਉਹਨਾਂ ਦੀ ਰੀਚ ਤੋਂ ਕਾਫੀ ਹੱਦ ਤੱਕ ਉਹ ਦੂਰ ਰਿਹਾ। ਅਤੇ ਇਹ ਰੀਜਨਲ ਪਿਕਚਰ ਨਜ਼ਰ ਦੇ ਵਿੱਚ ਰੱਖ ਕੇ ਅਸੀਂ ਹੁਣ ਵਾਪਸ ਆਪਣੀ ਕਹਾਣੀ ਜਿਹੜੀ ਹੈ ਉਹਦੇ 'ਤੇ ਆਉਂਦੇ ਹਾਂ। ਤੋ ਇਹ ਜੇ 1907 ਦੇ ਵਿੱਚ ਪੰਜਾਬ ਦੇ ਵਿੱਚ ਇਹ ਪਗੜੀ ਸੰਭਾਲੋ ਜੱਟਾਂ ਵਾਲੀ ਮੂਵਮੈਂਟ ਜਿਹੜੀ ਹੈ ਸ਼ੁਰੂ ਹੋਈ, ਔਰ ਜਿਸ ਤਰ੍ਹਾਂ ਕਿ ਮੈਂ ਕਿਹਾ ਇਸ ਵਿਦੇਸ਼ੀ ਮੂਵਮੈਂਟ ਦਾ ਹਿੱਸਾ ਸੀ। ਇੱਥੇ ਪੰਜਾਬ ਦੇ ਵਿੱਚ ਬੜੀ ਇੰਟਰਸਟਿੰਗ ਚੀਜ਼ ਸੀ ਕਿ ਇਹ ਮੂਵਮੈਂਟ ਬਹੁਤ ਜਲਦੀ ਜਿਹੜੀ ਹੈ ਸ਼ਹਿਰਾਂ 'ਚੋਂ ਸ਼ੁਰੂ ਹੋਈ, ਪਰ ਬਹੁਤ ਜਲਦੀ ਜਿਹੜੀ ਹੈ ਇਹ ਪੇਂਡੂ ਇਲਾਕੇ ਦੇ ਵਿੱਚ ਜਾਂ ਰੂਰਲ ਏਰੀਆਜ਼ ਦੇ ਵਿੱਚ ਫੈਲ ਗਈ। ਇਹ ਇਸ ਕਰਕੇ ਹੋਇਆ ਕਿਉਂਕਿ ਉਸੀ ਵਕਤ ਪੰਜਾਬ ਗਵਰਨਮੈਂਟ ਨੇ ਕੁਛ ਐਸੇ ਬਿੱਲਸ, ਕੁਛ ਐਸੇ ਲੈਜਿਸਲੇਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਜਿਹੜੇ ਕਿ ਬੜੇ ਅਨਪੋਪੂਲਰ ਹੋਏ। ਇੱਕ ਸੀ ਪੰਜਾਬ ਲੈਂਡ ਕੋਲੋਨਾਈਜੇਸ਼ਨ ਬਿੱਲ, ਖਾਸ ਇਹਦਾ ਰੈਫਰੈਂਸ ਇਸ ਲਈ ਦੇ ਰਹੀ ਹਾਂ ਕਿ ਤੁਸੀਂ ਲਾਲਪੁਰ 'ਚ ਬੈਠੇ ਹੋ ਔਰ ਇਹ ਤੁਹਾਡਾ ਏਰੀਆ ਜਿਹੜਾ ਹੈ ਇਹ ਸਾਰੀਆਂ ਚੀਜ਼ਾਂ ਦੇ ਨਾਲ ਬਹੁਤ ਅਫੈਕਟ ਹੋਇਆ ਸੀ। ਅਤੇ ਪੰਜਾਬ ਲੈਂਡ ਕੋਲੋਨਾਈਜੇਸ਼ਨ ਬਿੱਲ ਇਹ 1906 ਦੇ ਵਿੱਚ ਇੰਟਰੋਡਿਊਸ ਹੋਇਆ, ਔਰ ਇਹਦਾ ਸੀ ਕਿ ਇਹ ਜਿਹੜੇ ਜਿਸ ਕੰਡੀਸ਼ਨਸ ਦੇ ਉੱਪਰ ਲੈਂਡ ਕੋਲੋਨਿਸਟ ਨੂੰ ਦਿੱਤਾ ਗਿਆ ਸੀ ਉਹਨੂੰ ਬਦਲਣ ਦੀ ਕੋਸ਼ਿਸ਼ ਸੀ ਇਹਦੇ ਵਿੱਚ। ਫਿਰ ਇੱਕ ਹੋਰ ਬਿੱਲ ਸੀ ਜਿਹੜਾ ਨਵੰਬਰ 1906 ਦੇ ਵਿੱਚ ਲਾਇਆ ਗਿਆ, ਉਹਦੇ ਵਿੱਚ ਜਿਹੜੇ ਕਨਾਲ ਵਾਟਰ ਰੇਟ ਸੀ, ਜਿਹੜਾ ਟੈਕਸ ਸੀ ਜਿਹੜਾ ਪਾਣੀ ਦੇ ਉੱਤੇ ਦੇਣਾ ਪੈਂਦਾ ਸੀ, ਉਹਦੇ ਵਿੱਚ ਇੱਕ ਬਹੁਤ ਸ਼ਾਰਪ ਇਨਕਰੀਜ਼, ਬਹੁਤ ਹੀ ਇੱਕਦਮ ਦੇ ਨਾਲ ਉਹਨੂੰ ਬੜਾਵਾ ਜਿਹੜਾ ਸੀ ਦੇਣ ਦਾ ਕੋਸ਼ਿਸ਼ ਕੀਤੀ ਗਈ ਸੀ। ਔਰ ਇਹ ਜਿਹੜਾ ਬੜੀ ਦੁਆਬ ਬਾਰੀ ਦੁਆਬ ਕਨਾਲ ਹੈ ਜਿਹੜਾ ਕਿ ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ ਡਿਸਟ੍ਰਿਕਟ ਨੂੰ ਇਰੀਗੇਟ ਕਰਦਾ ਹੈ, ਇਹ ਉਸ ਦੇ ਉੱਪਰ ਸੀ। ਅਤੇ ਫਿਰ ਇਹਦੇ ਨਾਲ ਇਹ ਵੀ ਸੀ ਕਿ ਰਾਵਲਪਿੰਡੀ ਡਿਸਟ੍ਰਿਕਟ ਦੇ ਵਿੱਚ ਇੱਕ ਨਵਾਂ ਲੈਂਡ ਰੈਵਨਿਊ ਸੈਟਲਮੈਂਟ ਵੀ ਉਹ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ ਜਿੱਥੇ ਵੀ ਟੈਕਸ ਉਹਨਾਂ ਨੇ ਇਨਕਰੀਜ਼ ਕੀਤਾ। ਅਤੇ ਇਹਦਾ ਨਤੀਜਾ ਇਹ ਹੋਇਆ ਕਿ ਜਿਹੜੇ ਰੂਰਲ ਏਰੀਆ ਦੇ ਜਿਹੜੇ ਲੋਕ ਸੀ ਉਹ ਵੀ ਇਸ ਵਕਤ ਸਰਕਾਰ ਦੇ ਖਿਲਾਫ ਹੋ ਗਏ, ਅਤੇ ਜਿਹੜੇ ਸਵਦੇਸ਼ੀ ਮੂਵਮੈਂਟ ਦੇ ਜਿਹੜੇ ਆਈਡੀਆ ਸੀ, ਐਂਟੀ ਬ੍ਰਿਟਿਸ਼, ਐਂਟੀ ਇੰਪੀਰੀਅਲਿਸਟ ਆਈਡੀਆ ਸੀ, ਉਹਨਾਂ ਆਈਡੀਆਜ਼ ਨੂੰ ਉਹਨਾਂ ਨੇ ਵੈਲਕਮ ਕਰਨਾ ਸ਼ੁਰੂ ਕੀਤਾ। ਅਤੇ ਸਭ ਤੋਂ ਪਹਿਲਾਂ ਇਹ ਜਿਹੜਾ ਹੈ ਇਨਫੈਕਟ ਇੱਕ ਇੱਥੇ ਬਾਹਰ ਜ਼ਮੀਨਦਾਰ ਐਸੋਸੀਏਸ਼ਨ ਸੀ ਜੇ ਲੋਕਲ ਲੋਇਰਸ ਨੇ ਬਣਾਈ ਸੀ, ਇਹ ਲਾਇਲਪੁਰ ਦੀ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ। ਔਰ ਇੱਕ ਜ਼ਮੀਨਦਾਰ ਅਖਬਾਰ ਸੀ, ਉਹਦਾ ਨਾਮ ਸੀ ਜ਼ਮੀਨਦਾਰ, ਔਰ ਉਹਦੇ ਐਡੀਟਰ ਸੀ ਸਿਰਾਜੁਦੀਨ ਅਹਿਮਦ, ਜਿਨ੍ਹਾਂ ਨੇ ਜੀ ਪਹਿਲੀ ਜਿਹੜੀ ਮਾਸ ਮੀਟਿੰਗ ਸੀ ਉਹ ਉਹਨਾਂ ਨੇ ਬੁਲਾਈ ਇਹ ਜਿਹੜੇ ਲੈਜਿਸਲੇਸ਼ਨ ਸੀ ਇਹਨੂੰ ਕੰਡੈਮ ਕਰਨ ਦੇ ਲਈ ਔਰ ਜਿਹੜੇ ਫਾਈਨ ਵਗੈਰਾ ਲਗਾ ਰਹੇ ਸੀ ਉਹਦੇ ਖਿਲਾਫ। ਔਰ ਲਾਇਲਪੁਰ ਦੇ ਵਿੱਚ 3 ਫਰਵਰੀ 1907 ਨੂੰ ਇੱਕ ਬਹੁਤ ਵੱਡੀ ਮੀਟਿੰਗ ਹੋਈ ਜਿਹਦੇ ਵਿੱਚ 10,000 ਤੋਂ ਜ਼ਿਆਦਾ ਲੋਕ ਜਿਹੜੇ ਸੀ ਉਹ ਇਕੱਠੇ ਹੋਏ। ਖਾਸ ਦੱਸ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮਾਡਰਨ ਪੰਜਾਬ ਦੇ ਵਿੱਚ ਜਿਹੜਾ ਨਵਾਂ ਪੋਲੀਟਿਕਸ ਸ਼ੁਰੂ ਹੋਇਆ ਉਹ ਇਸ ਮੀਟਿੰਗ ਦੇ ਨਾਲ ਔਰ ਇਹ ਲਾਇਲਪੁਰ ਦੇ ਵਿੱਚ ਜਿਹੜਾ ਹੋਇਆ ਇਹਦੇ ਨਾਲ ਹੋਇਆ। ਅਤੇ ਬੜਾ ਇੰਪੋਰਟੈਂਟ ਇਹ ਇਵੈਂਟ ਸੀ ਔਰ ਬੜਾ ਇੰਪੋਰਟੈਂਟ ਇਹ ਡੇਟ ਸੀ। ਜਲਦੀ ਇਹ ਮੂਵਮੈਂਟ ਜਿਹੜੀ ਸੀ ਸਪਰੈਡ ਕਰਨੀ ਸ਼ੁਰੂ ਹੋ ਗਈ, ਔਰ ਫਿਰ ਲਾਲਾ ਲਾਜਪਤ ਰਾਏ ਔਰ ਅਜੀਤ ਸਿੰਘ ਜਿਹੜੇ ਕਿ ਦੋਨੋਂ ਲਾਹੌਰ ਦੇ ਤੋਂ ਸੀ, ਮਤਲਬ ਐਕਟਿਵਿਸਟ ਸੀ, ਅਜੀਤ ਸਿੰਘ ਤੇ ਆਫਕੋਰਸ ਲਾਇਲਪੁਰ ਦੇ ਸੀ, ਤੁਹਾਨੂੰ ਪਤਾ ਹੋਏਗਾ ਸ਼ਾਇਦ ਉਹ ਭਗਤ ਸਿੰਘ ਦੇ ਚਾਚਾ ਸੀ, ਔਰ ਉਹ ਜਿਹੜੇ ਸੀ ਉਹ ਇਸ ਮੂਵਮੈਂਟ ਦੇ ਲੀਡਰ ਬਣ ਕੇ ਸਾਹਮਣੇ ਆਏ ਔਰ ਕੋਲੋਨੀ ਏਰੀਆਜ਼ ਦੇ ਬਾਹਰ ਔਰ ਸ਼ਹਿਰਾਂ ਔਰ ਪਿੰਡਾਂ ਦੇ ਵਿੱਚ ਉਹਨਾਂ ਨੇ ਇਹ ਮੂਵਮੈਂਟ ਦੇ ਜਿਹੜੇ ਸਾਰੇ ਸੀ ਉਹਨੂੰ ਫੈਲਾਉਣ ਦਾ ਬੜਾ ਰੋਲ ਪਲੇ ਕੀਤਾ। ਖਾਸ ਕਰ ਅਜੀਤ ਸਿੰਘ ਜਿਹੜੇ ਸੀ ਉਹਨਾਂ ਨੇ
ਅੰਮ੍ਰਿਤਸਰ ਔਰ ਲਾਹੌਰ ਏਰੀਆ ਦੇ ਜਿਹੜੇ ਕਿਸਾਨ ਸੀ, ਜਿਹੜੇ ਜ਼ਮੀਨਦਾਰ ਸੀ, ਉਹਨਾਂ ਦੇ ਵਿੱਚ ਇਹ ਮੂਵਮੈਂਟ ਬੜੇ ਜ਼ੋਰਾਂ ਦੇ ਨਾਲ ਫੈਲਾਈ ਔਰ ਕਈ ਜਗ੍ਹਾ ਜਿਹੜਾ ਹੈ ਲੋਕਾਂ ਨੇ ਕਿਹਾ ਕਿ ਅਸੀਂ ਟੈਕਸ ਜਿਹੜੇ ਹੈ ਦੇਣੇ ਬੰਦ ਕਰ ਦਿਆਂਗੇ। ਨਾ ਸੈਕੂਲਰਿਜ਼ਮ ਦੀ ਜਿੱਥੇ ਤੱਕ ਗੱਲ ਆਉਂਦੀ ਹੈ, ਇੱਥੇ ਮੈਂ ਖਾਸ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀ ਜਿਹੜੇ ਇਸ ਵਕਤ, ਉਹਨਾਂ ਦੇ ਵਿੱਚ ਜਿਹੜੇ ਭਾਸ਼ਣ ਦਿੱਤੇ ਜਾਂਦੇ ਸੀ, ਜਿਹੜੇ ਸਪੀਚ ਦਿੱਤੇ ਜਾਂਦੇ ਸੀ, ਉਹ ਜਿਹੜੇ ਸੀ ਉਹਦੇ ਵਿੱਚ ਖਾਸ ਜਿਹੜੀ ਹੈ ਸੈਕੂਲਰਿਜ਼ਮ ਨੂੰ ਅਪੀਲ ਕੀਤੀ ਜਾਂਦੀ ਸੀ, ਕਮਿਊਨਲ ਯੂਨਿਟੀ ਹਾਰਮਨੀ, ਕਿ ਸਭ ਨੂੰ ਆਪਸ 'ਚ ਭੇਦਭਾਵ ਨਹੀਂ ਰੱਖਣਾ, ਮਿਲ ਕੇ ਲੜਨਾ ਹੈ, ਸਦਭਾਵਨਾ ਬਣਾ ਕੇ ਰੱਖਣੀ ਹੈ, ਸ਼ਾਂਤੀ ਬਣਾ ਕੇ ਰੱਖਣੀ ਹੈ, ਔਰ ਖਾਸ ਕਰ ਕਿਸਾਨਾਂ ਨੂੰ, ਜ਼ਮੀਨਦਾਰਾਂ ਨੂੰ, ਕਿ ਸਰਕਾਰ ਦੇ ਖਿਲਾਫ਼ ਤੁਸੀਂ ਖੜ੍ਹੇ ਹੋਣਾ। ਤੋ ਇਸੀ ਲਈ ਇਹ ਜਿਹੜੀ ਇੱਕ ਪੋਇਮ ਸੀ, ਪਗੜੀ ਸੰਭਾਲ ਉਹ ਜੱਟਾ, ਉਹ ਪ੍ਰੈਜੈਂਟ ਪ੍ਰੋਟੈਕਟ ਯੋਰ ਸੈਲਫ ਰਿਸਪੈਕਟ, ਇਹਦਾ ਮਤਲਬ ਹੁੰਦਾ ਹੈ। ਅਤੇ ਉਹ ਜਿਹੜੀ ਇੱਕ ਪੋਇਮ ਜਿਹੜੀ ਸੀ ਉਹ ਬੜੀ ਪਾਪੂਲਰ ਹੋਈ ਔਰ ਇਹ ਲਾਇਲਪੁਰ ਦੇ ਵਿੱਚ ਮਾਰਚ 1907 ਦੇ ਵਿੱਚ ਪਹਿਲੀ ਵਾਰੀ ਇਹ ਪੋਇਮ ਇੱਕ ਮਾਸ ਮੀਟਿੰਗ ਦੇ ਵਿੱਚ ਰਿਸਾਈਟ ਕੀਤੀ ਗਈ ਔਰ ਇਸੀ ਪੋਇਮ ਦੀ ਜਿਹੜਾ ਟਾਈਟਲ ਸੀ ਪਗੜੀ ਸੰਭਾਲੋ ਜੱਟਾ, ਉਹ ਇਸ ਮੂਵਮੈਂਟ ਦਾ ਨਾਮ ਬਣ ਗਿਆ। ਔਰ ਜਿੰਨੇ ਵੀ ਸਾਡੇ ਕੋਲ ਰਿਪੋਰਟ ਹੈ ਉਸ ਪੀਰੀਅਡ ਦੇ, ਉਹਦੇ 'ਚ ਗੱਲ ਖਾਸ ਕਹੀ ਜਾਂਦੀ ਹੈ ਕਿ ਇਸ ਮੂਵਮੈਂਟ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਭ ਨੇ ਮਿਲ ਕੇ ਹਿੱਸਾ ਲਿਆ ਔਰ ਕੋਈ ਇਹਦੇ ਵਿੱਚ ਫਰਕ ਨਹੀਂ ਸੀ ਕਿਸੇ ਵੀ ਤਰ੍ਹਾਂ ਦਾ ਲੋਕਾਂ ਦੇ ਅੰਦਰ। ਬੜੀ ਜਲਦੀ ਜੀ ਇਹ ਮੂਵਮੈਂਟ ਬਹੁਤ ਇੰਨੇ ਜ਼ੋਰ ਇਹਨੇ ਪਕੜਿਆ ਕਿ ਅੰਗਰੇਜ਼ੀ ਸਰਕਾਰ ਨੇ ਘਬਰਾ ਕੇ ਲਾਜਪਤ ਰਾਏ ਔਰ ਅਜੀਤ ਸਿੰਘ ਦੋਨਾਂ ਨੂੰ ਹਿੰਦੁਸਤਾਨ ਤੋਂ ਬਾਹਰ ਭੇਜਣ ਦਾ ਫੈਸਲਾ ਕੀਤਾ। ਦੇ ਵਰ ਡਿਪੋਰਟਿਡ, ਐਗਜ਼ਾਈਲ ਕਰ ਦਿੱਤਾ ਉਹਨਾਂ ਨੂੰ, ਉਹਨਾਂ ਨੂੰ ਬਰਮਾ ਭੇਜ ਦਿੱਤਾ। ਸਾਰੀ ਮੀਟਿੰਗ ਬੈਨ ਹੋ ਗਏ 5 ਡਿਸਟ੍ਰਿਕਟਸ ਦੇ ਵਿੱਚ, ਪ੍ਰੈਸ ਨੂੰ ਬੰਦ ਕਰ ਦਿੱਤਾ ਔਰ ਬਹੁਤ ਸਾਰੇ ਲੋਕਾਂ ਨੂੰ ਜੇਲ੍ਹ ਦੇ ਵਿੱਚ ਡਾਲ ਪਾ ਦਿੱਤਾ। ਪਰ ਸਾਈਮਲਟੇਨੀਅਸਲੀ ਨਾਲ ਨਾਲ ਜਿਹੜੇ ਉਸ ਵਕਤ ਕਮਾਂਡਰ ਇਨ ਚੀਫ ਸੀ ਲਾਰਡ ਕਿਚਨਰ, ਉਹਨੇ ਸਰਕਾਰ ਨੂੰ ਇਹ ਵੀ ਲਿਖਿਆ ਕਿ ਇੱਥੇ ਹਾਲਤ ਬਹੁਤ ਖਰਾਬ ਹੈ ਔਰ ਖਾਸ ਕਰ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਸੋਲਜਰ ਇੱਥੋਂ ਆਉਂਦੇ ਨੇ ਅਤੇ ਉਹਨਾਂ ਦੀ ਜਿਹੜੀ ਲੋਇਲਟੀ ਹੈ ਅਫੈਕਟ ਹੋ ਸਕਦੀ ਹੈ ਅਤੇ ਇਹ ਬਿੱਲ ਤਾਂ ਤੁਹਾਨੂੰ ਵਾਪਸ ਲੈਣੇ ਪੈਣੇ ਨੇ। ਅਤੇ ਇਨਫੈਕਟ ਸਾਈਮਲਟੇਨੀਅਸਲੀ ਉਹਨਾਂ ਨੇ ਇਹ ਬਿੱਲ ਵੀ ਵਿਦਡਰਾਅ ਕਰ ਲਏ। ਤਾਂ ਇਹ ਮੂਵਮੈਂਟ ਜਿਹੜੀ ਸੀ ਇਹ ਪੂਰੀ ਤਰ੍ਹਾਂ ਸਕਸੈਸਫੁਲ ਹੋ ਗਈ। ਵਾਟਰ ਰੇਟ ਜਿਹੜੇ ਸੀ ਉਹ ਵੀ ਬਾਅਦ ਦੇ ਵਿੱਚ ਘਟਾ ਦਿੱਤੇ ਗਏ ਔਰ ਬਾਅਦ ਦੇ ਵਿੱਚ ਜਿਹੜੇ ਲੈਜਿਸਲੇਸ਼ਨ ਲਿਆਈ ਗਈ ਉਹ ਇੱਕਦਮ ਅਲੱਗ ਤਰ੍ਹਾਂ ਦੀ ਲਿਆਈ ਗਈ। ਇਸ ਮੂਵਮੈਂਟ ਦਾ ਨਤੀਜਾ ਇਹ ਸੀ ਕਿ ਜਿਹੜੀ ਪੰਜਾਬ ਦੇ ਬਾਰੇ ਦੇ ਵਿੱਚ ਇੱਕ ਜਿਹੜੀ ਅੰਗਰੇਜ਼ਾਂ ਦੀ ਇੱਕ ਜਿਹੜੀ ਥਿਅਰੀ ਸੀ, ਇੱਕ ਜਿਹੜੀ ਉਹ ਫੈਲਾਉਂਦੇ ਸੀ ਆਪਣੀ ਆਈਡੀਓਲੋਜੀ ਕਿ ਜੀ ਪੰਜਾਬੀ ਜਿਹੜਾ ਹੈ ਨਾ ਉਹ ਬਿਲਕੁਲ ਅੰਗਰੇਜ਼ਾਂ ਦੇ ਲੋਇਲ ਹੈ ਔਰ ਖਾਸ ਕਰ ਪੰਜਾਬੀ ਜਿਹੜਾ ਜ਼ਮੀਨਦਾਰ ਹੈ, ਜਿਹੜਾ ਕਿਸਾਨ ਹੈ, ਉਹ ਅੰਗਰੇਜ਼ਾਂ ਦਾ ਵਫਾਦਾਰ ਹੈ। ਉਹ ਜਿਹੜੀ ਨੋਸ਼ਨ ਸੀ ਉਹ ਇਸ ਮੂਵਮੈਂਟ ਨੇ ਬਹੁਤ ਜ਼ੋਰ ਦੇ ਨਾਲ ਕੁਐਸਚਨ ਕੀਤੀ, ਉਹਦਾ ਖੰਡਨ ਹੋਇਆ। ਔਰ ਜਿਹੜੀ ਇੱਕ ਉਹਨਾਂ ਦੀ ਨੋਸ਼ਨ ਸੀ ਕਿ ਜਿਹੜੇ ਪੰਜਾਬ ਹੈ ਇਹ ਮਾਰਸ਼ਲ ਰੇਸਿਸ ਨੇ ਔਰ ਇਹ ਬ੍ਰਿਟਿਸ਼ ਇੰਡੀਅਨ ਆਰਮੀ ਦਾ ਖਾਸ ਬੇਸ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਹੁਣ ਡਗਮਗਾਉਣ ਲੱਗੀਆਂ, ਹਿੱਲਣ ਲੱਗ ਗਈਆਂ। ਇਨਫੈਕਟ ਜਿਹੜਾ ਲਿੰਕ ਇਸ ਮੂਵਮੈਂਟ ਨੇ ਸ਼ਹਿਰਾਂ ਦੇ ਵਿੱਚ ਜਿਹੜਾ ਰਾਸ਼ਟਰੀ ਅੰਦੋਲਨ ਸੀ, ਜਿਹੜਾ ਕੌਮੀ ਅੰਦੋਲਨ ਸੀ, ਕੌਮੀ ਲਹਿਰ ਜਿਹੜੀ ਸੀ, ਔਰ ਪਿੰਡਾਂ ਦੇ ਵਿੱਚ ਜਿਹੜਾ ਇੱਕ ਡਿਸਕੰਟੈਂਟ ਸੀ, ਉਹ ਦੋਨਾਂ ਨੂੰ ਜਿਹੜਾ ਜੋੜਨ ਦੀ ਇਹਨੇ ਸਕਸੈਸਫੁਲੀ ਜੋੜਨ ਦੀ ਕੋਸ਼ਿਸ਼ ਕੀਤੀ ਔਰ ਕਰ ਪਾਇਆ, ਇਹ ਬਹੁਤ ਵੱਡੀ ਦੇਣ ਸੀ ਇਸ ਮੂਵਮੈਂਟ ਦੀ, ਜਿਹਨੇ ਬਾਅਦ ਦੀ ਮੂਵਮੈਂਟਸ ਨੂੰ ਵੀ ਅਫੈਕਟ ਕੀਤਾ। ਔਰ ਇਹ ਮੂਵਮੈਂਟ ਜਿਹੜੀ ਸੀ ਬਾਅਦ ਦੀ ਮੂਵਮੈਂਟ ਦੇ ਲਈ ਵੀ ਔਰ ਪੋਪੂਲਰ ਮੈਮਰੀ ਵਿੱਚ ਵੀ, ਲੋਕਾਂ ਦੀ ਯਾਦ ਵਿੱਚ ਵੀ ਮਿਲੀਟੈਂਟ ਸੈਕੂਲਰ ਨੈਸ਼ਨਲਿਜ਼ਮ ਦਾ ਇੱਕ ਸਿੰਬਲ ਬਣ ਕੇ ਹਮੇਸ਼ਾ ਜ਼ਿੰਦਾ ਰਹੀ। ਇਹਦੇ ਬਾਅਦ ਜਿਹੜਾ ਹੈ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰਨਾ ਚਾਹਾਂਗੀ ਗਦਰ ਮੂਵਮੈਂਟ ਦੀ, ਕਿਉਂਕਿ ਮੈਨੂੰ ਲੱਗਦਾ ਹੈ ਕਿ
ਜਿਹੜਾ ਸਾਡਾ ਸਬਜੈਕਟ ਹੈ ਸੈਕੂਲਰ ਨੈਸ਼ਨਲਿਜ਼ਮ ਦਾ, ਉਹਦੇ ਵਿੱਚ ਗਦਰ ਮੂਵਮੈਂਟ ਦੇ ਬਾਰੇ ਵਿੱਚ ਜਿੰਨਾ ਗੱਲ ਕੀਤੀ ਜਾਏ ਓਨਾ ਹੀ ਘੱਟ ਹੈ, ਕਿਉਂਕਿ ਇਹ ਬਹੁਤ ਹੀ ਇੰਟਰਸਟਿੰਗ ਔਰ ਬਹੁਤ ਹੀ ਇੰਪੋਰਟੈਂਟ ਮੂਵਮੈਂਟ ਹੈ ਆਈਡੀਓਲੋਜੀਕਲ ਪੁਆਇੰਟ ਆਫ ਵਿਊ ਤੋਂ, ਔਰ ਮੈਂ ਐਕਸਪਲੇਨ ਕਰਾਂਗੀ ਤੁਹਾਨੂੰ ਕਿ ਕਿਉਂ ਮੈਂ ਇਹ ਕਹਿ ਰਹੀ ਹਾਂ। ਅਤੇ ਜਿਹੜੀ ਗਦਰ ਮੂਵਮੈਂਟ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਇਹ 1914-15 ਦੇ ਵਿੱਚ ਹੋਈ। ਉਸ ਵਕਤ ਪਹਿਲਾ ਵਿਸ਼ਵ ਯੁੱਧ, ਪਹਿਲਾ ਵਰਲਡ ਵਾਰ ਜਿਹੜੀ ਸੀ ਉਹ ਚੱਲ ਰਹੀ ਸੀ, ਔਰ ਇਹ ਮੂਵਮੈਂਟ ਜਿਹੜੀ ਹੈ ਇਹ ਸ਼ੁਰੂ ਹੋਈ ਨੌਰਥ ਅਮੈਰੀਕਾ ਦੇ ਵਿੱਚ, ਉਹਦੇ ਪੱਛਮੀ ਕੋਸਟ ਅਤੇ ਵੈਸਟ ਕੋਸਟ ਆਫ ਨੌਰਥ ਅਮੈਰੀਕਾ ਉੱਥੇ ਸ਼ੁਰੂ ਹੋਈ, ਜਿੱਥੇ ਬਹੁਤ ਸਾਰੇ ਪੰਜਾਬੀ ਕਿਸਾਨ ਫੈਮਿਲੀਜ਼ ਅਤੇ ਜ਼ਮੀਨਦਾਰ ਫੈਮਿਲੀ ਦੇ ਬੱਚੇ ਜਿਹੜੇ ਸੀ ਉੱਥੇ ਲੇਬਰ ਦੇ ਲਈ ਗਏ ਹੋਏ ਸੀ। ਜ਼ਿਆਦਾਤਰ ਸਿੱਖ ਪ੍ਰੈਜ਼ੈਂਟ ਫੈਮਿਲੀਜ਼ ਤੋਂ ਸੀ, ਪਰ ਉੱਥੇ ਕਾਫੀ ਸਾਰੇ ਇੰਡੀਅਨ ਸਟੂਡੈਂਟਸ ਵੀ ਸੀ ਔਰ ਕੁਛ ਪੋਲੀਟੀਕਲ ਐਗਜ਼ਾਈਲ ਵੀ ਸੀ। ਇੱਕ ਲੀਡਰ ਸੀ, ਇੰਡੀਅਨ ਰੈਵੋਲਿਊਸ਼ਨਰੀ ਲੀਡਰ ਸੀ, ਸਨ ਲਾਲਾ ਹਰਦਿਆਲ। ਉਹ ਇੱਥੋਂ ਇੰਡੀਆ ਤੋਂ ਉੱਥੇ ਗਏ ਨਵੰਬਰ 1913 ਦੇ ਵਿੱਚ, ਅਤੇ ਉੱਥੇ ਉਹਨਾਂ ਨੇ ਇੱਕ ਪੇਪਰ ਸ਼ੁਰੂ ਕੀਤਾ ਜਿਹੜਾ ਨਾਮ ਸੀ ਗਦਰ। ਗਦਰ ਦਾ ਮਤਲਬ ਹੁੰਦਾ ਹੈ ਰਿਵੋਲਟ, ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ। ਅਤੇ ਇਹ ਪੇਪਰ ਇੰਨਾ ਪਾਪੂਲਰ ਹੋ ਗਿਆ, ਓਬਵੀਅਸਲੀ ਉਹਦੀ ਇੱਕ ਬਹੁਤ ਜ਼ਰੂਰਤ ਮਹਿਸੂਸ ਹੋ ਰਹੀ ਸੀ ਜਿਹੜੀ ਉੱਥੇ ਇਮੀਗ੍ਰੈਂਟ ਕਮਿਊਨਿਟੀ ਸੀ, ਔਰ ਉਹ ਪੇਪਰ ਜਿਹੜਾ ਸੀ ਉਹ ਇੰਨਾ ਪਾਪੂਲਰ ਹੋ ਗਿਆ ਕਿ ਸਿਰਫ ਨੌਰਥ ਅਮੈਰੀਕਾ ਦੇ ਵਿੱਚ ਨਹੀਂ, ਪਰ ਉਹ ਫਿਲੀਪੀਨਸ, ਮਲੇਸ਼ੀਆ, ਚਾਈਨਾ, ਹਾਂਗਕਾਂਗ, ਸਿੰਗਾਪੁਰ, ਬਰਮਾ, ਟ੍ਰਿਨੀਡੈਡ, ਹੋਂਡੂਰਸ, ਜਿੱਥੇ ਜਿੱਥੇ ਇਮੀਗ੍ਰੈਂਟ ਕਮਿਊਨਿਟੀਜ਼ ਸੀ, ਇਮੀਗ੍ਰੈਂਟ ਲੇਬਰ ਗਏ ਹੋਏ ਸੀ, ਉੱਥੇ ਲੋਕ ਇਹਨੂੰ ਪੜ੍ਹਨਾ ਸ਼ੁਰੂ ਕੀਤਾ ਔਰ ਡਿਸਕਸ ਕਰਦੇ ਸੀ ਔਰ ਡਿਬੇਟ ਕਰਦੇ ਸੀ। ਪਹਿਲਾ ਇਸ਼ੂ ਜਿਹੜਾ ਹੈ ਗਦਰ ਦਾ ਨਵੰਬਰ 1913 ਵਿੱਚ ਨਿਕਲਿਆ, ਉਹ ਉਰਦੂ ਦੇ ਵਿੱਚ ਪਬਲਿਸ਼ ਹੋਇਆ, ਔਰ ਫਿਰ 9 ਦਸੰਬਰ ਤੋਂ ਗੁਰਮੁਖੀ ਐਡੀਸ਼ਨ ਵੀ ਇਹਦਾ ਛਪਣਾ ਸ਼ੁਰੂ ਹੋਇਆ। ਪਰ ਬੜਾ ਇੰਟਰਸਟਿੰਗ ਹੈ ਕਿ ਪਹਿਲਾ ਜਿਹੜਾ ਹੈ ਉਰਦੂ ਦੇ ਵਿੱਚ ਛਪਾ। ਪੇਪਰ ਜਿਹੜਾ ਸੀ ਉਹਨੇ ਸਭ ਤੋਂ ਹੀ ਪਹਿਲਾਂ ਆਪਣਾ ਜਿਹੜਾ ਸੀ ਓਬਜੈਕਟਿਵ ਲੋਕਾਂ ਦੇ ਸਾਹਮਣੇ ਰੱਖਿਆ ਔਰ ਆਪਣੇ ਆਪ ਨੂੰ ਡਿਕਲੇਅਰ ਕੀਤਾ ਕਿ ਮੈਂ ਅੰਗਰੇਜ਼ੀ ਰਾਜ ਦਾ ਦੁਸ਼ਮਣ ਉਹਨੇ। ਔਰ ਫਿਰ ਉਹਨਾਂ ਨੇ ਜਿਹੜਾ ਹੈ ਇੱਕ ਹਰੇਕ ਇਸ਼ੂ ਦੇ ਵਿੱਚ ਇੱਕ ਕੱਚਾ ਚਿੱਠਾ ਅੰਗਰੇਜ਼ੀ ਰਾਜ ਦਾ ਉਹ ਛਾਪਦੇ ਸੀ, ਜਿਹਦੇ ਵਿੱਚ ਉਹ ਦੱਸਦੇ ਸੀ ਕਿ ਅੰਗਰੇਜ਼ੀ ਰਾਜ ਦੀਆਂ ਕੀ ਖਾਮੀਆਂ ਨੇ ਅਤੇ ਕਿਉਂ ਸਾਨੂੰ ਇਹਨਾਂ ਨੂੰ ਇੱਥੋਂ ਵਿਦਾ ਕਰਨ ਦੀ ਜ਼ਰੂਰਤ ਹੈ। ਜਿਹਦੇ ਵਿੱਚ ਉਹ ਡਰੇਨ ਆਫ ਵੈਲਥ ਦੀ ਗੱਲ ਕਰਦੇ ਸੀ, ਲੋਕ ਪੋਵਰਟੀ ਦੀ ਗੱਲ ਕਰਦੇ ਸੀ, ਹਾਈ ਲੈਂਡ ਟੈਕਸ ਦੀ ਗੱਲ ਕਰਦੇ ਸੀ, ਪਰ ਨਾਲ ਨਾਲ ਉਹ ਐਮਫਸਾਈਜ਼ ਇਹ ਵੀ ਕਰਦੇ ਸੀ ਜ਼ਰੂਰ ਕਿ ਅੰਗਰੇਜ਼ਾਂ ਨੇ ਜੋ ਹਿੰਦੂ ਅਤੇ ਮੁਸਲਮਾਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਕੌਮੀ ਫਸਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਇੱਕ ਬਹੁਤ ਵੱਡਾ ਕਾਰਨ ਹੈ ਜਿਹਦੇ ਲਈ ਸਾਨੂੰ ਜਿਹੜਾ ਅੰਗਰੇਜ਼ਾਂ ਨੂੰ ਇੱਥੋਂ ਵਿਦਾ ਕਰਨ ਦੀ ਜ਼ਰੂਰਤ ਹੈ। ਅਤੇ ਉਹਨਾਂ ਦੀ ਸਮਝ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਇਹ ਡਿਵਾਈਡ ਐਂਡ ਰੂਲ ਦੀ ਜਿਹੜੀ ਪੋਲਿਸੀ ਸੀ ਇਹ ਵੀ ਇੱਕ ਕਾਰਨ ਸੀ ਜਿਹਦੇ ਲਈ ਸਾਨੂੰ ਅੰਗਰੇਜ਼ਾਂ ਨੂੰ ਇੱਥੋਂ ਭੇਜ ਦੇਣਾ ਚਾਹੀਦਾ। ਇਹਨਾਂ ਦੇ ਜਿਹੜੇ ਪੇਪਰ ਸੀ ਉਹਦੇ ਵਿੱਚ ਬਹੁਤ ਪਾਵਰਫੁਲ ਪੋਇਟਰੀ ਛਾਪੀ ਜਾਂਦੀ ਸੀ, ਛਪਦੀ ਸੀ, ਬਹੁਤ ਅੱਛੀਆਂ ਜਿਹੜੀ ਕਵਿਤਾ ਹੈ, ਜਿਹੜੀ ਨਜ਼ਮ ਹੈ ਉਹ ਛਪਦੀ ਸੀ ਇਹਦੇ ਵਿੱਚ, ਔਰ ਉਹ ਸਾਰੀਆਂ ਇਕੱਠੀਆਂ ਕਰਕੇ ਗਦਰ ਦੀ ਗੂੰਜ ਕਿਤਾਬ ਫੋਰਮ ਦੇ ਵਿੱਚ ਜਿਹੜੀ ਬਹੁਤ ਹੀ ਪਾਪੂਲਰ ਹੋਈ। ਔਰ ਬਹੁਤ ਇੰਟਰਸਟਿੰਗ ਚੀਜ਼ ਮੈਂ ਉਹਦੇ 'ਚੋਂ ਤੁਹਾਨੂੰ ਇੱਕ ਮਾਰਕ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਦੀ ਜਿਹੜੀ ਸੈਕੂਲਰ ਟੋਨ ਸੀ ਇੱਕ ਪੋਇਟਰੀ ਦੀ, ਜਿਸ ਤਰ੍ਹਾਂ ਕਿ ਮੈਂ ਇੱਕ ਤੁਹਾਨੂੰ ਇਗਜ਼ਾਮਪਲ ਦੇਣਾ ਚਾਹੁੰਦੀ ਹਾਂ ਕਿ ਇੱਕ ਪੋਏਮ ਹੈ ਉਹ ਸ਼ੁਰੂ ਇਸ ਤਰ੍ਹਾਂ ਹੁੰਦੀ ਹੈ, ਉਹ ਹਿੰਦੂਓ, ਸਿੱਖੋ, ਪਠਾਨੋ, ਮੁਸਲਮਾਨੋ, ਪੇ ਅਟੈਨਸ਼ਨ ਯੂ ਆਲ ਪੀਪਲ, ਸਾਰੇ ਜਿਹੜੇ ਆਰਮੀ ਵਿੱਚ ਹੋ ਸਾਰੇ ਲੋਕ ਸੁਣੋ। ਅਤੇ ਜਿਹੜਾ ਐਡਰੈਸ ਹੀ ਹੈ ਉਹ ਸਾਰਿਆਂ ਨੂੰ ਕੀਤਾ ਜਾਂਦਾ ਹੈ, ਮੁਸਲਮਾਨ, ਹਿੰਦੂ, ਸਿੱਖ, ਪਠਾਨ, ਇਹ ਸਿੱਖਾਂ ਨੂੰ ਨਹੀਂ ਐਡਰੈਸ ਕੀ, ਇਹ ਮੂਵਮੈਂਟ ਸਿੱਖਾਂ ਦੀ ਨਹੀਂ ਸੀ, ਜਿਸ ਤਰ੍ਹਾਂ ਕਿ ਕਈ ਵਾਰੀ ਇਹਨੂੰ ਪ੍ਰੋਜੈਕਟ ਕੀਤਾ ਜਾਂਦਾ ਹੈ। ਅਤੇ ਇਹ ਜਿਹੜੀ ਮੂਵਮੈਂਟ ਸੀ ਇਹ ਜਿਹੜੀ ਸੀ ਇਹਦੀ ਸਭ ਤੋਂ ਇੰਪੋਰਟੈਂਟ ਚੀਜ਼ ਸੀ ਕਿ ਇਹ ਜਿਹੜਾ ਸੈਲਫ ਇਮੇਜ, ਜਿਹਦੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਨਾ ਕਿ ਜਿਹੜਾ ਅੰਗਰੇਜ਼ਾਂ ਨੇ ਕੀਤਾ ਸੀ, ਇਮੇਜ ਕ੍ਰੀਏਟ ਕੀਤਾ ਸੀ ਕਿ ਪੰਜਾਬੀ ਜਿਹੜਾ ਹੈ ਉਹ ਲੋਇਲ ਸੋਲਜਰ ਹੈ ਬ੍ਰਿਟਿਸ਼ ਰਾਜ ਦਾ, ਅਤੇ ਗਦਰ ਨੇ ਉਹ ਸੈਲਫ ਇਮੇਜ ਦੇ ਬਦਲਣ ਦੇ ਵਿੱਚ ਬਹੁਤ ਬੜਾ ਰੋਲ ਪਲੇ ਕੀਤਾ,
ਉਹਨਾਂ ਨੇ ਪੰਜਾਬੀ ਨੂੰ ਆਪਣੀ ਸੈਲਫ ਇਮੇਜ ਜਿਹੜੀ ਸੀ ਉਹ ਬਣਾਈ ਇੱਕ ਰੈਬਲ ਦੀ, ਇੱਕ ਗਦਰੀ ਦੀ, ਜਿਹੜਾ ਕਿ ਅੰਗਰੇਜ਼ਾਂ ਨੂੰ ਇੱਥੋਂ ਦੌੜਾਉਣਾ ਚਾਹੁੰਦਾ ਹੈ, ਨਾ ਕਿ ਜਿਹੜਾ ਇੱਕ ਲੋਇਲ ਸੋਲਜਰ ਹੈ। ਅਤੇ ਇਹ ਬਹੁਤ ਵੱਡਾ ਇਹਦਾ ਜਿਹੜੀ ਕੰਟਰੀਬਿਊਸ਼ਨ ਸੀ। ਇਹ ਮੂਵਮੈਂਟ ਜਿਹੜੀ ਸੀ ਅਜੇ ਤਿਆਰੀ ਕਰ ਰਹੇ ਸੀ, ਇਹਨਾਂ ਦਾ ਆਈਡੀਆ ਸੀ ਕਿ ਅੱਛੀ ਤਰ੍ਹਾਂ ਤਿਆਰ ਕਰਕੇ ਫਿਰ ਇੱਥੇ ਆਰਮੀ ਦੇ ਵਿੱਚ ਪ੍ਰੋਪਾਗੈਂਡਾ ਕਰਕੇ, ਇੱਥੇ ਕਿਸਾਨਾਂ ਦੇ ਵਿੱਚ ਪ੍ਰੋਪਾਗੈਂਡਾ ਕਰਕੇ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਉਹਨੇ ਤਿਆਰ ਕੀਤਾ ਜਾਏ। ਪਰ ਪਹਿਲਾਂ ਜਿਹੜਾ ਫਸਟ ਵਰਲਡ ਵਾਰ ਅਚਾਨਕ ਸ਼ੁਰੂ ਹੋ ਗਈ ਅਤੇ ਇਹਨਾਂ ਨੂੰ ਲੱਗਾ ਲੀਡਰਾਂ ਨੂੰ ਕਿ ਇਹ ਐਸਾ ਮੌਕਾ ਸਾਨੂੰ ਦੁਬਾਰਾ ਨਹੀਂ ਮਿਲੇਗਾ ਅਤੇ ਇਹਨੂੰ ਅਸੀਂ ਜਲਦੀ ਜਿਹੜਾ ਹੈ ਰਿਵੋਲਟ ਸ਼ੁਰੂ ਕਰ ਲਈਏ। ਅਤੇ ਉਹਨਾਂ ਨੇ ਪੂਰੀ ਤਿਆਰੀ ਕੀਤੇ ਬਗੈਰ ਜਿਸ ਤਰ੍ਹਾਂ ਦੇ ਨਾਲ ਕੌਲ ਦੇ ਦਿੱਤੀ, ਅਤੇ ਇਹਦਾ ਨਤੀਜਾ ਇਹ ਹੋਇਆ ਕਿ ਜਦ ਕੋਈ 8,000 ਜਿਹੜੇ ਲੋਕ ਉੱਥੋਂ ਵਾਪਸ ਆਏ ਹਿੰਦੁਸਤਾਨ, ਇੱਥੇ ਮੂਵਮੈਂਟ ਚਲਾਉਣ ਦੇ ਲਈ, ਮੂਵਮੈਂਟ 'ਚ ਹਿੱਸਾ ਲੈਣ ਦੇ ਲਈ, ਬਹੁਤ ਸਾਰਿਆਂ ਨੂੰ ਜਿਹੜਾ ਅੰਗਰੇਜ਼ਾਂ ਨੇ ਉਹਨਾਂ ਨੂੰ ਪਹਿਲਾਂ ਹੀ ਖਬਰ ਮਿਲ ਗਈ, ਉਹਨਾਂ ਨੇ ਉਹਨਾਂ ਨੂੰ ਪਕੜ ਲਿਆ ਔਰ ਬਹੁਤ ਸਾਰੇ ਜਿਹੜੇ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਤਾਂ ਪਾਇਆ। ਕੋਈ 45 ਜਿਹੜੇ ਰੈਵੋਲਿਊਸ਼ਨਰੀ ਸੀ ਉਹਨਾਂ ਨੂੰ ਤਾਂ ਸਿੱਧਾ ਹੀ ਮੌਤ ਦੇ ਘਾਟ ਉਤਾਰ ਦਿੱਤਾ ਔਰ ਉਹਨਾਂ ਦਾ ਇਕਦਮ ਐਕਸੀਕਿਊਟ ਕਰ ਦਿੱਤਾ, ਔਰ ਕੋਈ 200 ਹੋਰ ਨੂੰ ਲਾਈਫ ਇਮਪ੍ਰਿਜ਼ਨਮੈਂਟ ਔਰ ਕਾਲਾ ਪਾਣੀ ਜਿਹੜਾ ਸੀ ਉਹਨਾਂ ਨੂੰ ਦਿੱਤਾ। ਅਤੇ ਬਹੁਤ ਹੀ ਸਖਤੀ ਦੇ ਨਾਲ ਇਸ ਮੂਵਮੈਂਟ ਦੇ ਨਾਲ ਡੀਲ ਕੀਤਾ ਗਿਆ ਅਤੇ ਇਹਨੂੰ ਦਬਾ ਦਿੱਤਾ ਗਿਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਮੂਵਮੈਂਟ ਜਿਹੜੀ ਸੀ ਉਹ ਫੇਲੀਅਰ ਸੀ। ਇਹ ਮੂਵਮੈਂਟ ਇਸ ਲਈ ਸਕਸੈਸ ਸੀ ਕਿਉਂਕਿ ਇਹਦਾ ਜਿਹੜਾ ਇੰਪੈਕਟ ਸੀ ਉਹ ਸਾਨੂੰ ਸਾਰੇ ਮੂਵਮੈਂਟਸ ਅਤੇ ਉਹਦੇ ਬਾਅਦ ਜਿੰਨੀਆਂ ਨਿਕਲੀਆਂ ਨੇ ਸਾਰਿਆਂ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਅਸੀਂ ਚਾਹੇ ਕੋਈ ਵੀ ਮੂਵਮੈਂਟ ਦੇਖ ਲਈਏ, ਚਾਹੇ ਅਕਾਲੀ ਮੂਵਮੈਂਟ ਦੇਖ ਲਈਏ, ਚਾਹੇ ਅਸੀਂ ਸਿਵਲ ਡਿਸਓਬੀਡੀਅੰਸ ਦੇਖ ਲਈਏ, ਕੋਈ ਵੀ ਮੂਵਮੈਂਟ ਦੇਖ ਲੀਜੀਏ, ਉਹਦੇ ਵਿੱਚ ਸਾਨੂੰ ਇਹਨਾਂ ਦਾ ਅਸਰ ਦਿਖਾਈ ਦੇਗਾ। ਕਿਉਂਕਿ ਇਹਨਾਂ ਦਾ ਅਸਰ ਜਿਹੜਾ ਸੀ ਉਹ ਸਭ ਤੋਂ ਜ਼ਿਆਦਾ ਸੋਚ ਦੇ ਜਿਹੜੀ ਇਹਨਾਂ ਨੇ ਬਦਲੀ, ਜਿਹੜੀ ਆਈਡੀਓਲੋਜੀ ਸੀ ਉਹਦੇ ਉੱਤੇ ਇਹਨਾਂ ਦਾ ਜਿਹੜਾ ਅਸਰ ਸੀ ਉਹ ਸਭ ਤੋਂ ਇੰਪੋਰਟੈਂਟ ਅਸਰ ਸੀ। ਔਰ ਉਹਨਾਂ ਨੇ ਜਿਹੜਾ ਕ੍ਰਿਟੀਕ ਕੀਤਾ, ਕ੍ਰਿਟੀਸਿਜ਼ਮ ਸੀ ਜਿਹੜੀ ਕਲੋਨੀਅਲਿਜ਼ਮ ਦੀ ਕੀਤੀ, ਔਰ ਉਹਨਾਂ ਨੇ ਜਿਹੜਾ ਸੈਕੂਲਰ ਆਈਡੀਓਲੋਜੀ ਜਿਹੜੀ ਲੋਕਾਂ ਦੇ ਵਿੱਚ ਫੈਲਾਈ, ਔਰ ਇਗੈਲੀਟੇਰੀਅਨ ਮਾਸ ਦੇ ਲਈ ਜਿਹੜਾ ਕੰਮ ਕਰਨ ਦਾ ਜਿਹੜਾ ਸੀ ਉਹ ਜਿਹੜਾ ਉਹਦਾ ਬਹੁਤ ਵੱਡਾ ਜਿਹੜਾ ਅਸਰ ਹੋਇਆ। ਅਤੇ ਇਹ ਜਿਹੜੀ ਮੈਂ ਫਿਰ ਤੋਂ ਐਮਫਸਾਈਜ਼ ਕਰਨਾ ਚਾਹਾਂਗੀ ਕਿ ਚਾਹੇ ਇਹ ਮਜੋਰਿਟੀ ਲੀਡਰ ਜਿਹੜੇ ਸੀ ਗਦਰ ਮੂਵਮੈਂਟ ਦੇ ਔਰ ਮਜੋਰਿਟੀ ਜਿਹੜੇ ਪਾਰਟੀਸੀਪੈਂਟ ਸੀ ਉਹ ਸਿੱਖਾਂ ਦੇ ਵਿੱਚੋਂ ਸੀ, ਪਰ ਆਈਡੀਓਲੋਜੀ ਜਿਹੜੀ ਸੀ ਉਹ ਬਿਲਕੁਲ ਵੀ ਰਿਲੀਜੀਅਸ ਨਹੀਂ ਸੀ, ਉਹ ਇਕਦਮ ਸੈਕੂਲਰ ਸੀ। ਇਨਫੈਕਟ ਬਾਰ ਬਾਰ ਉਹ ਕਹਿੰਦੇ ਨੇ ਕਿ ਰਿਲੀਜਨ ਜਿਹੜਾ ਹੈ, ਮਜ਼ਹਬ ਜਿਹੜਾ ਹੈ, ਉਹ ਰੈਵੋਲਿਊਸ਼ਨਰੀਜ਼ ਦੇ ਲਈ ਇੱਕ ਪੈਟੀ ਚੀਜ਼ ਹੈ ਔਰ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਔਰ ਉਹਨਾਂ ਨੇ ਹਰ ਧਰਮ ਦੇ ਲੋਕਾਂ ਨੂੰ ਆਪਣੇ ਲੀਡਰ ਮੰਨਿਆ। ਲਾਲਾ ਹਰਦਿਆਲ ਉਹਨਾਂ ਦਾ ਲੀਡਰ ਸੀ, ਰਾਮਚੰਦਰਾ ਉਹਨਾਂ ਦਾ ਲੀਡਰ ਸੀ, ਬਰਕਤੁੱਲਾ ਜੋ ਮੁਸਲਿਮ ਸੀ ਉਹ ਸੀ, ਰਾਜ ਬਿਹਾਰੀ ਬੋਸ ਨੂੰ ਉਹਨਾਂ ਨੇ ਲੀਡਰ ਮੰਨਿਆ, ਉਹ ਹਿੰਦੂ ਸੀ, ਬੰਗਾਲੀ ਸੀ, ਪੰਜਾਬੀ ਨਹੀਂ ਸੀ। ਔਰ ਫਿਰ ਉਹਨਾਂ ਨੇ ਬੜੇ ਕੌਨਸ਼ੀਅਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸੈਕੂਲਰਿਜ਼ਮ ਜਿਹੜਾ ਹੈ ਫੈਲਾਉਣ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਕਿ ਉਹਨਾਂ ਨੇ ਇੱਕ ਟਰਮ ਹੈ ਤੁਰਕਾ ਸ਼ਾਹੀ, ਜਿਹੜਾ ਪੰਜਾਬ ਦੇ ਵਿੱਚ ਬਣਿਆ ਜਾਂਦਾ ਸੀ, ਓਪਰੇਸ਼ਨ ਔਰ ਮਤਲਬ ਜ਼ੁਲਮ ਜਿਹੜਾ ਕਰੇ ਉਹ ਤੁਰਕਾ ਸ਼ਾਹੀ ਉਹਨੂੰ ਕਹਿੰਦੇ ਸੀ। ਅਤੇ ਉਹਨਾਂ ਨੇ ਉਹਨੂੰ ਰੀਇੰਟਰਪ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬੀਆਂ ਨੂੰ ਕਿਹਾ, ਸਿਖਾਇਆ ਕਿ ਮੁਸਲਮਾਨ ਜਿਹੜੇ ਨੇ ਉਹ ਤੁਹਾਡੇ ਭਰਾ ਨੇ, ਸਿੱਖਾਂ ਨੂੰ ਸਿਖਾਇਆ, ਹਿੰਦੂਆਂ ਨੂੰ ਸਿਖਾਇਆ, ਔਰ ਸਾਰਿਆਂ ਨੇ ਇਕੱਠਾ ਜਿਹੜਾ ਹੈ ਆਜ਼ਾਦੀ ਦੀ ਲੜਾਈ ਲੜਨੀ ਹੈ। ਉਹਨਾਂ ਨੇ ਬੰਦੇ ਮਾਤਰਮ ਨੂੰ ਆਪਣਾ ਸਲੋਗਨ ਬਣਾਇਆ, ਨਾ ਕਿ ਸਤਿ ਸ੍ਰੀ ਅਕਾਲ ਨੂੰ ਜਾਂ ਕਿਸੇ ਹੋਰ ਸਿੱਖ ਰਿਲੀਜੀਅਸ ਸਲੋਗਨ ਨੂੰ। ਔਰ ਉਹਨਾਂ ਨੇ ਇਹ ਵੀ ਖਾਸ ਕਿਹਾ ਕਿ ਜਿਹੜਾ ਮਜ਼ਹਬ ਹੈ ਉਹ ਕਿਰਪਾਨ ਜਾਂ ਸਿਰਫ ਲੰਬੇ ਬਾਲ ਰੱਖਣ ਦੇ ਨਾਲ ਨਹੀਂ ਹੁੰਦਾ, ਪਰ ਧਰਮ ਜਿਹੜਾ ਹੈ ਜਾਂ ਜਿਹੜਾ ਮਜ਼ਹਬ ਹੈ ਉਹ ਅਸਲੀ ਮਜ਼ਹਬ ਉਹ ਹੈ ਜਿਹੜਾ ਕਿ ਸਭ ਸਿਖਾਉਂਦਾ ਹੈ ਕਿ ਆਪਣੇ ਆਪਣੇ ਆਸ ਪਾਸ ਦੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਅੱਛਾ ਵਿਵਹਾਰ ਕੀਤਾ ਜਾਏ। ਦੂਸਰੇ, ਉਹਨਾਂ ਨੇ ਸਾਰੇ ਰੀਜਨਸ ਦੇ ਲੋਕਾਂ ਨੂੰ ਆਪਣੇ ਲੀਡਰ ਮੰਨਿਆ, ਲੋਕਮਾਨਿਆ ਤਿਲਕ, ਔਰੋਬਿੰਦੋ, ਘੋਸ਼, ਖੁਦੀਰਾਮ ਬੋਸ਼,
ਰਾਸ ਬਿਹਾਰੀ ਬੋਸ, ਚਾਹੇ ਉਹ ਕਿੱਥੋਂ ਦੇ ਵੀ ਹੋਣ, ਉਹਨਾਂ ਨੂੰ ਆਪਣਾ ਲੀਡਰ ਮੰਨਣ ਨੂੰ ਤਿਆਰ ਸੀ। ਉਹਨਾਂ ਨੇ ਕਦੀ ਨਾ ਸਿੱਖਾਂ ਨੂੰ ਨਾ ਪੰਜਾਬੀਆਂ ਨੂੰ ਇਹ ਕਹਾ ਕਿ ਇਹ ਹੀ ਐਕਸਕਲੂਸਿਵਲੀ ਜਿਹੜੇ ਨੇ ਇਹ ਲੜਾਈ ਲੜ ਸਕਦੇ ਨੇ। ਸੋਹਨ ਸਿੰਘ ਪਖਨਾ ਜਿਹੜੇ ਕਿ ਬਹੁਤ ਵੱਡੇ ਗਦਰਾਈਟ ਲੀਡਰ ਸੀ, ਜਿਹੜੇ ਬਾਅਦ ਦੇ ਵਿੱਚ ਬਹੁਤ ਵੱਡੇ ਕੌਮਨਿਸਟ ਲੀਡਰ ਬਣੇ ਪੰਜਾਬ ਦੇ ਵਿੱਚ ਔਰ ਪ੍ਰੈਜ਼ੈਂਟ ਲੀਡਰ ਬਣੇ, ਉਹਨਾਂ ਦਾ ਕੋਟੇਸ਼ਨ ਹੈ ਇੱਕ ਬੜਾ ਇੰਪੋਰਟੈਂਟ। ਉਹਨਾਂ ਨੇ ਕਿਹਾ, ਅਸੀਂ ਨਾ ਤਾਂ ਸਿੱਖ ਸੀ ਅਤੇ ਨਾ ਪੰਜਾਬੀ ਸੀ, ਸਾਡਾ ਮਜ਼ਹਬ ਜਿਹੜਾ ਸੀ, ਸਾਡਾ ਧਰਮ ਜਿਹੜਾ ਸੀ, ਉਹ ਦੇਸ਼ ਪ੍ਰੇਮ ਸੀ, ਪੈਟਰੋਟਿਜ਼ਮ ਸੀ। ਅਤੇ ਇਹੀ ਮੈਂ ਮੰਨ ਕੇ ਚੱਲਾਂਗੀ ਕਿ ਉਹਨਾਂ ਦੀ ਸਭ ਤੋਂ ਇੰਪੋਰਟੈਂਟ ਜਿਹੜੀ ਹੈ ਕੰਟਰੀਬਿਊਸ਼ਨ ਸੀ। ਇਸ ਤੋਂ ਇਲਾਵਾ ਉਹਨਾਂ ਦਾ ਇੱਕਦਮ ਜਿਹੜਾ ਹੈ ਇਗੈਲੀਟੇਰੀਅਨ ਵਿਊ ਪੁਆਇੰਟ ਸੀ, ਔਰ ਇੱਕ ਜਿਹੜੇ ਹਰਦਿਆਲ ਸੀ, ਜਿਸ ਤਰ੍ਹਾਂ ਉਹ ਖੁਦ ਕਾਫੀ ਸੋਸ਼ਲਿਸਟ ਵਿਊਜ਼ ਦੇ ਸੀ, ਉਹ ਆਪਣੇ ਲੈਕਚਰਸ ਦੇ ਵਿੱਚ ਰਸ਼ੀਅਨ ਰੈਵੋਲਿਊਸ਼ਨਰੀਜ਼, ਆਇਰਿਸ਼ ਰੈਵੋਲਿਊਸ਼ਨਰੀ, ਮੈਕਸੀਕਨ ਰੈਵੋਲਿਊਸ਼ਨਰੀ, ਸਾਰਿਆਂ ਦੀਆਂ ਗੰਦ ਗੱਲਾਂ ਕਰਦੇ ਸੀ। ਔਰ ਇਸੀ ਤਰ੍ਹਾਂ ਜਦੋਂ ਇਹ ਮੂਵਮੈਂਟ ਖਤਮ ਹੋ ਗਈ, ਉਹਦੇ ਬਾਅਦ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਜਦੋਂ ਬਾਅਦ ਦੇ ਵਿੱਚ ਇਹਨਾਂ ਦੇ ਲੋਕ ਜਿਹੜੇ ਸੀ, ਉਹਨਾਂ ਨੇ ਕਿਸ ਤਰ੍ਹਾਂ ਅੱਗੇ ਰੈਵੋਲਿਊਸ਼ਨਰੀ ਮੂਵਮੈਂਟ ਦੇ ਨਾਲ ਆਪਣੀ ਜਿਹੜੀ ਹੈ ਸਾਰੀ ਲਹਿਰ ਜਿਹੜੀ ਹੈ ਉਹ ਜੋੜੀ। ਔਰ ਇਹ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗੀ ਕਿ ਅੰਗਰੇਜ਼ਾਂ ਨੇ ਜਿਸ ਸਖਤੀ ਦੇ ਨਾਲ ਇਸ ਮੂਵਮੈਂਟ ਨੂੰ ਦਬਾਇਆ, ਔਰ ਇੰਨੇ ਇਹਦੀ ਲੀਡਰਸ਼ਿਪ ਸੀ ਉਹਨੂੰ ਬਿਲਕੁਲ ਜਿਸ ਤਰ੍ਹਾਂ ਡਿਸਟਰੋਏ ਕਰ ਦਿੱਤਾ, ਇਹਦਾ ਪੰਜਾਬ ਦੇ ਪੂਰੇ ਪੋਲੀਟਿਕਸ 'ਤੇ ਔਰ ਖਾਸ ਕਰ ਸੈਕੂਲਰ ਪੋਲੀਟਿਕਸ 'ਤੇ ਬਹੁਤ ਨੈਗੇਟਿਵ ਅਸਰ ਪਿਆ, ਕਿਉਂਕਿ ਇੰਨੇ ਇੱਕ ਤਰ੍ਹਾਂ ਫਲਾਵਰ ਆਫ ਪੰਜਾਬੀ ਮੈਨਹੁੱਡ ਯੂ ਕੈਨ ਸੇ ਵਾਸ ਡਿਸਟਰੋਇਡ। ਔਰ ਉਹਦਾ ਬੜਾ ਲੰਬੇ ਟਾਈਮ ਤੱਕ ਜਿਹੜਾ ਉਹਦਾ ਅਸਰ ਅਸੀਂ ਦੇਖਦੇ ਹਾਂ, ਕਿਉਂਕਿ ਜਿੰਨੇ ਬੱਚੇ ਵੀ ਸੀ ਗਦਰਾਈਟਸ, ਉਹਨਾਂ ਨੇ ਇੰਨਾ ਅਹਿਮ ਰੋਲ ਪਲੇ ਕੀਤਾ ਬਾਅਦ ਦੇ ਵਿੱਚ, ਅਤੇ ਅਗਰ ਸਾਰੇ ਦੇ ਸਾਰੇ ਜਿਹੜੇ ਸੀ ਉਹ ਸਾਡੇ ਕੋਲ ਹੁੰਦੇ, ਤਾਂ ਮੈਂ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਉਹਨਾਂ ਦਾ ਕਿੰਨਾ ਅਸਰ ਹੁੰਦਾ। ਇਹਦੇ ਬਾਅਦ ਮੈਂ ਬਰੀਫਲੀ ਤੁਹਾਨੂੰ ਅਕਾਲੀ ਮੂਵਮੈਂਟ ਦਾ ਰੈਫਰੈਂਸ ਦੇਣਾ ਚਾਹੁੰਦੀ ਹਾਂ, ਕਿਉਂਕਿ ਇਸ ਖਾਸ ਕਰ ਇਸ ਲਈ ਕਿ ਫਿਰ ਤੋਂ ਇਹ ਗੱਲ ਹੈ ਕਿ ਇਹ ਅਕਾਲੀ ਮੂਵਮੈਂਟ ਨੂੰ ਲੋਕ ਜਿਸ ਤਰ੍ਹਾਂ ਹੈ ਜ਼ਿਆਦਾਤਰ ਇਹ ਸਮਝਦੇ ਨੇ ਕਿ ਸਿੱਖਾਂ ਦਾ ਮੂਵਮੈਂਟ ਸੀ ਜਾਂ ਇਹ ਕੋਈ ਰਿਲੀਜੀਅਸ ਮੂਵਮੈਂਟ ਸੀ। ਅਸਲ 'ਚ ਜਿਹੜੀ ਅਕਾਲੀ ਮੂਵਮੈਂਟ ਸੀ 1920 ਤੋਂ 25 ਤੱਕ ਜਿਹੜੀ ਚੱਲੀ, ਉਹ ਅਕਾਲੀ ਮੂਵਮੈਂਟ ਜਿਹੜੀ ਸੀ ਉਹ ਸਿੱਖ ਗੁਰਦੁਆਰਿਆਂ ਨੂੰ ਰਿਫੋਰਮ ਕਰਨ ਦੀ ਮੂਵਮੈਂਟ ਸੀ, ਪਰ ਉਹ ਪੋਲੀਟੀਕਲ ਸੀ ਔਰ ਐਂਟੀ ਬ੍ਰਿਟਿਸ਼ ਔਰ ਐਂਟੀ ਇੰਪੀਰੀਅਲਿਸਟ ਸੀ, ਔਰ ਉਹ ਸਿੱਖਾਂ ਤੱਕ ਵੀ ਕਨਫਾਈਨਡ ਨਹੀਂ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਮੈਂ ਕਹਾਂਗੀ ਕਿ ਉਹ ਬਿਲਕੁਲ ਡੈਮੋਕਰੈਟਿਕ, ਐਂਟੀ ਫਿਊਡਲ ਔਰ ਐਂਟੀ ਇੰਪੀਰੀਅਲਿਸਟ ਮੂਵਮੈਂਟ ਸੀ, ਔਰ ਉਹਦਾ ਜਿਹੜਾ ਉਦੇਸ਼ ਸੀ, ਉਹਦਾ ਜਿਹੜਾ ਏਮ ਸੀ, ਉਹ ਗੁਰਦੁਆਰਾ ਨੂੰ ਪੋਪੂਲਰ ਰੈਪ੍ਰਜੈਂਟੇਟਿਵਸ ਦੇ ਥੱਲੇ ਲਿਆਉਣ ਦਾ ਉਹਦਾ ਓਬਜੈਕਟਿਵ ਸੀ, ਔਰ ਜਿਹੜੇ ਮਹੰਤ ਸੀ ਔਰ ਸਰਕਾਰ ਦੇ ਨੁਮਾਇੰਦੇ ਸੀ ਉਹਨਾਂ ਨੂੰ ਹਟਾਉਣ ਦਾ ਉਹਦਾ ਓਬਜੈਕਟਿਵ ਸੀ। ਔਰ ਇਹਨੇ ਬੜੇ ਸਾਰੀਆਂ ਸੈਕਰੀਫਾਈਸਿਸ ਵੀ ਦਿੱਤੀਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਹੈਗੀਆਂ ਨੇ। ਮੈਂ ਇਹ ਦੋ ਹੀ ਇੱਥੇ ਚੀਜ਼ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਇੱਕ ਤਾਂ ਜਿਹੜਾ ਨਾਨਕਾਨਾ ਸਾਹਿਬ ਜਿਹੜਾ ਕਿ ਪਾਕਿਸਤਾਨ ਵਿੱਚ ਹੁਣ ਹੈ, ਗੁਰੂ ਨਾਨਕ ਦੀ ਬਰਥ ਪਲੇਸ, ਉੱਥੇ ਜਿਹੜਾ ਗੁਰਦੁਆਰਾ ਸੀ ਉੱਥੇ ਬਹੁਤ ਇੰਪੋਰਟੈਂਟ ਇੰਸੀਡੈਂਟ ਹੋਇਆ ਸੀ, ਕਿਉਂਕਿ ਉੱਥੇ ਜਿਹੜਾ ਮਹੰਤ ਸੀ ਉਹਨੇ ਗੁੰਡਿਆਂ ਨੂੰ ਬੁਲਾ ਕੇ ਕੋਈ 100 ਅਕਾਲੀਆਂ ਨੂੰ ਉੱਥੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ। ਹੀ ਓਪਨ ਦੇ ਓਪਨ ਫਾਇਰ ਔਰ ਅਟੈਕ ਕੀਤਾ ਜੱਥੇ ਨੂੰ ਜਿਹੜਾ ਉੱਥੇ ਗਿਆ ਸੀ ਪ੍ਰੋਟੈਸਟ ਕਰਨ ਦੇ ਲਈ, ਔਰ 100 ਅਕਾਲੀ ਜਿਹੜੇ ਸੀ ਉਹ ਮਰ ਗਏ ਉਹਦੇ ਵਿੱਚ। ਔਰ ਇਹ ਜਿਹੜਾ ਅਤਿਆਚਾਰ ਸੀ ਇਹਦੇ ਨਾਲ ਉਹਦੇ ਬਾਅਦ ਮੂਵਮੈਂਟ ਇੱਕਦਮ ਜਿਹੜੀ ਹੈ ਇਹਦੇ ਨਾਲ ਬਾਕੀ ਜਗ੍ਹਾ ਵੀ ਫੈਲੀ, ਔਰ ਇਹਦੇ ਬਾਅਦ ਜਿਹੜੀ ਮੂਵਮੈਂਟ ਸੀ ਇਹ ਨੋਨ ਕੋਆਪਰੇਸ਼ਨ ਮੂਵਮੈਂਟ ਦੇ ਬਹੁਤ ਕਲੋਜ਼ ਆ ਗਈ, ਔਰ ਬਹੁਤ ਸਾਰੇ ਉਹਦੇ ਪ੍ਰੋਗਰਾਮ ਵੀ ਉਹਨਾਂ ਨੇ ਅਡੋਪਟ ਕਰ ਲਏ, ਜਿਸ ਤਰ੍ਹਾਂ ਕਿ ਅੰਗਰੇਜ਼ੀ ਚੀਜ਼ਾਂ ਦਾ ਬਹਿਸ਼ਕਾਰ ਔਰ ਨੋਨ ਵਾਇਲੈਂਟ ਤਰੀਕੇ ਅਪਣਾਉਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਅਕਾਲੀ ਮੂਵਮੈਂਟ ਨੇ ਇਸ ਦੇ ਬਾਅਦ ਐਬਜ਼ੋਰਬ ਕਰ ਲਈਆਂ। ਇੱਕ ਹੋਰ ਜਿਹੜਾ ਮੈਂ ਮੈਨਸ਼ਨ ਕਰਨਾ ਚਾਹੁੰਦੀ ਹਾਂ, ਗੁਰੂ ਕਾ ਬਾਗ ਦਾ ਮੋਰਚਾ, ਇਹ 1922 ਦੇ ਵਿੱਚ ਹੋਇਆ ਸੀ, ਔਰ ਇੱਥੇ ਵੀ ਜਿਹੜਾ ਹੈ ਬਹੁਤ ਹੀਰੋਇਕ
ਸਟਰਗਲ ਜਿਹੜੀ ਹੈ ਉਹਨਾਂ ਨੇ ਜਿਹੜਾ ਜੱਥਾ ਸੀ ਉਹਨਾਂ ਨੇ ਲੜੀ ਜੱਥਿਆਂ ਨੇ ਔਰ ਇੱਥੇ ਕੋਈ 4,000 ਜਿਹੜੇ ਸੀ ਉਹਨਾਂ ਨੇ ਲੋਕ ਅਰੈਸਟ ਕੀਤੇ ਬਹੁਤ ਸਾਰੇ ਲੋਕਾਂ ਨਾਲ ਬਹੁਤ ਕੰਡੈਮ ਹੋਇਆ ਜਿਹੜਾ ਓਪਰੇਸ਼ਨ ਸੀ ਬਹੁਤ ਸਿਵੀਅਰ ਜਿਹੜੇ ਸੀ ਬਰੂਟੈਲਿਟੀ ਵਰਤੀ ਗਈ ਨੋਨ ਵਾਇਲੈਂਟ ਲੋਕਾਂ ਦੇ ਉੱਪਰ ਔਰ ਇਹਦੇ ਬਾਅਦ ਵੀ ਹੈ ਜਿਹੜਾ ਇਹਦਾ ਇਹ ਮੂਵਮੈਂਟ ਜਿਹੜੀ ਸੀ ਬਹੁਤ ਪਾਵਰਫੁਲ ਹੋਈ ਫਿਰ ਜਿਸ ਤਰ੍ਹਾਂ ਕਿ ਹੁੰਦਾ ਗਵਰਨਮੈਂਟ ਨੇ ਸਪਰੈਸ ਕੀਤਾ ਕੁਛ ਕਨਸੈਸ਼ਨ ਦਿੱਤੇ ਗੁਰਦੁਆਰਾ ਰਿਫੋਰਮ ਐਕਟ ਦਿੱਤਾ ਔਰ ਅਕਾਲੀ ਮੂਵਮੈਂਟ ਜਿਹੜੀ ਸੀ ਉਹਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਕਿ ਅੰਗਰੇਜ਼ ਹਮੇਸ਼ਾ ਕਰਦੇ ਸੀ ਅਤੇ ਇੱਕ ਛੋਟਾ ਹਿੱਸਾ ਜਿਹੜਾ ਸੀ ਉਹ ਅੰਗਰੇਜ਼ਾਂ ਦੇ ਨਾਲ ਚਲਾ ਗਿਆ ਪਰ ਜਿਹੜਾ ਵੱਡਾ ਹਿੱਸਾ ਸੀ ਅਕਾਲੀ ਮੂਵਮੈਂਟ ਦਾ ਉਹ ਐਂਟੀ ਬ੍ਰਿਟਿਸ਼ ਹੀ ਰਿਹਾ ਉਹ ਕੁਛ ਤਾਂ ਲੈਫਟ ਮੂਵਮੈਂਟ ਦੇ ਵਿੱਚ ਚਲੇ ਗਏ ਕੁਛ ਜਿਹੜੇ ਮੇਨ ਸਟ੍ਰੀਮ ਗਾਂਧੀਅਨ ਮੂਵਮੈਂਟ ਸੀ ਉਹਦੇ ਨਾਲ ਚਲੇ ਗਏ ਔਰ ਕੁਛ ਜਿਹੜੇ ਸੀ ਉਹ ਕਮਿਊਨਲ ਜਾਂ ਆਪ ਤੁਸੀਂ ਕਹਿ ਸਕਦੇ ਹੋ ਲੋਇਲ ਟ੍ਰੈਂਡ ਜਿਹੜਾ ਸੀ ਉਹਦੇ ਵਿੱਚੋਂ ਨਿਕਲ ਕੇ ਗਿਆ ਪਰ ਜ਼ਿਆਦਾਤਰ ਜਿਹੜਾ ਉਹਦਾ ਅਸਰ ਸੀ ਉਹ ਸੈਕੂਲਰ ਉਹਦੇ ਉੱਪਰ ਹੀ ਰਿਹਾ ਇਸ ਦੇ ਬਾਅਦ ਟਾਈਮ ਸਾਡੇ ਕੋਲ ਹੁਣ ਘੱਟ ਹੈ ਅਤੇ ਮੈਂ ਬਰੀਫਲੀ ਤੁਹਾਨੂੰ ਦੱਸਣਾ ਚਾਹਾਂਗੀ ਕਿ ਇੰਪੋਰਟੈਂਟ ਇੱਕ ਜਿਹੜਾ ਡਿਵੈਲਪਮੈਂਟ ਸੀ 1923-24 ਤੋਂ ਜਿਹੜਾ ਹੈ ਉਹ ਹੈ ਨਵਾਂ ਟ੍ਰੈਂਡ ਜਿਹੜਾ ਹੁੰਦਾ ਹੁਣ ਵਾਮਪੰਥੀ ਗਰੁੱਪ ਔਰ ਪਾਰਟੀਆਂ ਜਿਹੜੀਆਂ ਹੈ ਪੰਜਾਬ ਦੇ ਵਿੱਚ ਪੈਦਾ ਹੁੰਦੀਆਂ ਹੈ ਇਹ ਸਾਰਾ ਇਨਫਲੂਐਂਸ ਸੀ ਰਸ਼ੀਅਨ ਰੈਵੋਲਿਊਸ਼ਨ ਦਾ ਜਿਹੜਾ ਨੇ ਯੰਗ ਲੋਕਾਂ ਦੇ ਉੱਪਰ ਬਹੁਤ ਅਸਰ ਕੀਤਾ ਲੋਕਾਂ ਨੂੰ ਲੱਗਾ ਕਿ ਇਹ ਜਿਹੜੀ ਨਇਆ ਇੱਕ ਸਾਡੇ ਸਾਹਮਣੇ ਇੱਕ ਨਈ ਚੀਜ਼ ਇੱਕ ਨਈ ਪੋਸੀਬਿਲਿਟੀ ਖੁੱਲ੍ਹੀ ਹੈ ਜਿਹਦੇ ਵਿੱਚ ਇਨਸਾਨ ਅਤੇ ਇਨਸਾਨ ਦੇ ਉੱਪਰ ਜਿਹੜਾ ਜ਼ੁਲਮ ਕਰਦਾ ਹੈ ਉਹ ਖਤਮ ਕੀਤਾ ਜਾ ਸਕਦਾ ਹੈ ਰਸ਼ੀਅਨ ਰੈਵੋਲਿਊਸ਼ਨ ਦਾ ਇਹ ਵੀ ਸੀ ਕਿ ਐਂਟੀ ਇੰਪੀਰੀਅਲਿਸਟ ਸੀ ਇਹ ਸਾਰੀਆਂ ਚੀਜ਼ਾਂ ਨੇ ਅਟਰੈਕਟ ਕੀਤਾ ਲੋਕਾਂ ਨੂੰ ਔਰ ਸਭ ਤੋਂ ਪਹਿਲਾਂ ਗਦਰ ਪਾਰਟੀ ਦੇ ਜਿਹੜੇ ਲੋਕ ਸੀ ਜੋ ਖਤਮ ਹੋ ਚੁੱਕੀ ਸੀ ਉਸ ਵਕਤ ਮੂਵਮੈਂਟ ਪਰ ਪਾਰਟੀ ਜ਼ਿੰਦਾ ਸੀ ਉਹਨਾਂ ਨੇ ਰਸ਼ੀਆ ਦੇ ਨਾਲ ਕਮਿਊਨਿਸਟਾਂ ਦੇ ਨਾਲ ਲਿੰਕ ਬਣਾਇਆ ਔਰ ਸੰਤੋਖ ਸਿੰਘ ਜੋ ਕਿ ਗਦਰ ਪਾਰਟੀ ਦੇ ਬਹੁਤ ਇੰਪੋਰਟੈਂਟ ਲੀਡਰ ਸੀ ਫਾਊਂਡਰ ਮੈਂਬਰ ਸੀ ਉਹ ਕਮਿਊਨਿਸਟ ਬਣ ਗਏ ਸੀ ਔਰ ਉਹ ਫਿਰ ਉਹ ਇੰਡੀਆ ਆਏ ਔਰ ਇੱਥੇ ਉਹ ਆਪਣੇ ਪਿੰਡ ਵਿੱਚ 2 ਸਾਲ ਇੰਟਰਨ ਰਹੇ ਔਰ ਉਹਦੇ ਬਾਅਦ ਜਿਹੜਾ ਹੈ ਉਹਨਾਂ ਨੇ ਕਰਮ ਸਿੰਘ ਚੀਨਾ ਔਰ ਭਾਗ ਸਿੰਘ ਕੈਨੇਡੀਅਨ ਦੇ ਨਾਲ ਮਿਲ ਕੇ ਕੀਰਤੀ ਅਖਬਾਰ ਦੀ ਸਥਾਪਨਾ ਕੀਤੀ ਮੈਂ ਕਿਉਂ ਮੈਨਸ਼ਨ ਕਰ ਰਹੀ ਹਾਂ ਕਿਉਂਕਿ ਜਿਸ ਤਰ੍ਹਾਂ ਗਦਰ ਅਖਬਾਰ ਦਾ ਬੜਾ ਰੋਲ ਹੈ ਇਸ ਤਰ੍ਹਾਂ ਬਾਅਦ ਦੇ ਵਿੱਚ ਕੀਰਤੀ ਅਖਬਾਰ ਦਾ ਵਾਮਪੰਥੀ ਲਹਿਰ ਦੇ ਲਈ ਬਹੁਤ ਵੱਡਾ ਰੋਲ ਹੈ ਔਰ ਕੀਰਤੀ ਅਖਬਾਰ ਜਿਹੜਾ ਹੈ ਇਹ ਸਥਾਪਿਤ ਕੀਤਾ ਗਿਆ ਫਰਵਰੀ 1926 ਦੇ ਵਿੱਚ ਔਰ ਫਿਰ ਇਹਦੇ ਨਾਲ ਹੀ ਜਿਹੜਾ ਹੈ ਪੈਜ਼ੈਂਟ ਕੀਰਤੀ ਪਾਰਟੀ ਜਾਂ ਪੈਜ਼ੈਂਟਸ ਐਂਡ ਵਰਕਰ ਪਾਰਟੀ ਵੀ ਬਣੀ ਜਿਹੜੀ ਕਿ ਕਮਿਊਨਿਸਟ ਪਾਰਟੀ ਦੇ ਨਾਲ ਜੁੜੀ ਹੋਈ ਸੀ ਇਹ ਵੀ 1928 ਦੇ ਵਿੱਚ ਇਹਦੀ ਸਥਾਪਨਾ ਹੋ ਗਈ ਮੈਂ ਸਿਰਫ ਇਸ ਲਈ ਮੈਂਸ਼ਨ ਕਰ ਰਹੀ ਹਾਂ ਕਿ ਇਹ ਜਿਹੜਾ ਟ੍ਰੈਂਡ ਸੀ ਵਾਮਪੰਥੀ ਟ੍ਰੈਂਡ ਜਿਹੜਾ ਸੀ ਇਹ 1925 ਤੋਂ ਅਸੀਂ ਅੱਗੇ ਚੱਲਦੇ ਰਹਿੰਦੇ ਹਾਂ ਕਿ ਇਹ ਪੰਜਾਬ ਪੋਲੀਟਿਕਸ ਦੇ ਵਿੱਚ ਇਹਦਾ ਬਹੁਤ ਇੰਪੋਰਟੈਂਟ ਰੋਲ ਹੈ ਜਿਹੜਾ ਅੰਡਰ ਐਸਟੀਮੇਟ ਕੀਤਾ ਜਾਂਦਾ ਹੈ ਸਾਡਾ ਇਤਿਹਾਸ ਜਿਹੜਾ ਲਿਖਿਆ ਗਿਆ ਹੈ ਉਹਦੇ ਵਿੱਚ ਇਸ ਟ੍ਰੈਂਡ ਨੂੰ ਇਸ ਲਹਿਰ ਨੂੰ ਪੂਰੀ ਤਰ੍ਹਾਂ ਰੈਕਗਨਾਈਜ਼ ਨਹੀਂ ਕੀਤਾ ਗਿਆ ਇਹਦਾ ਮਾਸ ਬੇਸ ਨਹੀਂ ਰੈਕਗਨਾਈਜ਼ ਕੀਤਾ ਗਿਆ ਇਹਦੇ ਇਹਦਾ ਖਾਸ ਕਰ ਇਹਦਾ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਜ਼ਮੀਨਦਾਰਾਂ ਦੇ ਵਿੱਚ ਜਿੰਨਾ ਇਨਫਲੂਐਂਸ ਸੀ ਉਹ ਨਹੀਂ ਰੈਕਗਨਾਈਜ਼ ਕੀਤਾ ਗਿਆ ਇਨਫੈਕਟ ਮੇਰੀ ਇਹ ਮੰਨਣਾ ਹੈ ਕਿ ਜਿਹੜੀ ਕਾਂਗਰਸ ਮੂਵਮੈਂਟ ਜਿਹੜੀ ਸੀ ਰੂਰਲ ਏਰੀਆਜ਼ ਦੇ ਵਿੱਚ ਉਹ ਜ਼ਿਆਦਾਤਰ ਜਿਹੜੀ ਲੈਫਟ ਵਿੰਗ ਜਿਹੜੇ ਗਰੁੱਪ ਸੀ ਉਹਨਾਂ ਦਾ ਇਨਫਲੂਐਂਸ ਉਹਦੇ ਵਿੱਚ ਬਹੁਤ ਸਟਰੋਂਗ ਸੀ ਮੈਂ ਇੱਥੇ ਕਿਉਂ ਐਮਫਸਾਈਜ਼ ਕਰ ਰਹੀ ਹਾਂ ਕਿਉਂਕਿ ਇਹ ਲੋਕ ਇੱਕਦਮ ਸਟਰੋਂਗਲੀ ਸੈਕੂਲਰ ਸੀ ਵਾਮਪੰਥੀ ਜਿਹੜੇ ਸੀ ਉਹਨਾਂ ਦੇ ਤੁਸੀਂ ਹੋਰ ਜੋ ਵੀ ਕ੍ਰਿਟੀਸਾਈਜ਼ ਕਰੋ ਪਰ ਉਹਨਾਂ ਦੀ ਸੈਕੂਲਰਿਜ਼ਮ ਨੂੰ ਕੋਈ ਨਹੀਂ ਕੁਐਸਚਨ ਕਰ ਸਕਦਾ ਸੀ ਅਤੇ ਇਸ ਲਈ ਜਿਹੜਾ ਇਹਨਾਂ ਦਾ ਇਨਫਲੂਐਂਸ ਸੀ ਪੰਜਾਬ ਦੇ ਪੋਲੀਟਿਕਸ ਦੇ ਵਿੱਚ ਉਹਦਾ ਇਨਫਲੂਐਂਸ ਸੈਕੂਲਰ ਆਈਡੀਓਲੋਜੀ ਨੂੰ ਬਹੁਤ ਦੂਰ ਤੱਕ ਲਿਜਾਣ ਦਾ ਸੀ ਐਸੀ ਦੌਰ ਦੇ ਵਿੱਚ ਫਿਰ ਸਾਡੇ ਸਾਰੇ ਭਗਤ ਸਿੰਘ ਹਿੰਦੁਸਤਾਨ ਰੈਵੋਲਿਊਸ਼ਨਰੀ ਐਸੋਸੀਏਸ਼ਨ ਆਦਮੀ ਹੋਣਾ ਦੇ ਨਾਲ ਸੁਖਦੇਵ ਭਗਤੀ ਚਰਨ ਬੋਰੀਆ ਇਹ ਸਾਰੇ ਆਉਂਦੇ ਨੇ ਔਰ ਉਹ ਨੌਜਵਾਨ ਭਾਰਤ ਸਭਾ ਵੀ ਬਣਾਉਂਦੇ ਨੇ ਔਰ ਫਿਰ ਜਿਹੜਾ ਹੈ ਇਸੀ ਟਾਈਮ ਜਿਹੜਾ ਹੈ ਐਂਟੀ ਸਾਇਮਨ ਕਮਿਸ਼ਨ ਵਾਲੀ ਸਾਰੀ ਮੂਵਮੈਂਟ ਹੁੰਦੀ ਹੈ ਜਿੱਥੇ ਲਾਲਾ ਲਾਜਪਤ ਰਾਏ ਨੂੰ ਲਾਠੀ ਲੱਗਦੀ ਹੈ ਫਿਰ ਉਹਦੇ ਖਿਲਾਫ ਭਗਤ ਸਿੰਘ ਦਾ ਆਪਣਾ
ਸੌਂਡਰਸ ਦਾ ਮਰਡਰ ਹੁੰਦਾ ਹੈ, ਇਹ ਸਾਰਾ ਪੀਰੀਅਡ ਜਿਹੜਾ ਹੈ ਇੱਕ ਬਹੁਤ ਰੈਵੋਲੂਸ਼ਨਰੀ ਪੀਰੀਅਡ ਹੈ ਪੰਜਾਬ ਦੀ ਹਿਸਟਰੀ ਦੇ ਵਿੱਚ, ਔਰ ਜਿਹੜਾ ਕਲਮੀਨੇਟ ਕਰਦਾ ਹੈ ਲਾਹੌਰ ਕਾਂਗਰਸ ਦੇ ਵਿੱਚ 1929 ਦਸੰਬਰ ਦੇ ਵਿੱਚ, ਜਿਹਦੇ 'ਚ ਜਵਾਹਰ ਲਾਲ ਨਹਿਰੂ ਪਹਿਲੀ ਵਾਰ ਪ੍ਰੈਜ਼ੀਡੈਂਟ ਬਣਦੇ ਨੇ ਕਾਂਗਰਸ ਦੇ, ਔਰ ਇੱਕ ਰੈਡੀਕਲ ਟਰਨ ਜਿਹੜਾ ਹੈ ਉਹਨਾਂ ਦੇ ਪ੍ਰੈਜ਼ੀਡੈਂਟਸ਼ਿਪ ਦੇ ਨਾਲ ਕਾਂਗਰਸ ਦੇ ਉੱਪਰ ਆਉਂਦਾ ਹੈ, ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੇ ਪ੍ਰੈਜ਼ੀਡੈਂਸ਼ੀਅਲ ਐਡਰੈਸ ਵਿੱਚ ਕਿਹਾ ਕਿ ਆਈ ਮਸਟ ਫਰੈਂਕਲੀ ਕਨਵੈਸ ਦੈਟ ਆਈ ਐਮ ਅ ਸੋਸ਼ਲਿਸਟ ਐਂਡ ਅ ਰਿਪਬਲਿਕਨ ਐਂਡ ਆਈ ਐਮ ਨੋ ਬਿਲੀਵਰ ਇਨ ਕਿੰਗਸ ਐਂਡ ਪ੍ਰਿੰਸਿਸ ਔਰ ਇਨ ਦਾ ਆਰਡਰ ਵਿਚ ਪ੍ਰੋਡਿਊਸਿਸ ਦ ਮਾਡਰਨ ਕਿੰਗਸ ਆਫ ਇੰਡਸਟਰੀ ਹੂ ਹੈਵ ਗ੍ਰੇਟਰ ਪਾਵਰ ਓਵਰ ਦ ਲਾਈਵਸ ਐਂਡ ਫੋਰਚੂਨਸ ਆਫ ਮੈਨ ਦੈਨ ਈਵਨ ਦ ਕਿੰਗਸ ਆਫ ਓਲਡ ਐਂਡ ਹੂਜ਼ ਮੈਥਡਸ ਆਰ ਐਜ਼ ਪ੍ਰੀਡੇਟਰੀ ਐਜ਼ ਦੋਜ ਆਫ ਦ ਓਲਡ ਫਿਊਡਲ ਅਰਿਸਟੋਕ੍ਰੇਸੀ ਹੁਣ ਤੁਸੀਂ ਸਮਝ ਸਕਦੇ ਹੋ ਕਿ ਇਸ ਤਰ੍ਹਾਂ ਦੀ ਆਈਡੀਓਲੋਜੀ ਦੇ ਨਾਲ ਜਿਹੜੀ ਮੂਵਮੈਂਟ ਫਿਰ ਅੱਗੇ ਚੱਲੀ ਉਹਦੇ ਵਿੱਚ ਸੈਕੂਲਰ ਪ੍ਰਿੰਸੀਪਲਸ ਜਿਹੜੇ ਸੀ ਉਹ ਬਹੁਤ ਹੀ ਪਾਵਰਫੁਲ ਸੀ, ਬਹੁਤ ਹੀ ਇੰਪੋਰਟੈਂਟ ਸੀ, ਔਰ ਪੰਜਾਬ ਦੀ ਵੀ ਜਿਹੜੀ ਹਿਸਟਰੀ ਹੈ ਨੈਸ਼ਨਲ ਮੂਵਮੈਂਟ ਦੀ ਜਿਹੜੀ ਹਿਸਟਰੀ ਹੈ ਜਿਹਦੇ ਵਿੱਚ 1930 ਤੋਂ 1931 ਫਿਰ ਉਹਦੇ 1931 ਤੋਂ ਫਿਰ 1932 ਜਿਹੜੀ ਸਿਵਲ ਡਿਸਓਬੀਡੀਅੰਸ ਮੂਵਮੈਂਟ ਚੱਲੀ ਜਿਹਦੇ ਵਿੱਚ ਲੈਂਡ ਰੈਵਨਿਊ ਰਿਫਿਊਜ਼ਲ ਦਾ ਵੀ ਬਹੁਤ ਵੱਡਾ ਇੱਕ ਪਾਵਰਫੁਲ ਮੂਵਮੈਂਟ ਚੱਲਿਆ ਜਿਹਦੇ ਵਿੱਚ ਵੀ ਇਹ ਸਾਰੇ ਵਾਮਪੰਥੀ ਫੋਰਸਿਸ ਵੀ ਬੜੇ ਇੰਪੋਰਟੈਂਟ ਸੀ ਔਰ ਮਾਸ ਲੈਵਲ 'ਤੇ ਮੂਵਮੈਂਟ ਚੱਲੀ, ਹਜ਼ਾਰੋਂ ਲੋਕ ਜਿਹੜੇ ਜੇਲ੍ਹ ਗਏ। ਇਸ ਮੂਵਮੈਂਟ ਨੇ ਵੀ ਸੈਕੂਲਰ ਜਿਹੜੀ ਆਈਡੀਓਲੋਜੀ ਸੀ ਉਹਨੂੰ ਬਹੁਤ ਦੂਰ ਤੱਕ ਲੋਕਾਂ ਦੇ ਅੰਦਰ ਫੈਲਾਇਆ। ਇਹਦੇ ਵਿੱਚ ਗਦਰੀ ਬਾਬੇ, ਇਹਦੇ ਵਿੱਚ ਨੌਜਵਾਨ ਭਾਰਤ ਸਭਾ, ਇਹਦੇ ਵਿੱਚ ਕਿਰਤੀ ਕਿਸਾਨ ਪਾਰਟੀ, ਗਾਂਧੀਅਨ, ਕਾਂਗਰਸ, ਸੋਸ਼ਲਿਸਟ ਜਿਹੜੇ ਇਹਦੇ ਬਾਅਦ ਬਣੇ, ਸਾਰਿਆਂ ਦਾ ਇਹਦੇ ਵਿੱਚ ਬਹੁਤ ਬੜਾ ਹਿੱਸਾ ਸੀ। ਇਹਦੇ ਬਾਅਦ ਜਿਹੜਾ ਹੈ ਮੈਂ ਮੈਂਸ਼ਨ ਖਾਸ ਕਰਨਾ ਚਾਹੁੰਦੀ ਹਾਂ ਇੱਕ ਦੋ ਮਿੰਟ 'ਚ, ਜਿਹੜਾ ਇਲੈਕਸ਼ਨ ਕੈਂਪੇਨ ਹੋਇਆ, ਪਹਿਲੇ ਜਿਹੜੇ ਪ੍ਰੋਵਿੰਸ਼ੀਅਲ ਇਲੈਕਸ਼ਨ ਸੀ ਪੋਪੂਲਰ ਮਿਨਿਸਟਰੀਜ਼ ਦੇ ਜਿਹੜੇ 1936-37 ਦੇ ਵਿੱਚ, ਇਹਦੇ ਵਿੱਚ ਜਿਹੜੀ ਬੜੀ ਇੰਪੋਰਟੈਂਟ ਚੀਜ਼ ਸੀ ਉਹ ਸੀ ਕਿ ਇਹਦਾ ਜਿਹੜਾ ਮੇਨ ਕੈਂਪੇਨਰ ਸੀ ਉਹ ਜਵਾਹਰ ਲਾਲ ਨਹਿਰੂ ਸੀ, ਜਿਹਨੇ ਸਾਰੇ ਜਿਹਨਾਂ ਨੇ ਸਾਰੇ ਹਿੰਦੁਸਤਾਨ 'ਚ ਜਾ ਜਾ ਕੇ ਜਿਹੜਾ ਹੈ ਆਪਣੇ ਇਹਦੇ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਉਹ ਇਸ ਕੈਂਪੇਨ ਦੇ ਲਈ। ਔਰ ਉਸ ਵਕਤ ਜਿਹੜਾ ਸੀ ਉਹਨਾਂ ਦਾ ਮੇਨ ਜਿਹੜਾ ਮੈਸੇਜ ਸੀ ਲੋਕਾਂ ਦੇ ਲਈ ਸੀ ਉਹ ਸੀ ਕਿ ਸੋਸ਼ਲਿਜ਼ਮ ਜਿਹੜਾ ਹੈ ਸਾਡਾ ਜਿਹੜਾ ਓਬਜੈਕਟਿਵ ਹੈ ਸਾਡੀ ਮੂਵਮੈਂਟ ਦਾ ਉਹ ਸਿਰਫ ਸੋਸ਼ਲਿਜ਼ਮ ਹੋ ਸਕਦਾ ਹੈ, ਕਿਉਂਕਿ ਸਾਡਾ ਮੇਨ ਪ੍ਰੋਬਲਮ ਲੋਕਾਂ ਦਾ ਜਿਹੜਾ ਹੈ ਉਹ ਗਰੀਬੀ ਹੈ, ਬੇਰੁਜ਼ਗਾਰੀ ਹੈ, ਕਰਜ਼ਾ ਹੈ, ਅਤੇ ਮੈਨੂੰ ਤਾਂ ਉਹਦਾ ਇੱਕ ਹੀ ਆਨਸਰ ਆਉਂਦਾ ਹੈ ਔਰ ਉਹ ਹੈ ਸਮਾਜਵਾਦ, ਸੋਸ਼ਲਿਜ਼ਮ, ਅਤੇ ਸਾਨੂੰ ਉਸ ਰਸਤੇ ਹੀ ਜਾਣਾ ਹੈ। ਅਤੇ ਉਹਨਾਂ ਦੀ ਜਿਹੜੀ ਸੀ ਬਿਲਕੁਲ ਸੈਕੂਲਰ ਅਪਰੋਚ ਸੀ, ਉਹ ਪੰਜਾਬ 'ਚ ਵੀ ਲੰਬੇ ਲੰਬੇ ਟਾਈਮ ਦੇ ਲਈ ਆਏ। ਔਰ ਇੱਕ ਵਾਰੀ ਤੋਂ ਬੜਾ ਇੰਟਰਸਟਿੰਗ ਇੰਸੀਡੈਂਟ ਹੈ ਜਿਹੜਾ ਮੈਂ ਮੈਂਸ਼ਨ ਕਰਨਾ ਚਾਹੁੰਦੀ ਹਾਂ, ਤੁਹਾਨੂੰ ਅੱਛਾ ਲੱਗੇਗਾ ਸੁਣ ਕੇ, ਇੰਟਰਸਟਿੰਗ ਲੱਗੇਗਾ। ਕਈ ਇੱਕ ਵਾਰੀ ਉਹ ਜਦੋਂ ਆਏ ਤਾਂ ਸਰਕਾਰ ਨੇ ਉਹਨਾਂ ਨੂੰ ਜਿਹੜੀ ਬੜਾ ਪਿੰਡ ਬੁੰਡਾਲਾ ਪਿੰਡ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਣੀ ਸੀ ਔਰ ਉਸ ਜ਼ਮਾਨੇ 'ਚ ਲੱਖ ਲੱਖ ਲੋਕ ਆ ਜਾਂਦੇ ਸੀ ਉਹਨਾਂ ਦੀ ਮੀਟਿੰਗ 'ਚ, ਅਤੇ ਸਰਕਾਰ ਨਹੀਂ ਸੀ ਚਾਹੁੰਦੀ, ਅਤੇ ਸਰਕਾਰ ਨੇ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਕਿ ਜਿਹੜਾ ਵਿਲੇ ਪਿੰਡ ਦੇ ਵਿੱਚ ਜਿਹੜੀ ਸ਼ਾਮਲਾਤ ਦੀ ਜ਼ਮੀਨ ਹੁੰਦੀ ਹੈ ਉਹਦੇ ਵਿੱਚ ਉਹ ਮੀਟਿੰਗ ਕਰ ਸਕਣ। ਅਤੇ ਉਹ ਪਿੰਡ ਜਿਹੜਾ ਸੀ ਉਹ ਹਰਕਿਸ਼ਨ ਸਿੰਘ ਸੁਰਜੀਤ ਦਾ ਪਿੰਡ ਸੀ, ਤੁਸੀਂ ਸਾਹਿਬ ਜਾਣਦੇ ਹੀ ਹੋਏਗੇ ਹਰਕਿਸ਼ਨ ਸਿੰਘ ਸੁਰਜੀਤ ਸਾਡੀ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਜਿਹੜੀ ਹੈ ਉਹਦੇ ਜਨਰਲ ਸੈਕਟਰੀ ਰਹੇ ਨੇ, ਬਹੁਤ ਵੱਡੇ ਲੀਡਰ ਰਹੇ ਨੇ, ਹੁਣ ਨਹੀਂ ਨੇ, ਕਿੰਤੂ ਪੰਜਾਬ ਦੇ ਉਹ ਬਹੁਤ ਵੱਡੇ ਲੀਡਰ ਰਹੇ ਨੇ ਔਰ ਇੰਡੀਪੈਂਡੈਂਸ ਤੋਂ ਪਹਿਲਾਂ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ। ਉਹਨਾਂ ਦਾ ਪਿੰਡ ਸੀ ਅਤੇ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦੀ ਜ਼ਮੀਨ ਸੀ, ਉਹਨਾਂ ਦਾ ਆਪਣਾ ਖੇਤ ਸੀ, ਉਹਦੇ 4 ਏਕੜ ਦੇ ਵਿੱਚ ਉਹਨਾਂ ਦੀ ਜਿਹੜੀ ਮੱਕੇ ਦੀ ਫਸਲ ਸੀ ਉਹਨੂੰ ਕਟਵਾ ਕੇ ਉਹਨਾਂ ਨੇ ਖਾਲੀ ਕੀਤਾ ਔਰ ਉੱਥੇ ਜਿਹੜੀ ਹੈ ਇਹ ਮੀਟਿੰਗ ਕੀਤੀ ਗਈ। ਇਸ ਤਰ੍ਹਾਂ ਦੇ ਸੈਕਰੀਫਾਈਸਿਸ ਲੋਕਾਂ ਨੇ ਕਿ ਇੱਕ ਖੜੀ ਫਸਲ ਨੂੰ ਕੱਟਣਾ ਇੱਕ ਕਿਸਾਨ ਦੇ ਲਈ ਕੀ ਹੁੰਦਾ, ਜਿਹੜਾ ਕੋਈ ਜ਼ਮੀਨਦਾਰ ਕੋਈ ਸੁਣ ਰਿਹਾ ਹੋਏਗਾ ਕਿਸਾਨੀ ਬੈਕਗਰਾਊਂਡ ਦਾ ਉਹ ਸਮਝੇਗਾ। ਕਿਸਾਨ ਜਿਹੜਾ ਹੈ ਫਸਲ ਨੂੰ ਪਹਿਲੇ ਬਚਾਉਂਦਾ ਹੈ, ਆਪਣੇ ਪੁੱਤਰ ਨੂੰ ਬਾਅਦ 'ਚ ਬਚਾਉਂਦਾ ਹੈ। ਅਤੇ ਇਸ ਤਰ੍ਹਾਂ ਦੀਆਂ ਸੈਕਰੀਫਾਈਸਿਸ ਜਿਹੜੀਆਂ ਹੈ ਲੋਕਾਂ ਨੇ ਕੀਤੀਆਂ ਨੇ ਔਰ ਇਹ ਸਾਰੇ ਜਿਹੜੇ ਸੀ ਇਹ ਬਿਲਕੁਲ ਸੈਕੂਲਰ ਲੋਕ ਸੀ, ਕਿਸੇ ਵੀ ਤਰ੍ਹਾਂ ਦਾ ਸੰਪਰਦਾਇਕਵਾਦ ਜਾਂ ਫਿਰਕਾ ਪ੍ਰਸਤੀ ਜੋ ਵੀ ਆਪ ਤੁਸੀਂ ਕਹੋ ਉਹ ਇਹਨਾਂ ਦੇ ਕੋਲ ਦੂਰ ਵੀ ਇਹਨਾਂ ਤੋਂ ਉਹਨਾਂ ਦੇ ਕੋਲ ਤੋਂ ਵੀ ਇਹਨਾਂ ਨੂੰ ਛੂੰਦਾ ਨਹੀਂ ਸੀ। ਅਤੇ ਨੈਚੁਰਲੀ ਇਹ ਜੋ ਵੀ ਫੈਲਾਉਂਦੇ ਸੀ, ਚਾਹੇ ਉਹ ਸਿੱਖ ਹੋਣ, ਚਾਹੇ ਮੁਸਲਮਾਨ ਹੋਣ, ਚਾਹੇ ਮੁਨਸ਼ੀ ਅਹਿਮਦ ਦੀਨ ਹੋਏ ਜਾਂ
ਕਾਮਰੇਡ ਬ੍ਰਿਜ ਨਾਰਾਇਣ ਹੋਣ, ਉਹਨਾਂ ਦੀ ਆਈਡੀਓਲੋਜੀ ਜਿਹੜੀ ਸੀ ਉਹ ਕੰਪਲੀਟਲੀ ਸੈਕੂਲਰ ਸੀ। ਅਤੇ ਫਿਰ ਜਿਹੜਾ ਹੈ ਮੈਂ ਤੁਹਾਨੂੰ ਜਸਟ ਬਰੀਫਲੀ ਮੈਨਸ਼ਨ ਕਰਨਾ ਚਾਹਾਂਗੀ ਕਿ ਸਭ ਤੋਂ ਇੰਪੋਰਟੈਂਟ ਮੂਵਮੈਂਟ ਫਿਰ 1939 ਦੇ ਵਿੱਚ ਜਿਹੜੀ ਹੈ ਸੈਕਿੰਡ ਵਰਲਡ ਵਾਰ ਸ਼ੁਰੂ ਹੋ ਜਾਂਦੀ ਹੈ, ਫਿਰ ਉਹਦੇ ਖਿਲਾਫ ਬੜੀ ਪਾਵਰਫੁਲ ਐਂਟੀ ਵਾਰ ਮੂਵਮੈਂਟ ਜਿਹੜੀ ਹੈ ਪੰਜਾਬ ਦੇ ਵਿੱਚ ਚੱਲੀ, ਔਰ ਖਾਸਕਰ ਅੰਡਰਗਰਾਊਂਡ ਮੂਵਮੈਂਟ ਜਿਹੜੀ ਕਿ ਸਾਰੇ ਵਾਮਪੰਥੀ ਫੋਰਸਿਸ ਸੀ ਉਹਨਾਂ ਨੇ ਚਲਾਈ, ਫਿਰ ਕਾਂਗਰਸ ਨੇ ਜਿਹੜੀ ਹੈ ਇੰਡੀਵਿਜੁਅਲ ਸਿਵਲ ਡਿਸਓਬੀਡੀਅੰਸ ਮੂਵਮੈਂਟ ਚਲਾਈ। ਅਤੇ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਜਿਹੜਾ ਇਹ ਫੀਲਿੰਗ ਸੀ ਕਿ ਪੰਜਾਬ ਲੋਇਲ ਹੈ, ਪੰਜਾਬ ਪ੍ਰੋ ਬ੍ਰਿਟਿਸ਼ ਹੈ, ਪੰਜਾਬ ਕਮਿਊਨਲ ਹੈ, ਇਹ ਕਿਤੇ ਵੀ ਮੈਨੂੰ ਨਹੀਂ ਸੱਚ ਦਿਖਾਈ ਦਿੰਦਾ, ਕਿਉਂਕਿ ਇਸ ਵਕਤ ਇੰਨਾ ਪੋਪੂਲਰ ਸੀ ਇਹ ਜਿਹੜੇ ਸਾਰੇ ਮੂਵਮੈਂਟ ਸੀ ਲੋਕਾਂ ਦੇ ਅੰਦਰ, ਖਾਸ ਕਰ ਰੂਰਲ ਏਰੀਆਜ਼ ਦੇ ਅੰਦਰ ਇੰਨੇ ਪੋਪੂਲਰ ਸੀ ਕਿ ਉੱਥੇ ਜਿਹੜੇ ਹੈ ਬਹੁਤ ਸਾਰੇ ਲੋਕ ਅੰਗਰੇਜ਼ਾਂ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ, ਕਿੰਨੇ ਕਮਿਊਨਿਸਟ ਸੀ, ਕਿੰਨੇ ਕਾਂਗਰਸ ਸੋਸ਼ਲਿਸਟ, ਕਿੰਨੇ ਇੰਡੀਵਿਜੁਅਲ ਸਿਵਲ ਡਿਸਓਬੀਡੀਅੰਸ ਵਾਲੇ, ਔਰ ਅਜੇ ਇਹ ਕੁਇਟ ਇੰਡੀਆ ਮੂਵਮੈਂਟ ਬਾਅਦ 'ਚ ਸ਼ੁਰੂ ਹੋਈ। ਅਤੇ ਇਹ ਸਾਰਾ ਪੀਰੀਅਡ ਜਿਹੜਾ ਹੈ 39 ਤੋਂ ਲੈ ਕੇ 42 ਦਾ, ਇਹ ਵੀ ਇੱਕ ਬੜਾ ਮਿਲੀਟੈਂਟ ਨੈਸ਼ਨਲਿਜ਼ਮ ਦਾ ਪੀਰੀਅਡ ਹੈ, ਜਿਸ ਪੀਰੀਅਡ ਨੂੰ ਅਸੀਂ ਨੋਰਮਲੀ ਦੇਖਦੇ ਵੀ ਨਹੀਂ ਹਾਂ। ਅਤੇ 1942 ਤੇ ਫਿਰ ਅਸੀਂ ਅਦਰ ਜਦੋਂ ਆਉਂਦੇ ਹਾਂ ਤਾਂ ਕੁਇਟ ਇੰਡੀਆ ਮੂਵਮੈਂਟ ਵੀ ਜਿਹੜਾ ਹੈ ਇਹ ਗਲਤ ਹੈ ਸੋਚਣਾ ਕਿ ਇੱਥੇ ਇਹਦਾ ਇਨਫਲੂਐਂਸ ਨਹੀਂ ਸਾ। ਇਹ ਅਨਫੋਰਚੁਨੇਟ ਸੀ ਕਿ ਉਸ ਵਕਤ ਕਮਿਊਨਿਸਟ ਪਾਰਟੀ ਦਾ ਰੁੱਖ ਬਦਲ ਗਿਆ, ਉਹਨਾਂ ਨੇ ਪੀਪਲਸ ਵਾਰ ਇੱਕ ਜਿਹੜੀ ਸੀ ਲਾਈਨ ਉਹ ਫੋਲੋ ਕੀਤੀ, ਔਰ ਉਹ ਸੋਵੀਅਤ ਯੂਨੀਅਨ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਉਹ ਜਿਹੜੇ ਅੰਗਰੇਜ਼ਾਂ ਨੂੰ ਸਪੋਰਟ ਕਰਨ ਲੱਗ ਗਏ। ਅਤੇ ਜਿੰਨੀ ਪਾਵਰਫੁਲ ਇਹ ਮੂਵਮੈਂਟ ਹੋ ਸਕਦੀ ਸੀ ਖਾਸ ਕਰ ਕਿਸਾਨੀ ਇਲਾਕੇ ਦੇ ਵਿੱਚ, ਰੂਰਲ ਇਲਾਕੇ ਦੇ ਵਿੱਚ ਉਹ ਨਹੀਂ ਹੋ ਪਾਈ, ਪਰ ਲੋਕਾਂ ਦਾ ਮੂਡ ਜਿਹੜਾ ਸੀ ਉਹ ਕੰਪਲੀਟਲੀ ਅੰਗਰੇਜ਼ਾਂ ਦੇ ਖਿਲਾਫ ਸੀ। ਇਨਫੈਕਟ ਸਾਰੇ ਕਮਿਊਨਿਸਟ ਜਿਹੜੇ ਨੇ ਉੱਥੋਂ ਦੱਸਦੇ ਨੇ ਕਿ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਲੋਕਾਂ ਨੂੰ ਪੀਪਲਸ ਵਾਰ ਸਮਝਾਉਣ ਦੀ, ਕੋਈ ਸਾਡੇ ਨਾਲ ਆਉਣ ਨੂੰ ਤਿਆਰ ਨਹੀਂ ਸੀ, ਔਰ ਲੋਕ ਜਿਹੜੇ ਸੀ ਉਹ ਅੰਗਰੇਜ਼ਾਂ ਦੇ ਖਿਲਾਫ ਸੀ, ਉਹ ਕਾਂਗਰਸ ਦੇ ਨਾਲ ਸੀ, ਔਰ ਲੋਕਾਂ ਦੇ ਕੋਈ ਉਹਦੇ ਲਈ ਕੋਈ ਲੋਇਲ ਜਿਹੜੀ ਸੀ ਫੀਲਿੰਗਸ ਨਹੀਂ ਸੀ। ਅਖੀਰ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਮੈਨਸ਼ਨ ਕਰਨਾ ਚਾਹੁੰਦੀ ਹਾਂ, INA ਮੂਵਮੈਂਟ ਜਿਹੜੀ ਚੱਲੀ, ਜਿਹੜੇ ਤੁਹਾਨੂੰ ਪਤਾ ਸੁਭਾਸ਼ ਬੋਸ ਨੇ ਇੰਡੀਅਨ ਨੈਸ਼ਨਲ ਆਰਮੀ ਬਣਾਈ ਸੀ, ਬਾਹਰ ਬਣਾਈ ਸੀ ਸਿੰਗਾਪੁਰ ਮਲੇਸ਼ੀਆ ਵਗੈਰਾ, ਫਿਰ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਅੰਗਰੇਜ਼ਾਂ ਦੇ ਖਿਲਾਫ ਲੜਨ ਦੀ। ਅਤੇ ਜਦੋਂ ਉਹ ਸਾਰਾ ਕੁਝ ਖਤਮ ਹੋ ਗਿਆ, ਸੈਕਿੰਡ ਵਰਲਡ ਵਾਰ ਖਤਮ ਹੋ ਗਈ, ਅਤੇ ਅੰਗਰੇਜ਼ਾਂ ਨੇ ਜਿਹੜੇ INA ਜੁਆਇਨ ਕੀਤੇ ਸੀ ਸੋਲਜਰ, ਉਹਨਾਂ ਨੂੰ ਕੈਦ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ, ਅਤੇ ਉਸ ਦੇ ਖਿਲਾਫ ਇੱਥੇ ਇੰਡੀਆ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਇੱਕ ਐਂਟੀ ਬ੍ਰਿਟਿਸ਼ ਮੂਵਮੈਂਟ ਸੀ INA ਦੇ ਜਿਹੜੇ ਕੈਦੀ ਨੇ ਉਹਨਾਂ ਨੂੰ ਬਚਾਉਣ ਦੇ ਲਈ। ਅਤੇ ਅੰਗਰੇਜ਼ਾਂ ਦੀ ਵੀ ਖਾਸੀਅਤ ਸੀ, ਕਈ ਵਾਰੀ ਉਹਨਾਂ ਦਾ ਵੀ ਜਿਹੜੀ ਸੀ ਮੱਤ ਮਾਰੀ ਜਾਂਦੀ ਸੀ, ਪੂਰੀ ਅਕਲ ਦੇ ਨਾਲ ਕੰਮ ਨਹੀਂ ਵੀ ਲੈਂਦੇ ਸੀ। ਵਿਪਰੀਤ ਕਾਲੇ ਵਿਨਾਸ਼ ਬੁੱਧੀ ਇੱਕ ਹੈ ਸਾਡੀ ਕਹਾਵਤ, ਅਤੇ ਉਹਨਾਂ ਨੇ ਕੀ ਕੀਤਾ ਕਿ ਇੱਕ ਸਿੱਖ ਅਤੇ ਇੱਕ ਮੁਸਲਮਾਨ ਅਤੇ ਇੱਕ ਹਿੰਦੂ, ਤਿੰਨਾਂ ਤਿੰਨ ਇਕੱਠੇ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਹੈ ਬਹੁਤ ਵੱਡਾ ਇੱਕ ਟ੍ਰਾਇਲ ਜਿਹੜਾ ਸੀ ਉਹ ਇੱਥੇ ਲਾਲ ਕਿਲੇ ਦੇ ਵਿੱਚ ਸ਼ੁਰੂ ਕਰ ਦਿੱਤਾ। ਇਹਦਾ ਨਤੀਜਾ ਇਹ ਹੋਇਆ ਕਿ ਸਾਰੇ ਜਣੇ ਉਹਨਾਂ ਦੇ ਖਿਲਾਫ ਇਕੱਠੇ ਹੋ ਗਏ, ਮੁਸਲਮਾਨ ਵੀ ਅਤੇ ਸਿੱਖ ਵੀ ਅਤੇ ਹਿੰਦੂ ਵੀ। ਪਰ ਜਿਹੜੀ ਚੀਜ਼ ਨੂੰ ਮੈਂ ਇੰਪੋਰਟੈਂਟ ਇੱਥੇ ਦੇਣਾ ਚਾਹੁੰਦੀ ਹਾਂ ਕਿ ਕਦੀ ਵੀ ਇਹ ਜਿਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਜਿੱਥੋਂ ਕਿ ਬਹੁਤ ਸਾਰੇ ਜਿਹੜੇ ਸੀ ਸੋਲਜਰ ਜਿਹੜੇ ਸੀ ਸਿਪਾਹੀ ਜਿਹੜੇ ਸੀ ਇਹ ਸੀ ਕਿ ਉੱਥੇ ਕਦੀ ਵੀ ਜਿਹੜੀ ਇਹ ਗੱਲ ਹੈ ਨਹੀਂ ਆਈ ਕਿ ਇਹ ਜਿਹੜੇ INA ਨੂੰ ਜੁਆਇਨ ਕੀਤੇ ਨੇ ਕਿਹੜੇ ਧਰਮ ਦੇ ਨੇ, ਕਿ ਉਹ ਮੁਸਲਮਾਨ ਸੀ ਜਾਂ ਉਹ ਸਿੱਖ ਸੀ ਜਾਂ ਹਿੰਦੂ ਸੀ। ਇਸ ਮੂਵਮੈਂਟ ਦੇ ਵਿੱਚ ਕਦੀ ਵੀ ਜਿਹੜਾ ਮਜ਼ਹਬ ਹੈ ਉਹ ਸਾਹਮਣੇ ਨਹੀਂ ਆਇਆ, ਕਿ ਮਜ਼ਹਬ ਨੇ ਡਿਵਾਈਡ ਲੋਕਾਂ ਨੂੰ ਨਹੀਂ ਕੀਤਾ। ਅਤੇ ਮੈਂ ਆਖਿਰ ਦੇ ਵਿੱਚ ਇਹੀ ਕਹਿਣਾ ਚਾਹਾਂਗੀ, ਮੈਂ ਤੁਹਾਡਾ ਬਹੁਤ ਟਾਈਮ ਲੈ ਲਿਆ, ਕਿ ਅਗਰ ਅਸੀਂ ਦੇਖੀਏ, ਅਗਰ ਅਸੀਂ 1940-47 ਮਤਲਬ ਜਦ ਤੱਕ ਹਿੰਦੁਸਤਾਨ ਆਜ਼ਾਦ ਹੋਣ ਦੀ ਗੱਲ ਆਉਂਦੀ ਹੈ, ਅਗਰ ਅਸੀਂ ਇੱਕ ਤਰ੍ਹਾਂ ਸਰਵੇ ਕਰੀਏ ਤਾਂ ਸਾਨੂੰ ਇਹ ਦਿਖੇਗਾ ਕਿ ਬਹੁਤ ਸਾਰਾ ਹਿੱਸਾ ਜਿਹੜਾ ਸੀ ਪੰਜਾਬ ਦੇ ਲੋਕਾਂ ਦਾ ਉਹ ਜਿਹੜਾ ਸੀ ਸੈਕੂਲਰ ਜਿਹੜੇ ਨੈਸ਼ਨਲਿਸਟ ਮੇਨ ਸਟ੍ਰੀਮ ਸੀ ਇੰਡੀਅਨ ਪੋਲੀਟਿਕਸ ਦਾ ਉਹਦੇ ਨਾਲ ਸੀ।
ਬਹੁਤ ਸਾਰੇ ਹਜ਼ਾਰਾਂ ਨੇ ਆਪਣੀਆਂ ਜਾਨਾਂ ਗਵਾਈਆਂ, ਬਹੁਤ ਸਾਰੇ ਲੋਕਾਂ ਨੇ ਜੇਲ੍ਹ ਗਏ, ਆਪਣੀ ਜ਼ਿੰਦਗੀ ਬਰਬਾਦ ਕੀਤੀ, ਬਹੁਤ ਸਦਾ ਦੇ ਬੱਚਿਆਂ ਨੇ, ਉਹਨਾਂ ਦੇ ਪਰਿਵਾਰਾਂ ਨੇ ਬਹੁਤ ਕੁਛ ਸਹਾ, ਬਹੁਤ ਸਾਰੇ ਸੀ ਜਿਨ੍ਹਾਂ ਨੇ ਪੈਦਲ ਚੱਲ ਚੱਲ ਕੇ ਜੱਥੇ ਦੇ ਨਾਲ ਅਟੈਂਡ ਕੀਤੇ, ਜਿਹੜੇ ਜਿਨ੍ਹਾਂ ਨੇ ਜਿਹੜੇ ਜਾ ਰਹੇ ਸੀ ਉਹਨਾਂ ਨੂੰ ਰੋਟੀਆਂ ਖਵਾਈਆਂ, ਉਹਨਾਂ ਨੂੰ ਪਾਣੀ ਪਿਲਾਏ, ਉਹਨਾਂ ਨੂੰ ਆਪਣੇ ਘਰਾਂ 'ਚ ਰੱਖਿਆ। ਬਹੁਤ ਸਾਰੇ ਸੀ ਜਿਹੜੇ ਮਾਰਟਰ ਹੋ ਗਏ, ਸ਼ਹੀਦ ਹੋ ਗਏ, ਬਹੁਤ ਸਾਰੇ ਸੀ ਜਿਹੜੇ ਸ਼ਹੀਦਾਂ ਦੇ ਲਈ ਰੋਏ। ਜਦੋਂ ਭਗਤ ਸਿੰਘ, ਰਾਜਗੁਰੂ ਔਰ ਸੁਖਦੇਵ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਫਾਂਸੀ ਚੜ੍ਹਾ ਦਿੱਤੀ ਹੈ, ਅਤੇ ਪੰਜਾਬ ਦੇ ਵਿੱਚ ਇੱਕ ਮੌਤ ਜਿਸ ਤਰ੍ਹਾਂ ਹੁੰਦੀ ਹੈ ਕਿਤੇ, ਅਤੇ ਇੱਕਦਮ ਚੁੱਪੀ ਛਾ ਜਾਂਦੀ ਹੈ, ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਚੁੱਪੀ ਛਾ ਗਈ ਸੀ। ਅਤੇ ਇਹ ਸਾਰੇ ਲੋਕ ਜਿਹੜੇ ਸੀ, ਇਹ ਕੋਈ ਮਜ਼ਹਬੀ ਸੈਂਟੀਮੈਂਟ ਦੇ ਨਾਲ ਜਿਹੜਾ ਹੈ ਨਹੀਂ ਕੰਮ ਕਰ ਰਹੇ ਸੀ। ਲੋਕਾਂ ਨੇ ਟੈਕਸ ਨਹੀਂ ਦਿੱਤੇ, ਲੋਕਾਂ ਨੇ ਆਰਮੀ ਨਹੀਂ ਜੁਆਇਨ ਕੀਤੇ, ਔਰ ਬਹੁਤ ਕੁਛ ਜਿਹੜਾ ਹੈ ਲੋਕਾਂ ਨੇ ਦਿੱਤਾ, ਉਹਨਾਂ ਨੇ ਕੰਟਰੀਬਿਊਸ਼ਨ ਦਿੱਤੇ। ਬੜੇ ਵੱਡੇ ਵੱਡੇ ਲੰਗਰ ਹੁੰਦੇ ਸੀ ਕਾਨਫਰੰਸਾਂ ਦੇ, ਲੋਕ ਆਪਣੇ ਘਰੋਂ ਆਟਾ ਲੈ ਕੇ ਜਾਂਦੇ ਸੀ, ਗੇਹੂੰ ਲੈ ਕੇ ਜਾਂਦੇ ਸੀ, ਉੱਥੇ ਬਹਿ ਕੇ ਜਾਂਦੇ ਖਾਣੇ ਰੋਟੀਆਂ ਪਕਾਉਂਦੇ ਸੀ। ਕਿੰਨਾ ਕੁਛ ਨਹੀਂ ਕੀਤਾ ਉਹਨਾਂ ਨੇ, ਜਿਹੜੇ ਰੈਵੋਲਿਊਸ਼ਨਰੀ ਸੀ ਉਹਨਾਂ ਨੂੰ ਆਪਣੇ ਪਿੰਡਾਂ 'ਚ ਛੁਪਾਇਆ, ਆਪਣੇ ਖੇਤਾਂ 'ਚ ਛੁਪਾਇਆ। ਆਰਡੀਨਰੀ ਔਰਤਾਂ ਨੇ, ਆਰਡੀਨਰੀ ਆਦਮੀਆਂ ਨੇ ਜਿਹੜਾ ਹੈ ਇਹ ਸਾਰੇ ਮੂਵਮੈਂਟਸ ਜਿਹੜੀਆਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿੱਤਾ, ਔਰ ਉਹਨਾਂ ਨੂੰ ਲੋਕਾਂ ਨੂੰ ਦੱਸਿਆ ਕਿ ਸਾਡਾ ਦਿਲ ਕਿੱਥੇ ਹੈ, ਅੰਗਰੇਜ਼ਾਂ ਦੇ ਨਾਲ ਹੈ ਕਿ ਇਸ ਜਿਹੜੀਆਂ ਮੂਵਮੈਂਟਸ ਨੇ ਜਿਹੜੀ ਲੋਕਾਂ ਦੇ ਲਈ ਲੜ ਰਹੀਆਂ ਨੇ ਇਹਨਾਂ ਦੇ ਨਾਲ ਹੈ। ਇਹ ਸਾਡਾ ਕੰਮ ਹੈ ਜਿਹੜੇ ਅਸੀਂ ਇਤਿਹਾਸ ਲਿਖਦੇ ਹਾਂ, ਜਿਹੜੀ ਅਸੀਂ ਰਿਸਰਚ ਕਰਦੇ ਹਾਂ, ਇਹ ਸਾਡਾ ਕੰਮ ਹੈ ਕਿ ਇਹ ਸਾਡੇ ਲੋਕਾਂ ਦਾ ਜਿਹੜਾ ਇਤਿਹਾਸ ਹੈ ਇਹਨੂੰ ਅਸੀਂ ਇਕੱਠਾ ਕਰੀਏ, ਇਹਦੀਆਂ ਦੀਆਂ ਮੈਮਰੀਜ਼ ਨੂੰ ਇਕੱਠਾ ਕਰੀਏ, ਔਰ ਹੁਣ ਦੀ ਜਿਹੜੀ ਜਨਰੇਸ਼ਨ ਹੈ ਉਹਦੇ ਸਾਹਮਣੇ ਇਹ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਸਾਹਮਣੇ ਅਸੀਂ ਇਹ ਕਹਾਣੀਆਂ ਰੱਖੀਏ ਅਤੇ ਉਹਨਾਂ ਨੂੰ ਇੰਸਪਾਇਰ ਕਰੀਏ। ਬਹੁਤ 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 ਧੰਨਵਾਦ। ਹਾਂਜੀ, ਬਹੁਤ ਸ਼ੁਕਰੀਆ ਜੀ, ਬੜਾ ਅੱਛਾ ਲੱਗਾ, ਬੜਾ ਜ਼ਬਰਦਸਤ ਲੈਕਚਰ, ਔਰ ਟਾਈਮ ਗੁਜ਼ਰਨ ਦਾ ਤਾਂ ਬਿਲਕੁਲ ਪਤਾ ਹੀ ਨਹੀਂ ਲੱਗਾ, ਅਸੀਂ ਅਜੇ ਸੁਣ ਨਹੀਂ ਰਹੇ ਸੀ ਕਿ ਟਾਈਮ ਹੀ ਗੱਲਾਂ ਖਤਮ ਹੋ ਗਿਆ। ਬਹੁਤ ਸਾਰੇ ਕੁਐਸਚਨ ਔਰ ਬਹੁਤ ਸਾਰੇ ਲੋਕ ਵੇਖ ਰਹੇ ਨੇ, ਗੱਲਬਾਤ ਕਰ ਰਹੇ ਨੇ ਜੀ। ਇੱਕ ਲੈਕਚਰ ਸੀਰੀਜ਼ ਦੇ ਹਵਾਲੇ ਨਾਲ ਮੈਂ ਤੁਹਾਡੇ ਨਾਲ ਇੱਕ ਗੱਲ ਕਰਦੇ ਜਾਵਾਂ, ਔਰ ਸਾਰੇ ਦੋਸਤ ਜਿਹੜੇ ਵੇਖਦੇ ਨੇ ਉਹ ਵੀ ਸਮਝਣਗੇ ਕਿ ਕਾਫੀ ਅਰਸਾ ਪਹਿਲੇ ਸਾਡੇ ਦਰਮਿਆਨ ਇੱਕ ਡਿਸਕਸ਼ਨ ਚੱਲੀ, ਅਮਰ ਰਿਆਜ਼ ਹੋ ਰਹੀ ਔਰ ਸਾਰੇ ਦੋਸਤਾਂ ਨੇ ਇਹ ਗੱਲ ਰੱਖੀ ਕਿ ਜਿਹੜੀ ਹਿਸਟਰੀ ਦੇ ਵਿੱਚ ਟਰਮਸ ਯੂਜ਼ ਕੀਤੀਆਂ ਜਾਂਦੀਆਂ ਨੇ, ਜਦੋਂ ਵੀ ਕੋਈ ਸੀਨੀਅਰ ਹਿਸਟੋਰੀਅਨ ਸਾਡੇ ਨਾਲ ਆਉਂਦਾ ਹੈ ਕਿ ਜਿਹਨੂੰ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਜਿਹੜੀ ਗੱਲ ਹੈ ਉਹ ਇੱਕ ਉਹਦੇ ਨਾਲ ਇੱਕ ਯਾਨੀ ਇੱਕ ਨਵਾਂ ਸਕੂਲ ਆਫ ਥੋਟ ਚੱਲਦਾ ਹੈ। ਸੋ ਅੱਜ ਤੁਸੀਂ ਸਾਡੇ ਕੋਲ ਜਿਸ ਤਰ੍ਹਾਂ ਆਏ ਤੇ ਮੈਂ ਅੱਜ ਵੀ ਉਹਨਾਂ ਟਰਮਸ ਦੇ ਉੱਪਰ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਬਹੁਤ ਸਾਰੀਆਂ ਟਰਮਸ ਬ੍ਰਿਟਿਸ਼ ਪੀਰੀਅਡ 'ਚ ਇਵੋਲਵ ਹੋਈਆਂ ਔਰ ਉਹ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਕਰਕੇ ਰੱਖ ਦਿੱਤੀਆਂ ਗਈਆਂ ਨੇ ਕਿ ਅਗਰ ਮੈਂ ਉਹ ਟਰਮਸ ਯੂਜ਼ ਨਾ ਕਰਾਂ ਤੇ ਮੈਂ ਉਹ ਬੀਇੰਗ ਹਿਸਟੋਰੀਅਨ ਮੇਰੀ ਉੱਥੇ ਉਹਨੂੰ ਨਹੀਂ ਮੰਨਿਆ ਜਾਏਗਾ ਉਸ ਜਿਹੜੀ ਮੈਂ ਤਹਿਰੀਰ ਕਰ ਰਿਹਾ ਵਾਂ, ਲਿਖ ਰਿਹਾ ਨਹੀਂ। ਲਾਈਕ ਮੈਂ ਕਹਿੰਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੀ ਮੁਸਲਿਮ ਪੀਰੀਅਡ, ਦੈਨ ਹਿੰਦੂ ਸ਼ਾਹੀ ਪੀਰੀਅਡ ਐਂਡ ਸਿੱਖ ਪੀਰੀਅਡ, ਸੋ ਜਦੋਂ ਆਪਣੇ ਤੇ ਆਇਆ ਤੇ ਫਿਰ ਉਹ ਬ੍ਰਿਟਿਸ਼ ਪੀਰੀਅਡ ਹੋ ਗਿਆ। ਉਦੋਂ ਤੋਂ ਲੈ ਕੇ ਹੁਣ ਤੀਕਰ ਇਹੀ ਟਰਮਸ ਕਿਉਂ ਯੂਜ਼ ਕਰਨੇ ਆ, ਜਾਂ ਤੇ ਫਿਰ ਉਹਨੂੰ ਕ੍ਰਿਸਚੀਅਨ ਪੀਰੀਅਡ ਕਹਿਣ ਜਾਂ ਕੈਥੋਲਿਕ ਜਾਂ ਜੋ ਵੀ ਉਹਨੂੰ ਕਹਿਣ, ਬਟ ਇਹ ਚੀਜ਼ ਜਿਹੜੀ ਹੈ ਇਹ ਹਿਸਟਰੀ ਦੇ ਵਿੱਚ ਮੌਜੂਦ ਹੈ ਔਰ ਸਾਡੇ ਸਾਰੇ ਵੀ ਜਿੰਨੇ ਵੀ ਯੰਗ ਹਿਸਟੋਰੀਅਨਸ ਨੇ ਜਾਂ ਜਿਹੜੇ ਰਿਸਰਚ ਕਰ ਰਹੇ ਨੇ ਜਾਂ ਜਿਹੜੇ ਲਿਖਣਾ ਚਾਹ ਰਹੇ ਨੇ ਉਹ ਇਹਨਾਂ ਹੀ ਟਰਮਸ ਨੂੰ ਕਿਉਂ ਯੂਜ਼ ਕਰਦੇ ਕਿ ਅੱਜ ਅਸੀਂ ਜਿੱਥੇ ਅਸੀਂ ਸਬਾਲਟਨ ਸਕੂਲ ਆਫ ਥੋਟ ਦਿੱਤਾ ਹੈ ਕਿ ਅਸੀਂ ਇਹਨਾਂ ਟਰਮਸ ਨੂੰ ਜਿਹੜਾ ਉਹਨੂੰ ਵਾਪਸ ਨਹੀਂ ਕਰ ਸਕਦੇ ਕਿ ਯਾਰ ਇਹ ਟਰਮਸ ਤੇ ਸਾਰੀਆਂ ਗਲਤ ਨੇ, ਇਹਨਾਂ ਦਾ ਤੇ ਕੋਈ ਤਲਕ ਨਹੀਂ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਹਾਰਾਜਾ ਦੇ ਦਰਬਾਰ ਦੇ ਵਿੱਚ ਅਗਰ ਉਹਨੂੰ ਵੇਖਿਆ ਜਾਏ ਉਹਦੇ ਵਿੱਚ ਜਿਹੜੇ ਲੋਕ ਸਨ ਉਹ ਤੇ ਉਹਨਾਂ ਦਾ ਮੈਰਿਟ ਹੀ ਕੁਛ ਹੋਰ ਸੀ, ਕੁਆਲੀਫਿਕੇਸ਼ਨ ਉਹਨਾਂ ਨੂੰ ਰੱਖਣ ਦਾ ਤਰੀਕਾਕਾਰ ਹੀ ਮੁਖਤਲਿਫ ਸੀ, ਤੇ ਅੱਜ ਉਹਨੂੰ ਅਗਰ ਸਿੱਖ ਪੀਰੀਅਡ ਕਿਹਾ ਜਾਂਦਾ ਹੈ ਜਾਂ ਪਿੱਛੇ ਔਰੰਗਜ਼ੇਬ ਦੀ ਗੱਲ ਕਰੋ ਜਾਂ ਉਹਦੇ ਤੋਂ ਪਿੱਛੇ ਤੁਸੀਂ ਮੁਗਲਾਂ ਦੀ ਗੱਲ ਕਰੋ ਅਕਬਰ ਤੱਕ, ਤੇ ਉਹਦੇ ਵਿੱਚ ਕੋਈ ਮੁਸਲਿਮ ਪੀਰੀਅਡ ਉਹਨੂੰ ਤੇ ਮੰਨਣ ਨੂੰ ਹੀ ਤਿਆਰ ਨਹੀਂ ਹੈ ਕੋਈ ਵੀ। ਤੇ ਇਹ ਜਿਹੜੀਆਂ ਟਰਮਸ ਨੇ ਅਸੀਂ ਹਰ ਇੱਕ ਨੂੰ ਇਹ ਪੁੱਛਦੇ ਹਾਂ ਜਿਹੜੇ ਸਾਡੇ ਸੀਨੀਅਰ ਸਕਾਲਰਸ ਨੇ ਕਿ ਇਹ ਟਰਮਸ ਨੂੰ ਅਸੀਂ ਕਿੰਨੀ ਦੇਰ ਤੱਕ ਏਦਾਂ ਹੀ ਚਲਾ ਕੇ ਰੱਖਾਂਗੇ ਔਰ ਇਹ ਗਲਤੀ ਮੰਨੀ ਜਾਏਗੀ ਕਿ ਅਗਰ ਅਸੀਂ ਇਹ ਟਰਮ ਨਹੀਂ ਯੂਜ਼ ਕਰਾਂਗੇ ਤੇ ਸਾਨੂੰ ਗਲਤ ਕਿਹਾ ਜਾਏਗਾ। ਸੋ ਅਸੀਂ ਉਹਨੂੰ ਪੰਜਾਬ ਰਾਜ ਕਿਉਂ ਨਹੀਂ ਕਹਿ ਲੈਂਦੇ ਜਾਂ ਉਹਨਾਂ ਨੂੰ ਦੂਜੇ ਕੋਈ ਟਰਮਸ ਕਿਉਂ ਨਹੀਂ ਦਿੰਦੇ,
ਇਹਦੇ ਤੇ ਥੋੜੀ ਜਿਹੀ ਤੁਹਾਡੇ ਕੋਲ ਮੈਂ ਗੱਲ ਜਿਹੜੀ ਪੁੱਛਾਂਗਾ। ਔਰ ਦੂਜੀ ਜਿਹੜੀ ਗੱਲ ਹੈ ਉਹ ਮੈਂ ਰੀਸੈਂਟਲੀ ਜਿਹੜੀ ਵੇਖੀ ਔਰ ਉਹਦੇ ਤੇ ਗੱਲ ਵੀ ਹੋਈ, ਉਹ ਹੈ ਕਿ ਮਿਲੀਟੈਂਟ ਨੈਸ਼ਨਲਿਜ਼ਮ ਕੀ ਹੈ। ਬਿਕੋਜ਼ ਜਿੱਥੇ ਤੁਸੀਂ ਜਮਹੂਰੀ ਆਜ਼ਾਦੀਆਂ ਹੀ ਨਹੀਂ ਦਿੱਤੀਆਂ ਹੋਈਆਂ, ਤੁਸੀਂ ਡੈਮੋਕ੍ਰੈਟਿਕ ਰਸਤੇ ਬੰਦ ਕਰ ਦਿੱਤੇ, ਤੇ ਤੁਸੀਂ ਉਹਨੂੰ ਫਿਰ ਮਿਲੀਟੈਂਟ ਰੈਵੋਲੂਸ਼ਨ ਮਿਲੀਟੈਂਟ ਨੈਸ਼ਨਲਿਜ਼ਮ ਕਿਸ ਤਰ੍ਹਾਂ ਕਹਿ ਦਿੱਤਾ? ਸੋ ਤੁਸੀਂ ਜੇ ਸਾਨੂੰ ਆਜ਼ਾਦੀਆਂ ਨਹੀਂ ਦਿਓਗੇ, ਲੋਕ ਸੈਨ ਫਰਾਂਸਿਸਕੋ ਜਾ ਕੇ ਕੈਨੇਡਾ ਜਾ ਕੇ ਪਾਰਟੀਆਂ ਬਣਾਉਣਗੇ, ਔਰ ਜਿਹੜੀਆਂ ਤੁਸੀਂ ਪਾਰਟੀਆਂ ਬਣਾਓਗੇ ਉਹਨਾਂ ਨੂੰ ਤੁਸੀਂ ਇੱਥੇ ਇਜਾਜ਼ਤ ਦੇ ਕੇ ਤੁਹਾਡੇ ਕੋਲ ਲੈ ਕੇ ਬਣਨ, ਯਾਨੀ ਤੇ ਉਹ ਜਿਹੜੀਆਂ ਟਰਮਸ ਉਹਨਾਂ ਵਾਸਤੇ ਰੈਡੀਕਲ ਰੈਵੋਲੂਸ਼ਨਰੀਜ਼ ਤੇ ਮਿਲੀਟੈਂਟ ਨੈਸ਼ਨਲਿਜ਼ਮ। ਸੋ ਮੈਨੂੰ ਕਿਤੇ ਲੱਗਦਾ ਹੈ ਕਿ ਉਹ ਕਿਤੇ ਅੱਜ ਕੱਲ੍ਹ ਦੇ ਰੈਡੀਕਲਿਜ਼ਮ ਜਾਂ ਅੱਜ ਕੱਲ੍ਹ ਦੇ ਨਾਲ ਲਾ ਕੇ ਤੇ ਉਹਨਾਂ ਨੂੰ ਵੀ ਕਿਤੇ ਓਦਾਂ ਦਾ ਕਰਨ ਦੀ ਕੋਸ਼ਿਸ਼ ਤੇ ਨਹੀਂ ਕੀਤੀ? ਇਹਦੇ ਤੇ ਪਲੀਜ਼ ਥੋੜੀ ਗੱਲਬਾਤ ਅਸੀਂ ਤੁਹਾਡੇ ਕੋਲੋਂ ਸੁਣਨਾ ਚਾਹਾਂਗੇ। ਸ਼ੋਰ। ਪਹਿਲਾਂ ਜਿਹੜਾ ਤੁਹਾਡਾ ਕਮੈਂਟ ਹੈ, ਮੈਂ ਬਿਲਕੁਲ ਐਗਰੀ ਕਰਨੀ ਆ ਤੁਹਾਡੇ ਨਾਲ। ਔਰ ਸਾਡੇ ਇੱਥੇ ਵੀ ਅਸੀਂ ਆਪਣੇ ਸਰਕਲਸ ਵਿੱਚ, ਆਪਣੀ ਯੂਨੀਵਰਸਿਟੀ ਵਿੱਚ, ਆਪਣੇ ਇੰਟਲੈਕਚੁਅਲ ਜਿਹੜੇ ਸਰਕਲਸ ਹੈ, ਇਹਦੇ ਵਿੱਚ ਬਹੁਤ ਸਾਲਾਂ ਤੋਂ ਅਸੀਂ JNU, ਜਦੋਂ JNU ਬਣਿਆ 1970-71 ਦੇ ਵਿੱਚ, ਅਤੇ ਸ਼ੁਰੂ ਕੀਤਾ ਇੱਥੇ ਸਾਰੇ ਕੋਰਸਿਸ ਬਣਾਉਣਾ, ਅਤੇ ਇਹ ਚੀਜ਼ ਖਾਸ ਸਾਹਮਣੇ ਰੱਖੀ ਗਈ ਸੀ ਕਿ ਇਹ ਜਿਹੜਾ ਪੀਰੀਅਡਾਈਜੇਸ਼ਨ ਹੈ ਇੰਡੀਅਨ ਹਿਸਟਰੀ ਦਾ, ਇਹ ਗਲਤ ਹੈ। ਔਰ ਇਹ ਹਿੰਦੂ ਪੀਰੀਅਡ, ਮੁਸਲਿਮ ਪੀਰੀਅਡ, ਸਿੱਖ ਪੀਰੀਅਡ, ਇਹ ਸਾਰੀ ਡੈਫੀਨੇਸ਼ਨ ਜਿਹੜੀਆਂ ਨੇ ਇਹਨੂੰ ਅਸੀਂ ਨਹੀਂ ਮੰਨਦੇ। ਔਰ ਇਸੀ ਲਈ ਔਰ ਏਨਸ਼ੰਟ ਇੰਡੀਆ, ਮਿਡੀਵਲ ਇੰਡੀਆ, ਮਾਡਰਨ ਇੰਡੀਆ ਵਰਡਸ ਅਸੀਂ ਯੂਜ ਕਰਨੇ ਹਾਂ। ਔਰ ਅਸੀਂ ਜਿਸ ਤਰ੍ਹਾਂ ਕਿ ਤੁਸੀਂ ਖਾਸ ਕਰ ਤੁਸੀਂ ਪਕੜ ਲਿਆ ਇੱਕਦਮ ਕਿ ਅੰਗਰੇਜ਼ਾਂ ਨੇ ਆਪਣੇ ਰੂਲ ਨੂੰ ਤਾਂ ਕਦੀ ਕ੍ਰਿਸਚਨ ਰੂਲ ਨਹੀਂ ਕਿਹਾ, ਔਰ ਦੂਸਰਾਂ ਦੇ ਜਿਹੜੇ ਸੀ ਉਹਨੂੰ ਹਿੰਦੂ ਔਰ ਮੁਸਲਿਮ, ਔਰ ਖੁਦ ਬਣ ਗਏ ਬ੍ਰਿਟਿਸ਼। ਆਪਣਾ ਤਾਂ ਨੈਸ਼ਨੈਲਿਟੀ ਤੋਂ ਕਹਿ ਦਿੱਤਾ, ਪਰ ਮੋਗਲਾਂ ਦੀ ਨੈਸ਼ਨੈਲਿਟੀ ਨਹੀਂ ਕਹੀ, ਮੋਗਲ ਹੀ ਕਹਿ ਦਿੰਦੇ, ਮੁਸਲਿਮ ਕਿਉਂ? ਆਫਟਰ ਆਲ ਮੋਗਲ ਜਿਹੜੇ ਸੀ ਉਹ ਪਹਿਲੇ ਜਿਹੜੇ ਸੁਲਤਾਨ ਸੀ ਉਹਨਾਂ ਕੋਲ ਫਰਕ ਸੀ, ਕਮ ਸੇ ਕਮ ਉਹਨਾਂ ਦੀ ਨੈਸ਼ਨੈਲਿਟੀ ਦੇ ਨਾਮ ਤੋਂ ਕਹਿੰਦੇ ਜਾਂ ਲੈਂਗੁਏਜ ਦੇ ਨਾਮ ਤੋਂ ਕਹਿੰਦੇ। ਟਰਕਿਸ਼ ਰੂਲ ਕਹਿੰਦੇ ਤਦ ਵੀ ਮੰਨ ਸਕਦੇ ਸੀ ਕਿ ਵੀ ਹਾਂ ਭਾਸ਼ਾ ਤੋਂ ਪਕੜ ਰਹੇ ਨੇ। ਅਤੇ ਇਹ ਜਿਹੜੀ ਗੱਲ ਹੈ ਮੈਂ ਬਿਲਕੁਲ ਐਗਰੀ ਕਰਨੀ ਹਾਂ ਤੁਹਾਡੇ ਨਾਲ। ਔਰ ਇੱਥੇ ਤਾਂ ਬਹੁਤ ਹੱਦ ਤੱਕ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਅਸੀਂ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਤਾਂ ਹੁਣ ਇਹ ਟਰਮਸ ਨਹੀਂ ਯੂਜ ਹੁੰਦੀਆਂ, ਕੁਛ ਪੁਰਾਣੇ ਟੈਕਸਟ ਬੁੱਕਸ ਵਗੈਰਾ ਚ ਅਜੇ ਵੀ ਚੱਲਦੀਆਂ ਨੇ, ਪਰ ਜ਼ਿਆਦਾਤਰ ਇਹ ਟਰਮਸ ਨਹੀਂ ਯੂਜ ਹੁੰਦੀਆਂ ਹੁਣ ਏਨਸ਼ੰਟ ਇੰਡੀਆ, ਮਿਡੀਵਲ ਇੰਡੀਆ। ਪਲੱਸ ਮੈਂ ਤੁਹਾਨੂੰ ਇਹ ਵੀ ਕਹਾਂਗੀ ਕਿ ਇਹ ਪੂਰਾ ਪੀਰੀਅਡਾਈਜੇਸ਼ਨ ਦਾ ਜਿਹੜਾ ਇਸ਼ੂ ਹੈ ਇਹਦੇ ਉੱਤੇ ਸਾਡੇ ਇੱਥੇ ਹਿਸਟੋਰੀਅਨਸ ਨੇ ਕਾਫੀ ਇੰਟਰਸਟਿੰਗ ਕੰਮ ਕੀਤਾ ਹੋਇਆ ਹੈ। ਔਰ ਜਿਹੜੀ ਨਈ ਟਰਮੀਨੋਲੋਜੀ ਵੀ ਜਿਹੜੀ ਹੈ ਏਨਸ਼ੰਟ, ਮਿਡੀਵਲ, ਮਾਡਰਨ ਜਾਂ ਕੰਟੈਂਪਰੇਰੀ, ਉਹਨਾਂ ਦੇ ਵਿੱਚ ਵੀ ਜਿਹੜੇ ਡਿਵਾਈਡਿੰਗ ਲਾਈਨਸ ਹੈ ਉਹਨਾਂ ਨੂੰ ਕੁਐਸਚਨ ਕੀਤਾ ਹੈ ਕਿ ਬਹੁਤ ਸਾਰੇ ਐਸੇ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕੰਟੀਨਿਊਟੀਜ਼ ਹੁੰਦੀਆਂ ਨੇ। ਫਿਰ ਜੈਸੇ ਕਈ ਸਕਾਲਰ ਨੇ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਜਿਹੜਾ ਏਨਸ਼ੰਟ, ਜਿਹੜਾ ਮਿਡੀਵਲ ਪੀਰੀਅਡ ਹੈ ਉਹਨੂੰ ਕਹਿੰਦੇ ਨੇ ਕਿ 8th century ਤੋਂ ਉਹਨੂੰ ਕਹਿੰਦੇ ਨੇ ਕਿ ਸ਼ੁਰੂ ਹੁੰਦਾ। ਨੋਰਮਲੀ ਜਿਸ ਤਰ੍ਹਾਂ ਪਹਿਲਾਂ 10th ਜਾਂ 11th century ਤੋਂ ਬਣਦੇ ਸੀ, ਕਿਉਂਕਿ ਉਹ ਕਹਿੰਦੇ ਨੇ ਕਈ ਸੋਸ਼ਲ ਫੋਰਸਿਸ ਐਸੇ ਨੇ ਜਿਹੜੇ ਸਾਨੂੰ ਉੱਥੇ ਮਿਲਦੇ ਨੇ, ਤੇ ਇਸ ਕਰਕੇ ਅਸੀਂ ਉੱਥੋਂ ਸ਼ੁਰੂ ਕਰਾਂਗੇ। ਤੇ ਇਹ ਸਾਰਾ ਡਿਸਕਸ਼ਨ ਜਿਹੜਾ ਹੈ ਪੀਰੀਅਡਾਈਜੇਸ਼ਨ ਇਨ ਹਿਸਟਰੀ, ਇਹ ਬਹੁਤ ਇੰਪੋਰਟੈਂਟ ਸਬਜੈਕਟ ਹੈ ਸਾਰੇ ਹਿਸਟੋਰੀਅਨਸ ਦੇ ਲਈ। ਔਰ ਸਰਟਨਲੀ ਰਿਲੀਜੀਅਸ ਲਾਈਨਸ ਦੇ ਉੱਪਰ ਕਲਾਸੀਫਿਕੇਸ਼ਨ ਤਾਂ ਬਿਲਕੁਲ ਗਲਤ ਹੈ, ਇਹਨੂੰ ਤਾਂ ਬਿਲਕੁਲ ਰਿਜੈਕਟ ਕਰਨਾ ਚਾਹੀਦਾ ਹੈ, ਤੇ ਕਿਉਂਕਿ ਉਹਦੇ ਬਹੁਤ ਸਾਰੇ ਕੋਨਸੀਕੁਐਂਸਿਸ ਹੁੰਦੇ ਨੇ, ਉਸ ਤੋਂ ਕਈ ਚੀਜ਼ਾਂ ਫਲੋ ਕਰਦੀਆਂ ਨੇ। ਇਨਫੈਕਟ ਮੈਂ ਰਣਜੀਤ ਸਿੰਘ ਦੇ ਬਾਰੇ 'ਚ ਥੋੜ੍ਹਾ ਜਿਹਾ ਮੈਨਸ਼ਨ ਕੀਤਾ ਕਿਉਂਕਿ ਟਾਈਮ ਇੰਨਾ ਹੀ ਸੀ, ਪਰ ਅਸੀਂ ਜਦੋਂ ਅਸੀਂ ਇੱਥੇ ਗੱਲਬਾਤ ਕਰਨੇ ਹਾਂ ਤਾਂ ਹਮੇਸ਼ਾ ਇਹ ਪੁਆਇੰਟ ਆਊਟ ਕੀਤਾ ਜਾਂਦਾ ਹੈ ਕਿ ਦੇਖੋ ਪੂਰੇ ਮਿਡੀਵਲ ਪੀਰੀਅਡ ਜਿਹੜਾ ਇੰਡੀਆ ਦਾ ਤੁਸੀਂ ਉਹਨੂੰ ਸਟੱਡੀ ਕਰ ਲਓ, ਅਤੇ ਉੱਥੇ ਬਹੁਤ ਸਾਰੇ ਹਿੰਦੂ ਵੀ ਰਾਜਾ ਮਹਾਰਾਜਾ ਸੀ ਉਸ ਪੀਰੀਅਡ ਵਿੱਚ, ਵੀ ਮੁਸਲਿਮ ਵੀ ਸੀ, ਇੱਧਰ ਫਿਰ ਸਿੱਖ ਵੀ ਬਣੇ। ਹਰੇਕ ਦੀ ਤੁਸੀਂ ਅਗਰ ਆਰਮੀ ਦੇਖੋ, ਉਹਨਾਂ ਦੀ ਸੈਨਾ ਦੇਖੋ, ਤੇ ਉਹਦੇ ਵਿੱਚ ਤੇ ਹਮੇਸ਼ਾ ਮਿਕਸਡ ਸੀ। ਕੋਈ ਐਸੀ ਆਰਮੀ ਨਹੀਂ ਤੁਹਾਨੂੰ ਮਿਲੇਗੀ ਪੂਰੇ ਮਿਡੀਵਲ ਇੰਡੀਆ ਦੇ ਵਿੱਚ ਜਿਹਦੇ ਵਿੱਚ ਸਿਰਫ ਹਿੰਦੂ ਸੋਲਜਰ ਹੋਣ ਜਾਂ ਸਿੱਖ ਹੋਣ ਜਾਂ ਮੁਸਲਮਾਨ ਹੋਣ।
और बहुत सारे ऐसे एग्जाम्पल्स ने कि रूलर जेड़ा हिंदू है तो उदा कमांडर इन चीफ मुसलमान है, और रूलर मुसलमान है उदा कमांडर इन चीफ हिंदू है, और बाकी तो मुगला दे अंडर तो है ही, राजपूत बिकेम अ पार्ट ऑफ मुगल रूलिंग क्लास इवन थ्रू मैरिज। जेड़े कि मन्ने जांदे ने एकदम प्योर फॉर्म तुसी कह सकते हो ऑफ हिंदू वट एवर ट्रेडिशन, दे वर पार्ट ऑफ मुगल रूलिंग क्लास। तुसी मुगल इंडिया पढ़ सकते हो राजपूतों के बगैर, डेक्कन नू किने कॉन्कर किया, औरंगजेब दा जनरल कौन सी, ते ए सारा चीजा जेड़िया साडे कोलों छुपाइया जांदियां ने, सामने नहीं रखिया जांदियां, और जिन्ना एम्फेसिस देना चाहिए और नहीं देना चाहते। तो असी ये कहने कि जो जो लड़ाइयाँ हुई मिडीवल पीरियड के विच दोनों साइड हिंदू भी मरे मुसलमान भी मरे, और जिते सिख सी तो सिख भी मरे, तो कोई उतना डिस्टिंक्शन नहीं सी और किसी ने किया भी नहीं। रानी ऑफ झांसी जिन्होंने असं इन्ना मनने रानी झांसी ने इन्नी लड़ाई की अंग्रेजा के खिलाफ, वो तो सब तो प्यारी वो जी सी दोस्त वो मुसलमान सी जेड़ी वो नाल जंग दे विच भी गई। तो इस तरह के मतलब कितने एग्जाम्पल्स आदमी दे सकता है, एग्जाम्पल्स ही एग्जाम्पल्स है अगर कोई देखना चाहे तो। तारीख समझने उस तरह जी तारीख लिखा जाए, तो जो टीचर्स और प्रोफेसर और रिसर्चर सानू वेख रहे ने उन्होंने सामने हम एक सीनियर हिस्टोरियन की तरफ भी यह गल आ गई है, लादा वह भी हम इस चीज़ में वेखन तो एक गल पक्की होंगी जा रही है दिन ब दिन कि असी इन्हों टर्म्स में जरा डीकंसट्रक्ट करो, इन्हों वेखो कि किदा बनिया और असी इन्हों करें। दूजी तुसी दिली गल की मिलीटेंट नैशनल मिलीटेंट नैशनलिज्म बड़ा तुसी मतलब पते की गल की है, क्योंकि एह ही होया इत्थे साडे इत्थे कुछ दिन पहले एक पूरा रेवोल्यूशनरीज नूं लैके टेररिज्म वर्ड नूं लैके पता नहीं किस साडा एको आ रहा शायद नहीं मेरे वाल नहीं आ रहा, ठीक है तुसी गल अच्छा ठीक ते ए तुसी बिल्कुल ठीक गल कह रहे हो कि हुन जड़ा मीनिंग इन्हां टर्म्स नूं दित्ता जांदा ने वर्ड मिलिटेंसी वर्ड इवन टेररिस्ट, ते हुन उस वक्त जड़ा है भगत सिंह वगैरह सी दूसरे सी वो अपने आप नूं भी रेवोल्यूशनरी टेररिस्ट डिस्क्राइब करदे ने एक वक्त, और फिर ये भी कहते हैं कि असं हूँ टेररिस्ट जो मैथड जैसे उन्होंने रिजेक्ट कर रहे हैं, पर ओदा मतलब कुछ होर सी, वो जो टेररिज्म का मतलब सी टेररिस्ट अगेंस्ट द स्टेट अगेंस्ट द गवर्नमेंट नॉट टेररिस्ट अगेंस्ट द पीपल। वो टेररिस्ट जोड़े से वो टारगेट करते जोड़े अंग्रेजा या रशियन जोड़े से वो टारगेट करते थे जार और रूलिंग क्लास। हुण असीं जिहड़े टैररिज्म की गल करने हुण असीं टैररिज्म की गल करने जिहड़ी कि आम लोगों नूं टारगेट किया जाता है, यह अलग टाइप का चीज़ है। इहदा मतलब ही टर्म्स हिस्टरी दे विच टर्म्स दे मीनिंग बदलते रहते हैं, जिहड़े टर्म्स असीं पहला यूज करते सी उन्हां दा उस वक्त एक होर मीनिंग हुंदा सी और हुण उन्हां दा होर मीनिंग है। इस वक्त कई बारी की हुंदा है कन्फ्यूजन हो जाती है और डिस्टोर्ट किया जाता है। जो असी मन लो असी कहने कि तिलक वॉज अ मिलिटेंट नैशनलिस्ट, साडा मतलब ये नहीं है कि वो वायलेंस विच विश्वास रखते सी आया वो टेररिस्ट सी, साडा मतलब है वो एक अग्रेसिव नैशनलिस्ट सी। असी कॉन्ट्रास्ट कर रहे हैं मॉडरेट्स दे नाल, नरमपंथी और गर्मपंथी जिहड़ा कहा जाता है, रैडिकल एंड मॉडरेट। पर हुन वर्ड रैडिकल भी जड़ा है आजकल रैडिकल वर्ड भी जड़ा है वो खासकर फंडामेंटलिज्म दे कॉन्टेक्स्ट दे विच अलग मतलब आ गया है। यू से पर्सन इज रैडिकलाइज मतलब हो जाता है कि वो फंडामेंटलिस्ट आइडियोलॉजी का शिकार है,
ਰਿਲੀਜੀਅਸ ਫੰਡਾਮੈਂਟਲਿਜ਼ਮ ਦੇ ਨਾਲ ਜੋੜ ਦਿੱਤਾ ਗਿਆ। ਅਸੀਂ ਰੈਡੀਕਲ ਯੂਜ਼ ਕਰਨੇ ਆ ਲੈਫਟ ਵਿੰਗ ਰੈਡੀਕਲਿਜ਼ਮ ਦੇ ਨਾਲ ਅਸੀਂ ਜੋੜਨੇ ਆ, ਤੇ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਹਿਸਟਰੀ ਦੇ ਵਿੱਚ ਟਰਮਸ ਕਿਸ ਤਰ੍ਹਾਂ ਯੂਜ਼ ਕੀਤੇ ਗਏ ਨੇ ਔਰ ਹੁਣ ਉਹਨਾਂ ਦਾ ਕੀ ਇਸਤੇਮਾਲ ਹੈ, ਦੋਨਾਂ ਨੂੰ ਸਮਝੀਏ ਔਰ ਇੱਕ ਮੀਨਿੰਗ ਨੂੰ ਮਿਸਯੂਜ਼ ਕਰਕੇ ਦੂਸਰੇ ਨੂੰ ਅਸੀਂ ਡਿਸਟੋਰਟ ਨਾ ਕਰੀਏ। ਅਸੀਂ ਇਸ ਚੀਜ਼ ਦੇ ਖੁਦ ਸ਼ਿਕਾਰ ਰਹੇ ਹਾਂ। ਸਾਡੇ ਉੱਪਰ ਆਰੋਪ ਲਗਾਇਆ ਗਿਆ ਇੱਥੇ ਕਿ ਅਸੀਂ ਜਿਹੜੇ ਭਗਤ ਸਿੰਘ ਦੇ ਨੂੰ ਅਸੀਂ ਡਿਮੀਨ ਕਰ ਰਹੇ ਹਾਂ, ਉਹਨਾਂ ਦੀ ਬੇਇੱਜ਼ਤੀ ਕਰ ਰਹੇ ਹਾਂ, ਉਹਨਾਂ ਨੂੰ ਟੈਰਰਿਸਟ ਕਹਿ ਕੇ। ਅਸੀਂ ਉਹਨਾਂ ਨੂੰ ਟੈਰਰਿਸਟ ਨਹੀਂ ਕਹਿ ਰਹੇ, ਉਹ ਖੁਦ ਆਪਣੇ ਆਪ ਨੂੰ ਕਹਿੰਦੇ ਨੇ ਔਰ ਉਹਨਾਂ ਨੂੰ ਹਿਸਟਰੀ ਦੇ ਵਿੱਚ ਲਿਖਿਆ ਵੀ ਗਿਆ ਹੈ ਕਿ ਉਹ ਰੈਵੋਲੂਸ਼ਨਰੀ ਸੀ, ਪਰੰਤੂ ਇਸ ਚੀਜ਼ ਨੂੰ ਲੈ ਕੇ ਵੀ ਡਿਸਟੋਰਸ਼ਨ ਕਈ ਵਾਰੀ ਹੋ ਜਾਂਦੀ ਹੈ। ਤੁਸੀਂ ਜਿਹੜਾ ਵਾਰਨ ਕਰ ਰਹੇ ਹੋ ਬਹੁਤ ਸਹੀ ਵਾਰਨ ਕਰ ਰਹੇ ਹੋ। ਇਹ ਦੇਖੋ ਇਹ ਕਦੀ ਵੀ ਹੋਏਗਾ ਕਿ ਕੁਛ ਵਰਡਸ ਉਹਨਾਂ ਦੇ ਮੀਨਿੰਗ ਜਿਹੜੇ ਨੇ ਉਹ ਹਿਸਟੋਰੀਕਲੀ ਉਹ ਅਲੱਗ ਹੋਣਗੇ ਔਰ ਹੁਣ ਉਹਨਾਂ ਦੇ ਮੀਨਿੰਗ ਅਲੱਗ ਹੋਣਗੇ, ਤੇ ਇੱਕ ਸਟੂਡੈਂਟ ਆਫ ਹਿਸਟਰੀ ਨੂੰ ਇਹ ਦੋਨੋਂ ਚੀਜ਼ਾਂ ਨਜ਼ਰ 'ਚ ਰੱਖਣੀਆਂ ਪੈਂਦੀਆਂ। ਜੀ ਠੀਕ ਜੀ, ਜਿਸ ਨਾਲ ਪਹਿਲੇ ਗੱਲ ਕੀਤੀ ਕਿ ਵੀ ਇਹ ਟਰਮਸ ਜਿਹੜੀਆਂ ਨੇ ਯੂਜ਼ ਕੀਤੀਆਂ, ਲਾਈਕ ਸਾਨੂੰ ਇਸ 'ਤੇ ਵੀ ਥੋੜ੍ਹੀ ਜਿਹੀ ਗੱਲ ਕਰਨੀ ਚਾਹੀਦੀ ਹੈ ਕਿ ਇਹ ਟਰਮਸ ਜਿਹੜੀਆਂ ਨੇ ਜਿਸ ਤਰ੍ਹਾਂ ਅਸੀਂ ਜੌਨ ਮਿਲ ਤੋਂ ਲੈ ਕੇ ਅੱਗੇ ਤੱਕ ਤੁਰੇ ਆਉਂਦੇ ਹਾਂ ਅਤੇ ਫਿਰ ਆਖਰ 'ਤੇ ਆ ਕੇ ਜਦੋਂ ਇਹ ਹੁਣ ਟਰਮਸ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰੈਡੀਕਲ ਟਰਮਸ ਜਿਹੜੀਆਂ ਨੇ ਜਾਂ ਟੈਰਰਿਸਟ ਜਿਹੜੀਆਂ ਟਰਮਸ ਨੇ ਹਿਸਟਰੀ ਦੇ ਕੰਟੈਕਸਟ ਦੇ ਵਿੱਚ, ਇਹ ਕੁਛ ਦਿਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਮੀਨਿੰਗ ਬਦਲ ਦਿੱਤੇ ਜਾਂਦੇ ਨੇ। ਡਰ ਬਣਾਇਆ ਸੀ ਕਿ ਸੈਕੂਲਰ ਦਾ ਮਤਲਬ ਕੋਈ ਲਾ ਦੀ ਨਹੀਂ ਹੈ, ਕੋਈ ਕੋਈ ਦੀਨ ਨਹੀਂ, ਲੇਕਿਨ ਔਰ ਇਸੇ ਤਰ੍ਹਾਂ ਹੀ ਉਹਨੂੰ ਪ੍ਰਮੋਟ ਵੀ ਕੀਤਾ ਗਿਆ। ਸੋ ਬਹੁਤ ਸਾਰੇ ਹਿਸਟੋਰੀਅਨ ਵੀ ਇਹਦੀ ਨਜ਼ਰ ਹੋ ਗਏ, ਬਟ ਇਸੇ ਤਰ੍ਹਾਂ ਬਾਕੀ ਟਰਮਸ ਨੂੰ ਵੀ ਕੀਤਾ ਗਿਆ ਤੇ ਇਸ ਤੋਂ ਅਸੀਂ ਆਪਣੀ ਇਹ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਤੁਹਾਡਾ ਇੱਕ ਰੈਫਰੈਂਸ ਹੋ ਗਿਆ ਸਾਡੇ ਕੋਲ ਇੱਕ ਸੀਨੀਅਰ ਬੰਦੇ ਦਾ ਵੀ ਕਿ ਵੀ ਇਹ ਚੀਜ਼ ਜਿਹੜੀ ਹੈ ਇਹਨੂੰ ਨਹੀਂ ਹੋਣਾ ਚਾਹੀਦਾ। ਸੋ ਇਹ ਸਾਡਾ ਇੱਕ ਜਿਹੜੀ ਚੀਜ਼ ਹੈ ਕਿ ਵੀ ਇਹਦੇ ਨਾਲ ਕੁਛ ਅੱਗੇ ਡਿਵੈਲਪ ਵੀ ਹੋਵੇ ਉਹਦੇ ਵਾਸਤੇ ਇਹ ਗੱਲ ਕਰਾਂਗਾ। ਦੂਸਰੀ ਤੁਸੀਂ ਜਿਹੜੀ ਅਸੀਂ ਗੱਲ ਕਰ ਰਹੇ ਸਾਂ ਜਿਸ ਤਰ੍ਹਾਂ ਕੀਰਤੀ ਪਾਰਟੀ ਦੇ ਹਵਾਲੇ ਨਾਲ ਗੱਲ ਕੀਤੀ ਕਿ ਸੰਤੋਖ ਸਿੰਘ ਜਦੋਂ ਇਹਨਾਂ ਨੇ ਰਸ਼ੀਆ ਗਏ ਤੇ ਰਸ਼ੀਆ ਤੋਂ ਫਿਰ ਵਾਪਸ ਇੰਡੀਆ ਵੱਲ ਆਏ ਤੇ ਫਰੰਟੀਅਰ 'ਚ ਇਹਨਾਂ ਅਰੈਸਟ ਹੋ ਗਏ, ਉਸ ਤੋਂ ਬਾਅਦ ਫਿਰ ਪਿੰਡ ਰਹੇ ਔਰ ਪਿੰਡ ਤੋਂ ਬਾਅਦ ਇਹਨਾਂ ਜਦੋਂ ਕੀਰਤੀ ਰਸਾਲਾ ਸ਼ੁਰੂ ਕੀਤਾ ਤੇ ਕੁਛ ਪੜ੍ਹਨ ਦੇ ਵਿੱਚ ਇਹਦਾ ਆਉਂਦਾ ਕਿ ਇਹਨਾਂ ਨੇ ਕੀਰਤੀ ਰਸਾਲੇ ਦੇ ਉੱਪਰ ਜਿਹੜੀ ਹੈ ਨਾ ਉਹ ਗ੍ਰੰਥ ਸਾਹਿਬ ਤੋਂ ਕੋਈ ਲਾਈਨ ਉੱਪਰ ਜਿਹੜਾ ਸੀ ਉਹ ਲਿਖਦੇ ਸਨ, ਲੇਕਿਨ ਇਹਨਾਂ ਤੋਂ ਬਾਅਦ ਜਿਸ ਟਾਈਮ ਉਹ ਜਿਹੜਾ ਉਹ ਸੋਹਣ ਸਿੰਘ ਜੋਸ਼ ਦੇ ਕੋਲ ਉਹ ਰਸਾਲਾ ਆਇਆ ਤੇ ਉਹਨਾਂ ਨੇ ਆਉਂਦਿਆਂ ਪਹਿਲਾਂ ਉਹ ਲਾਈਨ ਖਤਮ ਔਰ ਉਹਨਾਂ ਨੇ ਲਿਖਿਆ ਕਿ ਵੀ ਸਾਰੀ ਦੁਨੀਆਂ ਦੇ ਜਿਹੜੇ ਨਾ ਉਹ ਮਜ਼ਦੂਰ ਇਕੱਠੇ ਹੋ ਜਾਓ। ਸੋ ਗੱਲ ਇਹ ਕਿ ਜਿਹੜੀ ਗਦਰੀਆਂ ਦੀ ਜਿਹੜੀ ਓਰੀਐਂਟੇਸ਼ਨ ਪਿਛਲੀ ਸੀ, ਮਤਲਬ ਕਿ ਉਹਨਾਂ ਨੂੰ ਅਸੀਂ ਸਮਝ ਰਹੇ ਹਾਂ ਕਿ ਵੀ ਉਹ ਦੇ ਆਰ ਸੈਕੂਲਰ, ਬਟ ਉਹਨਾਂ ਦੀ ਜਿਹੜਾ ਉਹਨਾਂ ਦਾ ਇੱਕ ਖਾਸ ਬੰਦਾ ਜਿਹੜਾ ਇੱਕ ਖਾਸ ਕੰਮ ਲਈ ਆਇਆ ਕਿ ਸਾਨੂੰ ਇਹੋ ਜਿਹੀਆਂ ਪਾਰਟੀਜ਼ ਡਿਫਰੈਂਟ ਜਗ੍ਹਾ ਤੇ ਵੀ ਬਣਾਉਣੀਆਂ ਚਾਹੀਦੀਆਂ ਨੇ। ਸੋ ਉਹਨਾਂ ਆ ਕੇ ਜਿਹੜੀ ਇੱਥੇ ਸ਼ੁਰੂ ਕੀਤੀ, ਜਿਹਦੇ ਕਰਮ ਸਿੰਘ ਚੀਮਾ ਔਰ ਇਹ ਸਾਰੇ ਸ਼ਾਮਿਲ ਸਨ, ਕੈਨੇਡੀਅਨ ਨੇ ਉਹਨਾਂ ਨੂੰ ਪੈਸੇ ਵੀ ਦਿੱਤੇ ਤੇ ਉਹਨੂੰ ਸੋਹਣ ਸਿੰਘ ਜੋਸ਼ ਨੇ ਆ ਕੇ ਬਦਲਿਆ। ਤੇ ਸੋਹਣ ਸਿੰਘ ਜੋਸ਼ ਜਿਹੜਾ ਉਹ ਬਿਲਕੁਲ ਇੱਕ ਅਕਾਲੀ ਪੱਖ ਤੋਂ ਬਿਲਕੁਲ ਰਿਲੀਜੀਅਸ ਪੱਖ ਤੋਂ ਆਉਂਦਾ, ਉਹ ਆ ਕੇ ਪਹਿਲਾਂ ਉਹਦੀ ਲਾਈਨ ਖਤਮ ਕਰਦਾ। ਸੋ ਇਹਦੇ 'ਚ ਕੋਈ ਥੋੜ੍ਹੀ ਜਿਹੀ ਅਗਰ ਤੁਹਾਨੂੰ ਥੋੜ੍ਹਾ ਜਿਹਾ ਅਗਰ ਤੁਹਾਨੂੰ ਦੱਸੋ। ਤੇ ਮੇਰੇ ਖਿਆਲ ਦੇਖੀਏ ਮੈਨੂੰ ਜਿਸ ਜਿੰਨੀ ਤੱਕ ਸਮਝ ਆਉਂਦੀ ਹੈ ਇਹਦੇ 'ਚ ਕਿ ਉਹ ਜਿਹੜਾ ਟਰੈਡੀਸ਼ਨ ਸੀ ਕਦਰਾਈ ਟਰੈਡੀਸ਼ਨ ਸੀ ਉਹ ਇੱਕ ਤਰ੍ਹਾਂ ਦਾ ਸ਼ਾਇਦ ਉਹਦਾ ਮਜੋਰਿਟੀ ਪਾਰਟੀਸੀਪੇਸ਼ਨ ਉਹਦੇ 'ਚ ਜਿਹੜੇ ਮਜੋਰਿਟੀ ਫੋਲੋਅਰ ਸੀ ਉਹ ਤਾਂ ਸਿੱਖ ਸੀ ਨਾ, ਤਾਂ ਇੱਕ ਤਰ੍ਹਾਂ ਦੇ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਸਿੱਖ ਟਰੈਡੀਸ਼ਨ ਦੇ ਵਿੱਚ ਜਿਹੜੀ ਆ ਕੋਈ ਇੰਸਪਾਇਰਿੰਗ ਚੀਜ਼ ਹੈ, ਜਿਹੜੀ ਕੋਈ ਯੂਨੀਵਰਸਲਿਸਟ ਚੀਜ਼ ਹੈ ਜਿਹੜੀ ਸਭ ਨੂੰ ਅਪਲਾਈ ਕਰਦੀ ਹੈ ਚਾਹੇ ਉਹ ਸਿੱਖ ਟਰੈਡੀਸ਼ਨ ਤੋਂ ਆਈ, ਉਹਨੂੰ ਤੁਸੀਂ ਸਾਹਮਣੇ ਲਿਆ ਸਕਦੇ ਹੋ ਲੋਕਾਂ ਨੂੰ ਇੰਸਪਾਇਰ ਕਰਨ ਦੇ ਲਈ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਧਰਮ ਨੂੰ ਫੈਲਾ ਰਹੇ ਹੋ ਜਾਂ ਤੁਸੀਂ ਦੂਸਰਿਆਂ ਨੂੰ ਬਾਹਰ ਰੱਖਣਾ ਚਾਹੁੰਦੇ। ਅੱਛਾ ਸੰਤੋਖ ਸਿੰਘ ਜੀ ਦਾ ਮੈਨੂੰ ਇਹ ਨਹੀਂ ਵਿਸ਼ਵਾਸ ਹੁੰਦਾ ਕਿ ਉਹਨਾਂ ਦਾ ਜਿਹੜਾ ਪਰਪਸ ਸੀ ਉਹ ਰਿਲੀਜੀਅਸ ਸੀ ਜਾਂ ਸਿੱਖ ਧਰਮ ਨੂੰ ਕੁਛ ਜ਼ਿਆਦਾ ਇੰਪੋਰਟੈਂਸ ਦੇਣ ਦੇ ਲਈ ਉਹਨਾਂ ਨੇ ਕੀਤਾ। ਇੱਕ ਚੀਜ਼ ਇੰਸਪਾਇਰ ਕਰ ਰਹੀ ਹੈ ਤੁਹਾਨੂੰ, ਤੁਸੀਂ ਉਹਨੂੰ ਸਾਹਮਣੇ ਲਿਆ ਰਹੇ ਹੋ, ਉਹ ਕਿਤੋਂ ਵੀ ਹੋ ਸਕਦਾ ਸੀ, ਉਹ ਆਪਣੇ ਟਰੈਡੀਸ਼ਨ ਦੇ ਨਾਲ ਜੁੜਨ ਦਾ ਇੱਕ ਤਰੀਕਾ ਹੈ।
अपने लोगों की ट्रेडिशन के नाल जुड़न का। ठीक है, यह क्वेश्चन हमेशा एक मास मूवमेंट के आ जाता है क्योंकि लोगों के जोड़े ट्रेडिशनस ने रिलीजन का रोल तो रहा है, रिलीजन एज एन इंस्पीरेशन रहा है। तो तुम जब जुड़ते हो लोगों के नाल तो किस हद तक उन्होंने जोड़े रिलीजियस ट्रेडिशनस ने मजहबी ट्रेडिशनस ने, पर मजहबी ट्रेडिशनस कैन बी सैकुलर ट्रेडिशन ऑल्सो। मजहब मजहब का मतलब कम्यूनल नहीं है, इनफैक्ट मजहब का डिस्टोर्शन है कम्यूनलिज्म। मजहब अपने आप च कभी भी कम्यूनल नहीं है, यह मेरा विश्वास है। इसी तरह सेक्युलर का मतलब एथीस्ट नहीं है, मैं एथीस्ट हो सकती हूँ, मेरा पर्सनल विश्वास है, पर सेक्युलर होने के लिए मैनू एथीस्ट होने की जरूरत नहीं है। मौलाना आजाद एथीस्ट नहीं सी पर सेक्युलर सी, महात्मा गांधी एथीस्ट नहीं सी बिल्कुल भी, पर उस पूरी तरह सेक्युलर सी। 100 एग्जाम्पल्स असी दे सकते हैं, ते असी नहीं विश्वास करते कि यह जरूरी चीज है। सोन सिंह जोश का जिथे तक सवाल है, मैं पूरा कॉन्टेक्स्ट नहीं मैं कह सकती, पर हो सकता है क्योंकि वो एक क्लियर कट हूँ लेफ्ट विंग CPI वाली जी आइडियोलॉजी है वो सामने लिया रहे सी, तो उन्होंने यह लगा कि इतने कोई भी ऐसी चीज जी कि सिख धर्म के नाल जुड़ी हुई होए वो नहीं रहनी चाहिए। तो ये भी एक थानू पता है कि वामपंथी लहर का एक क्रिटिसिजम भी होता है कि उन्होंने एक वीकनेस है कि लोगों के ट्रेडिशंस के नाल नहीं जुड़ पाते। कितने तक ईडियम वाली जो गल है, ये भी एक सोचने वाली गल है। जी जी, पर मैं एक गल कहना चाहवांगी कि जिथे तक मेरा रीडिंग है पंजाब दे विच जिहड़े वामपंथी ट्रेंड सी, जिहड़े कीर्ति वाले भी सी, सोन सिंह जोश वाले भी सी, कीर्ति वाले भी सी, खासकर कीर्ति वाले जिहड़े सी वो तो बहुत ज़्यादा लोगों के ट्रेडिशंस के नाल जुड़न की उन्होंने बहुत जोर की कोशिश की। और देखे जहाँ तक बहुत सारे जिहड़े मूवमेंट सी वो जिस तरह सी कि बई जिथे जगह नहीं होंदी सी उथे गुरुद्वारे दे विच मीटिंग रखिया लैने जांदियां सी, जिहड़े मेले होंदे सी धार्मिक मेले होंदे सी उथे जाके अपनियां गल्लां रखदे सी। सिख ट्रेडिशन दे विच जिहड़ा सैक्रीफाइस दा ट्रेडिशन है, शहादत दा ट्रेडिशन है, लंगर दा ट्रेडिशन है, इगैलिटेरियन ट्रेडिशन है, उन्हां नूं पूरी तरह वो यूज करते ने अपने आइडियोलॉजी दे विच। जिले इन्होंने सीक्रेट रिपोर्ट की सूरत लिखे, PRG रिपोर्ट की सूरत लिखे और PRJ रिपोर्ट की सूरत लिखे, तो दो बड़े अहम गल्लां साढ़े सामने आदि ने जिला बाद भी फेस करनिया पंजाब दे विच या अदरवाइज जिले रेवोल्यूशनरीज या लैफ्ट विंग नू रिप्रजेंट कर रहे लोग सन उन्होंने। उहदे विच एक अहम गल तो यह कि भी ये जिले सी ये रशिया वालों आने वाले फंड के नाले चलते सन और उतों जो हुक्म मिलता सी उही एक करते सन, तो यह भी तो एक तरह दूजे किसी को पुछ के करते सन ना इन्हां दी इंडिपेंडेंस उस तरह की सी। दूजी तरफ असीं जदों ब्रिटिश नूं वेखदे हां तो वह बार बार रशियन कनैक्शन की गल करते हैं, लेकिन उन्होंने अपने सीक्रेट रिपोर्ट दे विच वह बार बार जिहड़ी खासकर मिरट कॉन्सपायरेसी केस दे विच वह बार बार यह कहता है कि जिहड़ा शाहपुर सकलत वाला है वह पैसे दे रहा, ब्रिटिश कम्यूनिस्ट पार्टी पैसे दे रही है इन्हों, और वह बिल्कुल रशियन कनैक्शन की बिल्कुल गल नहीं कर रहा जिहड़ा उन्होंने अपनी कन्वरसेशन हो रही है बार बार। इतने बिल्कुल एपरेंटली हूँ भी बहुत सारे लोग यह कहते हैं कि भी ये इस तरह करके रशिया का पैसा सी, लेकिन दूजी तरफ जो असं वेखिए तो उधरों पता लगता है कि जी जे ब्रैडले हो फिलिप्स पॉट हो उन्होंने बाकी जो लोग इतने मौजूद सन 3-4 जो फॉरनर सन वो उन्होंने जी उ पार्लीमेंट की डिबेट हो रही है और उस अलावा जी उन्होंने अपनी सीक्रेट रिपोर्ट ने बार बार ये कह रहे हैं कि बेसिकली जो शाहपुर सकलत वाला जो पैसे दे रहे हैं
ਔਰ ਉਹਨਾਂ ਦਾ ਟਾਟਾ ਵਾਲਿਆਂ ਨਾਲ ਕੀ ਤਲਕ ਸੀ ਤੇ ਉਹ ਬਿਲਕੁਲ ਹੀ ਇੱਕ ਨਵੀਂ ਗੱਲ ਨਿਕਲ ਆਉਂਦੀ ਹੈ ਕਿ ਉਹ ਕਿਉਂ ਕਰ ਰਹੇ ਸਨ ਸਪੋਰਟ ਤੇ ਇੱਧਰ ਰਸ਼ੀਆ ਦਾ ਕਿਹਾ ਜਾਂਦਾ ਹੈ ਜਦਕਿ ਰਸ਼ੀਅਨ ਰੈਵੋਲਿਊਸ਼ਨ 1917 ਵਿੱਚ ਆਉਂਦਾ 17 ਚ ਤੇ ਸਾਡੇ ਵੱਲ ਕਿਸਾਨ ਮੂਵਮੈਂਟ ਜਿਹੜੀ ਹੈ 1907 ਚ ਲੈਲਪੁਰੇ ਚ ਜਲਸਾ ਕਰਦੀ ਹੈ ਉਦੋਂ ਕੀ ਇਨਫਲੂਐਂਸ ਸੀ ਇਹਨੂੰ ਅਸੀਂ ਕਿਸ ਤਰ੍ਹਾਂ ਤਾਰੀਖ ਨੂੰ ਨਵੇਂ ਸਿਰਿਓਂ ਵੇਖ ਸਕਦੇ ਹਾਂ ਦੇਖੋ ਇਹ ਜਿਹੜਾ ਰਸ਼ੀਅਨ ਮਨੀ ਵਾਲੀ ਕਹਾਣੀ ਹੈ ਨਾ ਯੂ ਆਰ ਰਾਈਟ ਉਹ ਰਿਕਾਰਡ ਜਦੋਂ ਦੇਖੋ ਤੇ ਇਹਨਾਂ ਦਾ ਫੇਵਰੇਟ ਇੱਕੋ ਸੀ ਕਹਿਣਾ ਕਿ ਹਾਂ ਇਹ ਰਸ਼ੀਅਨ ਮਨੀ ਆ ਰਿਹਾ ਰਸ਼ੀਅਨ ਮਨੀ ਆ ਰਿਹਾ ਪਰ ਕਿਤੇ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਰਿਕਾਰਡ ਦੇ ਵਿੱਚ ਕਿਤੇ ਕੋਈ ਪਰੂਫ ਨਹੀਂ ਹੈ ਕਿ ਰਸ਼ੀਅਨ ਮਨੀ ਕਿਸ ਤਰ੍ਹਾਂ ਆ ਰਿਹਾ ਕਿਤਾਬਾਂ ਤੇ ਆ ਨਹੀਂ ਸੀ ਸਕਦੀਆਂ ਤੇ ਪੈਸਾ ਕਿੱਥੋਂ ਆਉਂਦਾ ਸੀ ਇੰਨਾ ਸਟ੍ਰਿਕਟ ਕੰਟਰੋਲ ਸੀ ਰੀਡਿੰਗ ਮਟੀਰੀਅਲ ਤੱਕ ਤੇ ਮਿਲਦਾ ਨਹੀਂ ਸੀ ਦੇ ਕੁਡ ਨਾਟ ਇੰਪੋਰਟ ਈਵਨ ਬੁੱਕਸ ਸੋਸ਼ਲਿਜ਼ਮ ਦੇ ਉੱਤੇ ਕਿਤਾਬਾਂ ਪੜ੍ਹਨ ਤੇ ਉਹ ਲਾਲਾ ਲਾਜਪਤ ਰਾਏ ਦੀ ਲਾਇਬ੍ਰੇਰੀ ਤੋਂ ਜਾ ਕੇ ਲੈਂਦੇ ਸੀ ਕਿਉਂਕਿ ਉਹਨਾਂ ਦੇ ਕੋਲ ਬਹੁਤ ਸਾਰੀਆਂ ਕਿਤਾਬਾਂ ਸੀ ਸਾਰਾ ਕੁਝ ਦੇ ਉੱਤੇ ਇਹਨਾਂ ਵਿਚਾਰਿਆਂ ਦੇ ਕਿ ਕੁਛ ਵੀ ਨਹੀਂ ਸੀ ਕੋਈ ਬਾਹਰ ਤੋਂ ਕੋਈ ਆ ਜਾਂਦਾ ਸੀ ਥੋੜ੍ਹਾ ਬਹੁਤ ਉਹ ਬਲਕਿ ਇਹਨਾਂ ਦੀ ਫੰਡਿੰਗ ਜਿਹੜੀ ਸੀ ਫਿਰ ਵੀ ਜਿਹੜੀ ਹੈ ਉਹ ਇਹ ਜਿਹੜੀ ਦੇਸ਼ ਭਗਤ ਯਾਦਗਾਰ ਸਮਿਤੀ ਸੀ ਨਾ ਜਿਹਦਾ ਗਦਰਾਈਟ ਲਿੰਕ ਸੀ ਉਹ ਇਹਨਾਂ ਨੂੰ USA ਵਗੈਰਾ ਤੋਂ ਫਿਰ ਵੀ ਪੈਸੇ ਮਿਲ ਜਾਂਦੇ ਸੀ ਕਿਉਂਕਿ ਉੱਥੇ ਅਜੇ ਵੀ ਸਿੰਪਥਾਈਜ਼ਰਸ ਇਹਨਾਂ ਦੇ ਸੀ ਪਰ ਮੈਨੂੰ ਤਾਂ ਕੋਈ ਪਰੂਫ ਨਹੀਂ ਮਿਲਿਆ ਕਿ ਇਹ ਜਿਹੜੇ ਕਹਿੰਦੇ ਨੇ ਮੋਸਕੋ ਤੋਂ ਪੈਸਾ ਆਉਂਦਾ ਰਸ਼ੀਅਨ ਮਨੀ ਉਹਦਾ ਕੋਈ ਕਿਤੇ ਪਰੂਫ ਤਾਂ ਕਿਤੇ ਨਹੀਂ ਮਿਲਿਆ ਪੂਰੇ ਰਿਕਾਰਡਸ ਦੇ ਵਿੱਚ ਤੁਸੀਂ ਇਹ ਕਹਿ ਹਾਂ ਰਾਈਵਲਰੀ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਜਿਹੜੇ ਕਮਿਊਨਿਸਟ ਸੀ ਉਹਦੇ 'ਚ ਦੋ ਗਰੁੱਪਸ ਤੇ ਸੀ ਔਰ ਹਮੇਸ਼ਾ ਯੂਨਿਟੀ ਦੀ ਕੋਸ਼ਿਸ਼ ਹੁੰਦੀ ਰਹਿੰਦੀ ਸੀ ਪਰ ਕਦੀ ਵੀ ਉਹ ਯੂਨਿਟੀ ਜ਼ਿਆਦਾ ਦੇਰ ਲਾਸਟ ਨਹੀਂ ਸੀ ਕਰਦੀ ਕਿਉਂਕਿ ਉਹ ਦੋ ਅਲੱਗ ਟ੍ਰੈਡੀਸ਼ਨਸ ਤੋਂ ਆਏ ਸੀ ਇੱਕ ਜਿਹੜਾ ਗਦਰਾਈਟ ਵਾਲੇ ਸੀ ਜਿਹਨਾਂ ਦੀ ਮਤਲਬ ਐਨਸੈਸਟਰਸ ਗਦਰ ਵਿੱਚੋਂ ਆਏ ਸੀ ਔਰ ਦੂਸਰੇ ਜਿਹੜੇ ਸੀ ਉਹ ਕਮਿਊਨਿਸਟ ਪਾਰਟੀ ਮੋਸਕੋ ਵਾਲਾ ਜਿਹੜਾ ਤੁਸੀਂ ਕਹਿ ਸਕਦੇ ਹੋ ਜਿਹੜਾ ਗਰੁੱਪ ਇੱਥੇ ਬਣਿਆ ਅਤੇ ਸੋਹਨ ਸਿੰਘ ਜੋਸ਼ ਜਿਹਦੇ ਲੀਡਰਸ ਸੀ ਅਤੇ ਉਹ ਰਾਈਵਲਰੀ ਇਹਨਾਂ ਦੀ ਸੀ ਉੱਥੇ ਮੈਨੂੰ ਜੋ ਦਿਖਾਈ ਦਿੰਦਾ ਹੈ ਉਹ ਰਾਈਵਲਰੀ ਜਾਂ ਡਿਫਰੈਂਸ ਜਿਹੜਾ ਸੀ ਕੁਛ ਤਾਂ ਰਾਈਵਲਰੀ ਹੋ ਸਕਦੀ ਹੈ ਇੱਕ ਸੈਕਟੇਰੀਅਨ ਜਾਂ ਕੁਛ ਪਰ ਆਈਡੀਓਲੋਜੀਕਲੀ ਸਪੀਕਿੰਗ ਜਿਹੜੇ ਕੀਰਤੀ ਵਾਲੇ ਸੀ ਗਦਰਾਈਟ ਜਿਹੜੇ ਸੀ ਉਹਨਾਂ ਦੇ ਵਿੱਚ ਨੈਸ਼ਨਲਿਸਟ ਸਟਰੋਂਗ ਨੈਸ਼ਨਲਿਸਟ ਸੈਂਟੀਮੈਂਟ ਜ਼ਿਆਦਾ ਸੀ ਕਿਉਂ ਉਹ ਗਦਰ ਟ੍ਰੈਡੀਸ਼ਨ ਤੋਂ ਆਏ ਸੀ ਅਤੇ ਉਹਨਾਂ ਦਾ ਐਂਟੀ ਇੰਪੀਰੀਅਲਿਜ਼ਮ ਜਿਹੜਾ ਸੀ ਐਂਟੀ ਬ੍ਰਿਟਿਸ਼ ਜਿਹੜਾ ਸੀ ਉਹ ਬਹੁਤ ਸਟਰੋਂਗ ਸੀ ਮੋਸਕੋ ਦੇ ਨਾਲ ਉਹਨਾਂ ਦਾ ਕਨੈਕਸ਼ਨ ਜਿਹੜਾ ਸੀ ਉਹ ਮਦਦ ਲੈਣ ਗਏ ਸੀ ਕੁਛ ਸਿੱਖਣ ਗਏ ਸੀ ਪਰ ਉਹ ਉਹਨਾਂ ਦੀ ਉਪਜ ਨਹੀਂ ਸੀ ਉਹ ਕੋਮਿੰਟਰਨ ਨੂੰ ਆਪਣਾ ਗੁਰੂ ਨਹੀਂ ਸੀ ਮੰਨਦੇ ਅਤੇ ਜਿਹੜੇ ਕਮਿਊਨਿਸਟ ਜਿਹੜੇ ਸੀ ਉਹ CPI ਵਾਲੇ ਸੀ ਉਹਨਾਂ ਦਾ ਪ੍ਰੋਬਲਮ ਇਹ ਸੀ ਕਿ ਜਦੋਂ ਉੱਥੋਂ ਲਾਈਨ ਬਦਲ ਜਾਂਦੀ ਸੀ ਕੋਮਿੰਟਰਨ ਦੀ ਅਤੇ ਇੱਥੇ ਇਹਨਾਂ ਨੂੰ ਵੀ ਆਪਣੀ ਲਾਈਨ ਬਦਲਣੀ ਪੈਂਦੀ ਸੀ ਉਹਦੇ ਕਾਰਨ ਕਈ ਵਾਰੀ ਇਹ ਪ੍ਰੋਪਰ ਇਹ ਆਪਣੇ ਮਨ ਦੇ ਵਿੱਚ ਕਿੰਨਾ ਵੀ ਚਾਹਣ ਪਰ ਇਹ ਐਂਟੀ ਇੰਪੀਰੀਅਲਿਸਟ ਐਂਟੀ ਬ੍ਰਿਟਿਸ਼ ਸਟੈਂਡ ਨਹੀਂ ਸੀ ਲੈ ਪਾਉਂਦੇ ਇਹ ਨਹੀਂ ਸੀ ਕਿ ਅਸਲ ਦੇ ਵਿੱਚ ਉਹਨਾਂ ਦੇ ਵਿੱਚ ਨੈਸ਼ਨਲਿਜ਼ਮ ਨਹੀਂ ਸੀ ਜਿਸ ਤਰ੍ਹਾਂ ਹਰਕਿਸ਼ਨ ਸਿੰਘ ਸੁਰਜੀਤ ਹੈ ਕਿਸੇ ਗਰੁੱਪ ਦੇ ਨਹੀਂ ਸੀ ਇਹ CPI ਗਰੁੱਪ ਦੇ ਸੀ ਮੈਂ ਨਹੀਂ ਵਿਸ਼ਵਾਸ ਕਰਦੀ ਕਿ ਉਹਨਾਂ ਦਾ ਜਿਹੜਾ ਐਂਟੀ ਬ੍ਰਿਟਿਸ਼ ਨੈਸ਼ਨਲਿਜ਼ਮ ਸੀ ਉਹ ਕਿਸੇ ਤੋਂ ਘੱਟ ਸੀ ਪਰ ਦੈਟ ਵਾਜ਼ ਦੇਅਰ ਪੋਲੀਟਿਕਸ ਜਿਸ ਤਰ੍ਹਾਂ ਪੀਪਲਸ ਵਾਰ ਲਾਈਨ ਦੇ ਉਹ ਵਿਕਟਿਮ ਸੀ ਅਤੇ ਇਹ ਮੈਂ ਇਹਨੂੰ ਆਈਡੀਓਲੋਜੀਕਲ ਟਰਮਸ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿ ਉਹਨਾਂ ਦੇ ਅਲੱਗ ਟ੍ਰੈਡੀਸ਼ਨਸ ਤੋਂ ਆਉਂਦੇ ਨੇ ਆਈਡੀਓਲੋਜੀਕਲੀ ਅਤੇ ਉਹ ਸੱਚੇ ਦਿਲ ਵਿੱਚ ਮੰਨਦੇ ਨੇ ਕਿ ਹਾਂ ਵੀ ਜਿਹੜਾ ਮੋਸਕੋ ਤੋਂ ਲਾਈਨ ਆ ਰਹੀ ਹੈ ਕਿਉਂਕਿ ਉਹ ਇੰਟਰਨੈਸ਼ਨਲ ਕਮਿਊਨਿਸਟ ਮੂਵਮੈਂਟ ਦੀ ਲਾਈਨ ਹੈ ਇਸ ਲਈ ਉਹਨਾਂ ਦੇ ਫਾਇਦੇ 'ਚ ਹੈ ਕਿਉਂਕਿ ਉਹਨਾਂ ਦੇ ਕੋਲ ਥਰੈਟੀਕਲ ਸੁਪੀਰੀਓਰਿਟੀ ਹੈ ਨੋਟ ਕਿ ਉਹਨਾਂ ਨੂੰ ਪੈਸਾ ਮਿਲ ਰਿਹਾ ਹੈ ਜਾਂ ਇਹ ਦੂਸਰੀ ਚੀਜ਼ ਹੈ ਮੈਂ ਇਹਨੂੰ ਆਈਡੀਓਲੋਜੀਕਲ ਟਰਮਸ 'ਚ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜਿਹੜਾ ਪਹਿਲਾ ਜਿਹੜਾ ਅਸੀਂ ਕੁਐਸਚਨ ਕੀਤਾ ਕਿ ਜਿਹੜਾ ਰੈਵੋਲਿਊਸ਼ਨ ਹੈ ਉਹ 1917 ਚ ਹੋ ਰਿਹਾ ਔਰ ਇੱਥੇ ਜਿਹੜੀ ਮੂਵਮੈਂਟ ਹੈ ਉਹ 1907 ਵਿੱਚ ਏਡੇ ਵੱਡਾ ਜਲਸਾ ਉਹਨਾਂ ਨੇ ਲੈਲਪੁਰੇ ਚ ਕੀਤਾ ਔਰ ਉਹਦੇ ਵਿੱਚ ਉਹਨਾਂ ਨੇ ਮੂਵਮੈਂਟ ਦਾ ਨਾਂ
पगड़ी संभाल जट्टा रखिया, यानी उस मूवमेंट के नाम तो ही पता लगता है कि भी वह किन्ना को जलाया उस सैकुलर। प्रीतम सिंह जी वालों भी एक क्वेश्चन है, सो मैं भी उस तरह ही गल करा, लेकिन उन्होंने क्वेश्चन भी क्योंकि आ गया कि उन्होंने कह के बेसिकली जी इतने की पुरानी गुरुआ की ट्रेडिशन सी या एक समझ लो कि मैं उन्होंने क्वेश्चन बतावगा कि एक जोगिया की जी ट्रेडिशन सी सिद्धा की जी इतने पंजाब दे विच सी ते उहदे विच ऑलरेडी जिहड़ी एक समझ लो कि एक सैकुलर ते ओ ओ ते सी सी, लेकिन उहदे विच एक जिहड़ा है ओ वंड खाओ दी भी वंड छको दी भी एक ट्रेडिशन मौजूद सी। ते सो ये कहना कि गदरिया नू ओ दूजी जिहड़ी सोशलिज्म दी फिलोसफी समझण दे विच कोई इन्ना चिर नहीं लगा शायद कि भी उहनां दी ऑलरेडी एक तरह दी इत्थे दी ग्रूमिंग ते सी जी। देखो मैं एग्री करनी उहनां दे नाल कि इह सारियां चीज़ां सी ट्रेडिशन दे विच हैगी सी, बिल्कुल है सी। वंड के खाण वाली जिहड़ी है, मैंने कहा लंगर दी ट्रेडिशन है, गुरु का तेग दी जिहड़ी ट्रेडिशन है, बड़ी इंपॉर्टेंट फैक्टर्स ने जिहड़े के इहनू पॉसिबल करते हैं कि तुसी एक नवी जिहड़ी आइडियोलॉजी आती है उहनू तुसी किसी तरह किस तरह रिसीव करते हो। थोड़ी अपनी ट्रेडिशन दे विच उह कि चीज़ा ने जिहड़ियां थोनू नवी जिहड़ी आइडियोलॉजी आ रही है उहदी तरफ भी खिंचदियां ने। प्रीतम सिंह जी आई एम श्योर एग्री करेंगे कि ट्रेडिशन फिर भी जिन्हें भी पावरफुल होए पर जिहड़ी मॉडर्न आइडियोलॉजी आती है, जिस तरह की सोशलिज्म वाली आइडियोलॉजी आती है, उहदा एक अपना इंपॉर्टेंस है, क्योंकि एक नवी शेप दे विच और नवे युग दे लई नवे तरीके दे नाल बन के आती है और नवे जिहड़े मॉडर्न पोलिटिकल फोर्सेज इकोनॉमिक फोर्सेज है उहनू एक्सप्लेन करती है, उहदे नाल लिंक करके थोड़े सामने आती है। पर जिथे तक ट्रेडिशन का सवाल है मैं बिल्कुल एग्री करनी हाँ कि यह बहुत पावरफुल ट्रेडिशनस है, एगैलिटेरियन ट्रेडिशन ऑलसो जो कह रहे हैं और इन्हों का बहुत असर पैदा है इस चीज़ से, जिससे कि बहुत बारी मैं रिकॉर्ड्स के मैं जिस तरह मिलता है कि जिस तरह के वड़िया वड़िया कॉन्फ्रेंसिज या छोटिया मोटिया कॉन्फ्रेंसिज भी कीतिया जांदिया सी तो कहिंदे सी जी सानू इत्थे कभी कॉन्फ्रेंस करान च ते तुसी जिन्ने मर्जी हजारों लोग लैओ कोई मुश्किल नहीं है, कोई साडा ते ट्रेडिशन है लंगर दा ते सारे लोगों ने लै आना है, असी खिला सकते हैं लखां नू खिला देंगे, ये तो साडा ट्रेडिशन है। तो ये ट्रेडिशन तो कितना पावरफुल है, ये असी अज देख रहे हैं जदों असी हुण पिछले कुछ महीना च असी इत्थे सफर किया है इन्नी बुरी तरह जिहड़ा है सारा साडे माइग्रेंट लेबर ने खासकर जिहड़ा सफर किया है, उस तो पहला साडे इत्थे होर भी सिचुएशन हुई इत्थे गुरुद्वारिया ने जिस तरह सामने आ के लोगों की सेवा की है, जिस तरह लंगर का पॉजिटिव इस्तेमाल हुआ, जिस तरह लखा लोगों नू उन्होंने गरीबों नू उन्होंने खाना खिलाया है, ये ट्रेडिशन बहुत इंपॉर्टेंट ट्रेडिशन जी जी। दूसरी काफ़ी गल्लां ने पर कुछ खास गल्लां असीं जिहड़ियां ने शेयर करांगे अज्ज। असीं जिहड़े क्वेश्चन आ रहे ने दोस्तां दे प्लीज़ ओ करन क्वेश्चन ते असीं कुछ जिहड़ियां अज्ज डिस्कस करनियां ने गल्लां उहनां दे नाल ओह भी करदे रहांगे, नाल नाल क्वेश्चन भी कुछ जिहड़े ओह लवांगे। जिस टाइम असीं गल करदे आ कि जिहड़ी एक तरह दी एक सैकुलर ट्रेडिशन पंजाब दे विच सी और उहदे नाल फिर अगे मुख्तलिफ मूवमेंट्स चलियां, असीं वेखने कि पंजाब दे विच बहुत सारियां ब्रिटिश पीरियड दे विच भी बहुत सारियां जिहड़ियां ने ना ओह मूवमेंट्स सानूं नज़र आंदियां ने जिहड़ियां चलियां, लेकिन बहुत देर लगी कि उन्हां नूं रिकॉग्नाइज़ किया जाए। यानी अगर असीं दोनों साइडां ते वेखीए ते दोनों साइडां ते पंजाब दे अंदर चलन वालियां जिहड़ियां आज़ादी दीआं तहरीकां ने उन्हां दे उपर ऑफिशियल हिस्ट्री हिस्टोरियंस ने कुछ नहीं लिखिया ना उन्हां दे उपर गलबात कीती, और कि ये जे असीं ये कहीए कि जिहड़े इत्थों जिहड़े साढ़े इत्थे ब्रिटिश जिहड़ा राज सी ओह मुक्कण तों बाद भी उहदी लैगेसी उस तरह ही चलदी रही कि तारीख विचों इत्थे दा एक खास जिहड़ा लोक सन जिहड़े माड़ियां दी समझ लो या जिहड़े हेठले तबके दी या जिहड़ी छोटियां दी जिहड़ी तहरीक सी या जिन्हां ने बहुत कुछ कीता और उहनूं जिहड़ा है ओह पिछे रखिया गया जदकि असीं आज़ाद सां। नहीं, मेरा ख्याल पूरी तरह मैं नहीं एग्री करांगी थोड़े नाल। पंजाब दे हिस्ट्री दे उत्ते पंजाब दे यूनिवर्सिटी दे विच
हिंदुस्तान दे विच काफ़ी जगह काफ़ी अच्छा काम होया है, इहदे च कोई डाउट नहीं है। बहुत सारा डॉक्यूमेंटेशन होया है, बहुत सारे चीज़ों के उत्ते लिखा भी गया है, पर हाँ जिन्ना होना चाहिए। और असी दूसरे असी प्रोविंसेस असी रीजनल हिस्ट्री की अगर गल करिए, दूसरे प्रोविंसेस कुछ दूसरे प्रोविंसेस दे नाल असी कंपेयर करिए तो उत्थे बहुत सानू फर्क दिखाई देगा। उन्हां दी काफ़ी एडवांस्ड हिस्टोरियोग्राफी है, बहुत सारा रिसर्च, बहुत सारा मटीरियल सानू मिल जाता है उत्थे, बहुत सोफिस्टिकेटेड आर्ग्यूमेंट्स डिबेट्स हो चुके ने और काफ़ी ज़्यादा काम हो चुका है। ये की कारण ने, काफ़ी कॉम्प्लेक्स सब्जेक्ट है, इतने मेरे ख्याल यूनिवर्सिटीज़ की हालत रही है, एकेडेमिक आफ्टरऑल ट्रेडिशंस की किस तरह की सिचुएशन है, इतने पार्टीशन का भी कुछ असर हो सकता है, जिथे तक एजुकेशनल इंस्टीट्यूशन आफ्टरऑल लाहौर कैपिटल सी पूरा एकेडेमिक कल्चरल कैपिटल, फिर लोग बहुत डिसलोकेट हुए, लोग बहुत फैल गए और फिर इंटेलेक्चुअल ट्रेडिशन दोबारा बनाना इन्ने ईजी नहीं हुंदा। ते पंजाब यूनिवर्सिटी च भी काम होया, फिर बाद च नई यूनिवर्सिटियां भी बनिया, अमृतसर च बनी, पटियाले च बनी, उत्थे भी बड़े मैं कहांगी काफ़ी मीनिंगफुल काम होया है। पर हाँ मैं मनांगी कि इंटेलेक्चुअल ट्रेडिशन जड़ा है पंजाब दे विच उस तरह स्टडी और उन्ना विग्रस नहीं है जिस तरह सानू होना चाहिए और जिहदी जरूरत है और जिहदी कपैसिटी है पंजाब दे स्कॉलर्स दे विच करन दी। बाहर भी होया है, कई लोग बाहर चले गए, उन्होंने बाहर जाके कीता, पर फिर भी यस आई एग्री के स्टिल अंडर स्टडीड एरिया है। जी मैं आखिर ते जड़ी गलबात है उन्होंने सी करांगे। एक ते तुहाडा पंजाबी च लैक्चर जे लाया, तुसी पहले भी पंजाबी च कोई लैक्चर दिता? काफी औखे सवाल हो गए हुण सौखे सौखे नहीं दिता, पूरा लैक्चर ते नहीं दिता। बहुत शुक्रिया और खास कर तुसी असी ते एक घंटे वास्ते बुलाया सी और तकरीबन दो घंटे जिला टाइम गुजर गया, टाइम गुजरन दा पता नहीं, साडे कोल क्वेश्चन भी बहुत ज्यादा सन लेकिन जिले साडे अपने क्वेश्चन सन असी ओही कर पाए और टाइम बहुत ज्यादा हो गया। ते जिले क्वेश्चन इधर आए होंगे वो असी तुहाडे नाल राबता करांगे, तुसी उहनां नूं वेख लेना और उहदे ते कोई गलबात जिहड़ी होएगी वह असी दोस्त जिले कर रहे ने क्वेश्चन बेशक कर देन, असी उहनां नूं वापस रिप्लाई जरूर करांगे। सो इथे इस हवाले नाल असी जिहड़ी उहनां नूं चीज़ां नूं करदे पए आ और पंजाबी दे नाल इह वी इह कि साडे पंजाब दे विच साडे जिहड़े इन्ने सीनियर स्कॉलरस ने उहनां नूं जिहड़े साडे आम पंजाबी ने जिहड़े दोवां पासे बैठे ने और बाहर बैठे ने उहनां नूं बड़ी खुशी होंदी है कि पंजाबी च वी उहनां ने सुनिया और इह सारा नॉलेज जिहड़ा है उह पंजाबी विच वी है। कि मैं समझना कि अपनी लैंग्वेज नूं रिच करन दे विच इह वी इक अहम गल होएगी कि तुसी वी आ के उहदे च कुछ हिस्सा पाता कि वी मेरे वल्लों तारीख दे वल्लों वी हो गया। सो असी इस तरह कर रहे सी इहदे विच तुहाडे कोल टाइम लाया, तुसी साडी बड़ी मेहरबानी कि तुसी आए और साडा साथ दिता, बहुत शुक्रिया जी। थैंक यू जी। सारे दोस्तों तो माजरत, अज साडे क्वेश्चन बहुत ज्यादा सन और क्वेश्चन असी बिल्कुल वो लवांगे और वो क्वेश्चन असी जले है प्रोफेसर साहबा नाल डिस्कस करके असी उन्हां दे जरूर आंसर करांगे। अज दा साडे को टाइम बहुत शॉर्ट सी, उन्हां दी डिस्कशन इन्नी जबरदस्त सी और असी सुन रहे सां जले क्वेश्चन ऑलरेडी साडे कोल मौजूद सी, असी उन्हां ते गल कीती और कुछ असी अपने क्लब वल्लों जो करना चाह रहे सां कि असी हिस्ट्री दे हवाले नाल अपने सीनियर हिस्टोरियंस दी जिहड़ी राय है ਉਹ ਰੱਖੀਏ ਔਰ ਇਹਨਾਂ ਟਰਮਸ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਹਿਸਟੋਰੀਅਨਸ ਨੇ ਉਹਨਾਂ ਟਰਮਸ ਨੂੰ ਜਦੋਂ ਉਹਨਾਂ ਦੀ ਤਰਫੋਂ ਜਿਹੜਾ ਚੈਲੰਜ ਹੈ ਔਰ ਉਹਨਾਂ ਨੂੰ ਚੇਂਜ ਕਰਨ ਦੀ ਗੱਲ ਹੈ ਤੇ ਨੋ ਡਾਊਟ ਅਸੀਂ ਇਸ ਹਿਸਟਰੀ ਲੈਕਚਰ ਸੀਰੀਜ਼ ਦੇ ਥਰੂ ਇਹਨਾਂ ਟਰਮਸ ਨੂੰ ਖਤਮ ਕਰੀਏ ਔਰ ਇਹ ਜਿਹੜੀਆਂ ਬੇਸਿਕਲੀ ਗਲਤ ਨੇ
ਉਹਨਾਂ ਟਰਮਸ ਨੂੰ ਖਤਮ ਕਰੀਏ ਔਰ ਅਸੀਂ ਆਪਣੀਆਂ ਟਰਮਸ ਜਿਹੜੀਆਂ ਐਪਰੋਪ੍ਰੀਏਟ ਟਰਮਸ ਨੇ ਉਹ ਯੂਜ਼ ਕਰੀਏ ਸੋ ਉਹ ਟਰਮਸ ਨੂੰ ਉਹ ਜਿਹੜਾ ਉਹ ਸਾਡੇ ਜੋ ਸੀਨੀਅਰ ਹਿਸਟੋਰੀਅਨਸ ਆਉਂਦੇ ਨੇ ਜਿਹੜਾ ਅਸੀਂ ਸਮਝਨੇ ਉਹਨਾਂ ਜਦੋਂ ਰੈਫਰੈਂਸ ਕਰ ਜਾਂਦੇ ਨੇ ਉਹਨੂੰ ਉਹ ਇੱਕ ਸਾਡੇ ਦੋਸਤਾਂ ਵਾਸਤੇ ਸਾਡੇ ਸਟੂਡੈਂਟਸ ਵਾਸਤੇ ਔਰ ਸਾਡੇ ਸਕਾਲਰਸ ਵਾਸਤੇ ਉਹਨਾਂ ਨੂੰ ਸਮਝਣਾ ਜਾਂ ਉਹਨੂੰ ਲਿਖਣਾ ਜਿਹੜਾ ਉਹ ਮਜ਼ੀਦ ਉਹਨਾਂ ਦੇ ਵਾਸਤੇ ਅੱਛਾ ਹੋ ਜਾਂਦਾ ਹੈ ਸੋ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ ਬਹੁਤ ਵੱਡੀ ਤਾਦਾਦ ਦੋਸਤਾਂ ਦੀ ਰਹੀ ਔਰ ਖਾਸ ਕਰ ਅੱਜ ਬਹੁਤ ਜ਼ਿਆਦਾ ਲੋਕ ਆਏ ਔਰ ਇੱਕ ਦਿਨ ਦੇ ਟਾਈਮ ਦੇ ਉੱਪਰ ਪ੍ਰੋਫੈਸਰ ਸਾਹਿਬਾਂ ਨੇ ਦੇ ਨਾਲ ਸਾਡੀ ਗੱਲ ਹੋਈ ਤੇ ਸਾਡੇ ਕੋਲ ਇੱਕ ਦਿਨ ਹੀ ਬਚਿਆ ਸੀ ਟਾਈਮ ਦਾ ਸੋ ਉਹ ਆਏ ਤੇ ਉਹਦੇ ਚ ਵੀ ਇੰਨਾ ਜ਼ਿਆਦਾ ਰਿਸਪੋਂਸ ਜਿਹੜਾ ਸਾਡੇ ਲੈਕਚਰ ਚ ਆਇਆ ਇਸ ਲਈ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਔਰ ਅਸੀਂ ਜਿਹੜੀ ਬੁੱਕ ਆਫ ਦਾ ਵੀਕ ਡਿਕਲੇਅਰ ਕੀਤੀ ਹੋਈ ਹੈ ਉਹਦਾ ਈਵੈਂਟ ਵੀ ਬਣਾ ਦਿੱਤਾ ਪਲੀਜ਼ ਉਸ ਈਵੈਂਟ ਤੇ ਵੀ ਆਓ ਉਹਨੂੰ ਵੀ ਵੇਖੋ ਔਰ ਨਾਲ ਦੀ ਨਾਲ ਕਿਤਾਬ ਪੜ੍ਹ ਕੇ ਅਗਰ ਤੁਸੀਂ ਕੁਛ ਪੜ੍ਹ ਕੇ ਉਹਦਾ ਲਗਵਾਉਣਾ ਚਾਹੁੰਦੇ ਹੋ ਤੇ ਉਹ ਸਾਨੂੰ ਵਟਸਐਪ ਕਰੋ ਫੇਸਬੁੱਕ ਤੇ ਭੇਜੋ ਵੀਡੀਓਜ਼ ਅਸੀਂ ਉਹ ਲਾਉਂਦੇ ਹਾਂ ਔਰ ਇਹਨੂੰ ਅਸੀਂ ਅੱਗੇ ਜਿਹੜਾ ਹੈ ਨਾ ਉਹ ਚਲਾਵਾਂਗੇ ਇਸ ਦੇ ਨਾਲ ਮਿਲਣੀ ਆ ਕੱਲ ਅਮਨਦੀਪ ਬਲ ਜੀ ਹੋਰੀ ਸਾਡੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੋਣਗੇ ਔਰ ਇੱਕ ਬਹੁਤ ਇੰਪੋਰਟੈਂਟ ਟਾਪਿਕ ਜਿਹੜਾ ਹੈ ਸੈਫੁਦੀਨ ਕਿਚਲੂ ਦੇ ਹਵਾਲੇ ਨਾਲ ਅਸੀਂ ਗੱਲਬਾਤ ਕਰਾਂਗੇ ਥੋੜ੍ਹੀ ਦੇਰ ਬਾਅਦ ਪੋਸਟਰ ਸ਼ੇਅਰ ਹੋ ਜਾਏਗਾ ਸਾਰੇ ਦੋਸਤਾਂ ਨੂੰ ਔਰ ਉਹਨਾਂ ਦਾ ਕੱਲ ਲੈਕਚਰ ਹੈ 9 ਵਜੇ ਅੱਜ ਦਾ 8 ਵਜੇ ਕਰਨਾ ਪਿਆ ਕੱਲ 9 ਵਜੇ ਹੀ ਅਸੀਂ ਕਰਾਂਗੇ ਔਰ ਤੁਸੀਂ ਉਸ ਲੈਕਚਰ ਦਾ ਜਿਹੜਾ ਹੈ ਪੋਸਟਰ ਹੈ ਔਰ ਦੋਸਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦੇਣਾ ਤਾਂ ਕਿ ਕੱਲ 9 ਵਜੇ ਅਸੀਂ ਸਾਰੇ ਲੋਕ ਇਕੱਠੇ ਹੋਈਏ ਔਰ ਸੈਫੁਦੀਨ ਕਿਚਲੂ ਜੀ ਦੇ ਹਵਾਲੇ ਨਾਲ ਜਿਹੜਾ ਉਹ ਗੱਲਬਾਤ ਕਰੀਏ ਮਿਲਦੇ ਹਾਂ ਜੀ ਕੱਲ